ठीक है। वाहिगुरु जी का खालसा, वाहिगुरु जी की फतेह। गुरु बिन कोर अंधार, गुरु बिन समझ न आवे, गुरु बिन सुरत न सिद्ध, गुरु बिन मुक्त न पावे। गुरु ही सानू धर्म ते चलन दी उपदेश दिंदे ने ते साडे नाल साडी हैल्प करदे ने धर्म ते चलन दे लई। सो गुरु दी लोड़ सानू बहुत बहुत अहमियत है। जे कहीए वे गुरु तो बिना धर्म ते चलिया नहीं जा सकता तां इह सच है। जे सौ चंदा उगवा सूरज चढ़े हजार, इत्ते चरण होंदे आ गुरबिन कोर अंधार। इन्ने चरण होने तो बाद भी साडे दिल दे अंदर जिहड़ा है चानण नहीं हुंदा, अंदर सानू पर ज्ञान दा प्रकाश नहीं हुंदा, असीं परम दे विच भुले रहिंदे आ। परम करके असीं संसार नू सदीवी मनदे आ ते अपने आप इस करके गुरु ही साडे परम दे अंधेरे नू दूर करदा है ते ज्ञान दा प्रकाश करके सानू धर्म ते चलन दी प्रेरणा बख्श करदे हन। गुरु दे आम लफज ते अलफजी अर्थ तां इन्ने ने कि गो तो भाव है अग्ञान दा अंधेरा, रूह तो भाव है प्रकाश ज्ञान दा प्रकाश। गुरु अग्ञानता दे अंधेरे नू दूर करके ज्ञान दा प्रकाश करदा है। पर इन्ने अर्थां दे नाल सानू सैटिस्फाई नहीं हुंदी। गुरु दी तां इन्नी लोड़ है जिन्नी कि सानू सवास लैण लई अपने ऑक्सीजन दी लोड़ है। जीवन दे विच इस तरह ही सानू धर्म ते चलन दे लई गुरु दी लोड़ है। सो गुरबाणी दे विच गुरु दे बाबत बहुत कुछ आउंदा हैगा। गुरु बिन तो बिना गत नहीं, गुरु तो बिना कोई भी सानू ज्ञान प्राप्त नहीं हुंदा। निगुरे दा तां नाम लेना भी बुरा है। सतगुर बाजो गुरु ने ही कोई निगुरे का है नौ बुरा। सो सानू गुरु दी बहुत लोड़ हैगी है। इसदे लई सानू गुरु साहब ने साडे ते कृपा करके सानू गुरबाणी बख्शिश कीती है। साडे लई हुक्म है कि गुरबाणी ही साडा गुरु है, शब्द गुरु है, सुरत तुन चेला। ਇਹ ਸਾਡੇ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਬਹੁਤ ਵਧੀਆ ਕਿ ਸਾਨੂੰ ਕਿਸੇ ਨੂੰ ਗੁਰੂ ਲੱਭਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ, ਹਰ ਵੇਲੇ ਗੁਰੂ ਸਾਡੇ ਨਾਲ। ਸੋ ਇਸ ਕਰਕੇ ਗੁਰਬਾਣੀ ਦਾ ਆਸਰਾ ਲੈਣਾ, ਗੁਰੂ ਦੇ ਅਨੁਸਾਰ ਹੀ ਜੀਵਨ ਚੱਲਣਾ ਹੀ ਅਸਲ ਵਿੱਚ ਗੁਰੂ ਦੇ ਨਾਲ ਸਾਡਾ ਮਿਲਾਪ ਹੈ। ਜਿਹੜਾ ਅਸੀਂ ਸੋਚਦੇ ਹਾਂ ਵੀ ਅਸੀਂ ਗੁਰੂ ਦੇ ਕੋਲ ਜਾ ਕੇ ਬੈਠ ਜਾਣਾ, ਗੁਰੂ ਦੇ ਜਣੇ ਅਸੀਂ ਦਰਸ਼ਨ ਕਰਦੇ ਹਾਂ ਜਾ ਕੇ, ਇਹ ਗੁਰੂ ਦੇ ਦਰਸ਼ਨ ਅਸਲ ਦਰਸ਼ਨ ਨਹੀਂ ਹੈਗੇ। ਜਿਸ ਤਰ੍ਹਾਂ ਅਸੀਂ ਜਾ ਕੇ ਰੁਮਾਲੇ ਦੇ ਦਰਸ਼ਨ ਕਰਦੇ ਹਾਂ ਜਾਂ ਮੰਜੀ ਸਾਹਿਬ ਦੇ ਕਰਦੇ ਹਾਂ ਜਾਂ ਹੋਰ ਚੀਜ਼ਾਂ ਦੇ ਕਰਦੇ ਹਾਂ, ਇਹ ਗੁਰੂ ਦਰਸ਼ਨ ਗੁਰੂ ਦੇ ਸ਼ਬਦ ਦੇ ਹੀ ਦਰਸ਼ਨ ਅਸਲ ਦਰਸ਼ਨ ਹਨ। ਸ਼ਬਦ ਨਾਲ ਜੁੜਨਾ ਹੀ ਗੁਰੂ ਦਾ ਦੇ ਨਾਲ ਸਾਡਾ ਮਿਲਾਪ ਹੈ। ਸਭ ਤੋਂ ਪਹਿਲਾਂ ਹੈ ਸੁਣਿਆ, ਮੰਨਿਆ, ਮਨ ਕੀਤਾ, ਪਾਓ। ਬਾਣੀ ਨੂੰ ਸੁਣਨਾ ਹੈ, ਫਿਰ ਉਸਨੂੰ ਮੰਨਣਾ ਹੈ, ਤੇ ਉਸਦੇ ਨਾਲ ਹੀ ਸਾਡਾ ਅੰਦਰ ਮਨ ਦਾ ਇਸ਼ਨਾਨ ਹੁੰਦਾ ਹੈ। ਇਹ ਇਸ਼ਨਾਨ ਹੋਣ ਨਾਲ ਹੀ ਸਾਡਾ ਮਨ ਜਿਹੜਾ ਹੈ ਉਹ ਸ਼ੁੱਧ ਹੁੰਦਾ ਹੈ। ਜਦੋਂ ਮਨ ਸ਼ੁੱਧ ਹੁੰਦਾ ਹੈ ਤਾਂ ਸਾਨੂੰ ਗੁਰੂ ਦੀ ਨਾਲ ਪ੍ਰੀਤੀ ਜਿਹੜੀ ਹੈਗੀ ਉਹ ਵੱਧਦੀ ਹੈ।
ਪ੍ਰੀਤੀ ਵਧਣ ਦੀ ਨਿਸ਼ਾਨੀ ਇਹ ਹੈ ਕਿ ਫਿਰ ਅਸੀਂ ਹਰ ਗੱਲ ਗੁਰੂ ਦੇ ਉਸਾਰੀ ਕਰਦੇ ਹਾਂ, ਹਰ ਵੇਲੇ ਗੁਰੂ ਨੂੰ ਆਪਣੇ ਨਾਲ ਮਹਿਸੂਸ ਕਰਦੇ ਹਾਂ, ਤੇ ਹਰ ਵੇਲੇ ਅਸੀਂ ਫਿਰ ਗੁਰੂ ਦੇ ਭੈ ਦੇ ਵਿੱਚ ਹੀ ਜਿਉਂਦੇ ਹੈਗੇ ਆ। ਭੈ ਤੇ ਪਾਉ ਉਪਜੈ, ਪਾਪ ਬਿਨ ਭਗਤ ਨਾ ਹੋਏ ਤੇਰੀ। ਭੈ ਤੋਂ ਡਰ ਤੋਂ ਹੀ ਪ੍ਰੇਮ ਉਪਜਦਾ ਹੈ, ਤੇ ਪ੍ਰੇਮ ਕਰਕੇ ਹੀ ਸਾਡੇ ਗੁਰੂ ਨਾਲ ਜਿਹੜਾ ਹੈ ਉਹ ਸੰਬੰਧ ਪਰਪੱਕ ਹੁੰਦੇ ਨੇ, ਪੱਕੇ ਹੁੰਦੇ ਨੇ। ਫਿਰ ਉਹ ਗੁਰਬਾਣੀ ਤੋਂ ਬਾਹਰ ਜਾ ਹੀ ਨਹੀਂ ਸਕਦਾ, ਹਰ ਵੇਲੇ ਉਸਨੂੰ ਬਾਣੀ ਪੜ੍ਹਨ ਦਾ, ਨਾਮ ਸਿਮਰਨ ਕਰਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਪਾਸੇ ਤੁਰਿਆ ਜਾਂਦਾ। ਕਿਉਂਕਿ ਗੁਰੂ ਸਮਰੱਥ ਗੁਰੂ ਦੇ ਲੜਨ ਲੱਗਿਆਂ ਗੁਰੂ ਸਾਡੀ ਬਾਂਹ ਫੜਦਾ ਹੈ ਤੇ ਸਾਨੂੰ ਆਪਣੇ ਮਾਰਗ ਤੇ ਆਪ ਤੋਰਦਾ ਹੈ। ਅਸੀਂ ਆਪਣੇ ਜ਼ੋਰ ਦੇ ਨਾਲ, ਆਪਣੀ ਸਿਆਣਪ ਦੇ ਨਾਲ ਜਾਂ ਆਪਣੇ ਕਿਸੇ ਹੋਰ ਤਰ੍ਹਾਂ ਦੇ ਨਾਲ ਗੁਰੂ ਦੇ ਨਾਲ ਨਹੀਂ ਜੁੜ ਸਕਦੇ। ਕੇਵਲ ਗੁਰੂ ਦੀ ਕਿਰਪਾ ਹੀ ਹੈ, ਗੁਰਪ੍ਰਸਾਦ ਹੀ ਹੈ ਜਿਹੜਾ ਸਾਨੂੰ ਗੁਰੂ ਦੇ ਨਾਲ, ਗੁਰੂ ਗੁਰਪ੍ਰਸਾਦ ਦੇ ਨਾਲ ਹੀ ਅਸੀਂ ਧਰਮ ਦੇ ਰਸਤਾ ਉਸਤੇ ਤੁਰ ਸਕਦੇ ਹਾਂ, ਤੇ ਇਸ ਨਾਲ ਹੀ ਸਾਡੇ ਜੀਵਨ ਜਿਹੜਾ ਸਫਲ ਹੁੰਦਾ ਹੈ। ਸਭ ਤੋਂ ਪਹਿਲਾਂ ਸਾਡਾ ਭਰਮ ਇਹ ਹੈ ਕਿ ਸੰਸਾਰ ਸਦੀਵੀ ਹੈ। ਸੰਸਾਰ ਸਦੀਵੀ ਨਹੀਂ, ਇਹ ਜਿਹੜਾ ਸੰਸਾਰ ਹੈ ਸੁਪਨ ਸਮਾਨ ਹੈ। ਜਿਹੜਾ ਜੇ ਜਦੋਂ ਇਹ ਸਾਨੂੰ ਟੁੱਟ ਜਾਵੇ, ਮਨ ਦੇ ਵਿੱਚੋਂ ਭਰਮ ਲੈ ਜਾਵੇ ਕਿ ਜਿਹੜਾ ਸੰਸਾਰ ਸਦੀਵੀ ਨਹੀਂ, ਤੇ ਫਿਰ ਅਸੀਂ ਧਰਮ ਦੀ ਭਾਲ ਕਰਦੇ ਹਾਂ। ਧਰਮ ਦੀ ਖੋਜ ਤੇ ਤੁਰਨ ਦਾ ਪਹਿਲਾ ਸਟੈਪ ਹੀ ਇਹੀ ਹੈਗਾ। ਜਿੰਨਾ ਚਿਰ ਸਾਨੂੰ ਇਹ ਹੈਗਾ ਵੀ ਧਰਮ ਜਿਹੜਾ ਸੰਸਾਰ ਸੱਚਾ ਹੈ, ਸੰਸਾਰ ਸਦੀਵੀ ਹੈ, ਇੱਥੇ ਉਹਦੇ ਸੁੱਖ ਜਿਹੜੇ ਨੇ ਸਾਡੇ ਨਾਲ ਰਹਿਣ ਵਾਲੇ ਨੇ, ਇਹ ਧਰਮ ਪਦਾਰਥ ਸਾਨੂੰ ਸੁੱਖ ਦੇਣ ਵਾਲੇ ਨੇ, ਉਹਨਾਂ ਚਿਰ ਅਸੀਂ ਧਰਮ ਦੇ ਮਾਰਗ ਤੇ ਨਹੀਂ ਤੁਰ ਸਕਦੇ। ਸੋ ਸਾਨੂੰ ਗੁਰੂ ਹੀ ਇਹ ਸਮਝਾਉਂਦਾ ਹੈ ਕਿ ਜਿਹੜਾ ਹੈ ਇਹ ਜੱਗ ਸੁਪਨਾ ਹੈ, ਇਹ ਅੱਖਾਂ ਖੁੱਲੀਆਂ ਦਾ ਸੁਪਨਾ ਹੈ, ਪਰ ਇਹ ਬਿਨਸਨਵਾਰ ਹੈ ਸਾਰਾ ਹੀ। ਇਹ ਜੱਗ ਸੁਪਨ ਸਮਾਨ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੁਪਨੇ ਵਰਗਾ ਜੀਵਨ ਹੈ ਸਾਰੇ ਸਾਡਾ। ਸੋ ਜਦੋਂ ਇਹ ਪਰਮ ਟੁੱਟ ਜਾਂਦਾ ਹੈ, ਫਿਰ ਉਹ ਸੋਚਦਾ ਵੀ ਜਦ ਸੰਸਾਰ ਤੇ ਰਹਿਣਾ ਹੀ ਨਹੀਂ ਤਾਂ ਉਹ ਸੱਚਾਈ ਕਿਹੜੀ ਹੈ ਜਿਹੜੀ ਸਦੀਵੀ ਰਹਿਣ ਵਾਲੀ ਹੈ, ਉਹ ਸੁੱਖ ਕਿਹੜੇ ਨੇ ਜਿਹੜੇ ਸਦੀਵੀ ਰਹਿਣ ਵਾਲੇ ਨੇ। ਤਾਂ ਫਿਰ ਸਾਨੂੰ ਗੁਰੂ ਸਿਕਸ਼ਾ ਦਿੰਦਾ, ਸੁੱਖ ਨਾ ਹੀ ਬਹੁਤ ਹੈ ਧਨ ਖਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ ਕਮਾਏ, ਸਾਰੂ ਸੁੱਖਾਂ ਹਰ ਹਰ ਗੁਣ ਗਾਏ। ਜਦੋਂ ਗੁਰੂ ਦੀ ਸਿੱਖਿਆ ਸਾਨੂੰ ਮਿਲਦੀ ਹੈ ਵੀ ਜਿਹੜਾ ਸੁੱਖ ਦੇਣ ਵਾਲਾ ਤਾਂ ਨਾਮ ਹੈ, ਤਾਂ ਫਿਰ ਇਹ ਨਾਮ ਵੱਲ ਆਉਂਦਾ ਹੈ ਤੇ ਨਾਮ ਜਪਣ ਲੱਗਦਾ। ਜਦੋਂ ਨਾਮ ਜਪਣ ਲੱਗੇ ਤਾਂ ਫਿਰ ਕੀ ਹੁੰਦਾ, ਫਿਰ ਇਹਦੀ ਜਿਹੜੀ ਮਨ ਦੀ ਮੈਲ ਹੈ ਉਹ ਲਹਿੰਦੀ ਹੈ। ਜਿਉਂ ਜਿਉਂ ਮੈਲ ਲਹਿੰਦੀ ਹੈ ਤਿਉਂ ਤਿਉਂ ਇਹ ਆਪਣੇ ਨਾਮ ਵੱਲ, ਬਾਣੀ ਵੱਲ ਲੱਗਦਾ। ਜਦੋਂ ਸਰੀਰ ਕਰਕੇ ਕੋਈ ਬੰਦਾ ਬਿਮਾਰ ਹੋਵੇ, ਉਹਨੂੰ ਉਹਦੀ ਨਿਸ਼ਾਨੀ ਕੀ ਹੈ, ਉਹਨੂੰ ਭੁੱਖ ਨਹੀਂ ਲੱਗਦੀ। ਉਹਨੂੰ ਕਹੋ ਤੂੰ ਖਾ ਲੈ, ਉਹ ਕਹਿੰਦਾ ਨਾ ਮੈਨੂੰ ਭੁੱਖ ਨਹੀਂ ਹੈਗੀ, ਮੈਂ ਨਹੀਂ ਖਾਣਾ, ਕਿਉਂਕਿ ਅੰਦਰੋਂ ਉਹ ਰੋਗੀ ਹੈ। ਇਸ ਤਰ੍ਹਾਂ ਹੀ ਜਿਹੜਾ ਧਰਮ ਵੱਲੋਂ ਰੋਗੀ ਹੋਵੇ ਉਹਦੀ ਨਿਸ਼ਾਨੀ ਇਹ ਹੈ, ਉਹਨੂੰ ਬਾਣੀ ਚੰਗੀ ਨਹੀਂ ਲੱਗਦੀ, ਉਹਨੂੰ ਨਾਮ ਵੀ ਮਿੱਠਾ ਨਹੀਂ ਲੱਗਦਾ। ਪਰ ਜਿਉਂ ਜਿਉਂ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਨਾਮ ਬਾਣੀ ਨਾਲ ਜੁੜਦੇ ਹਾਂ, ਸਾਨੂੰ ਬਾਣੀ ਮਿੱਠੀ ਲੱਗਦੀ ਹੈ, ਨਾਮ ਸਾਨੂੰ ਮਿੱਠਾ ਲੱਗਦਾ ਹੈ, ਤੇ ਵਾਰ ਵਾਰ ਨਾਮ ਜਪਣ ਨੂੰ, ਬਾਣੀ ਪੜ੍ਹਨ ਨੂੰ ਸਾਡਾ ਜੀ ਕਰਦਾ। ਫਿਰ ਗੁਰੂ ਸਾਨੂੰ ਹੋਰ ਦੱਸਦਾ ਕਿ ਬੱਚਿਓ ਇਹ ਜਿਹੜਾ ਨਾਮ ਹੈ ਨਾ, ਇਹ ਕਿਵੇਂ ਜਪ, ਕਿੰਨਾ ਕੁ ਜਪਣਾ ਹੈ। ਕਈ ਵਾਰ ਤਾਂ ਅਸੀਂ ਥੋੜ੍ਹਾ ਜਿਹਾ ਜਪ ਕੇ ਕਹਿ ਦਿੰਦੇ ਹਾਂ ਬਸ ਬਹੁਤ ਹੋ ਗਿਆ, ਦੋ ਚਾਰ ਵਾਰ ਜਪਿਆ ਜਾਂ ਅੱਧਾ ਘੰਟਾ ਘੰਟਾ ਜਪ ਕੇ ਅਸੀਂ ਕਹਿੰਦੇ ਬਹੁਤ ਜਪ ਲਿਆ ਅਸੀਂ। ਇਹਦੀ ਬਾਬਤ ਸਾਨੂੰ ਗੁਰੂ ਸਿੱਖਿਆ ਦਿੰਦਾ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਅਸੀਂ ਜਪੁਜੀ ਸਾਹਿਬ ਜੀ ਪੜ੍ਹਦੇ ਹਾਂ, ਇੱਕ ਦੂਜੀ ਕੋ ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼,
ਦੇਖੋ ਇੱਕ ਤੋਂ ਦੋ ਜੀਵਾਂ ਹੋ ਜਾਣ, ਦੋ ਤੋਂ ਲੱਖ ਜੀਵ ਹੋ ਜੇ, ਵੀਹ ਲੱਖ ਜੀਵ ਹੋ ਜੇ, ਫਿਰ ਵੀਹ ਲੱਖ ਜੀਵ ਦੇ ਨਾਲ ਮੈਂ ਲੱਖ ਲੱਖ ਵਾਰੀ ਤੇਰਾ ਨਾਮ ਜਪਾਂ। ਤਾਂ ਇਹੀ ਰਸਤਾ ਹੈ, ਪੌੜੀਆਂ ਨੇ ਉੱਪਰ ਚੜ੍ਹਨ ਦੀਆਂ, ਪ੍ਰਸ਼ਰ ਨੂੰ ਮਿਲਣ ਦੀਆਂ, ਇਹੀ ਰਸਤਾ ਹੈ। ਵਾਰ ਵਾਰ ਅਸੀਂ ਨਾਮ ਜਪੀਏ, ਹੈ ਹੈ ਆਖਾਂ ਕੋਟ ਕੋਟ, ਕੋਟੀ ਹੂੰ ਕੋਟ ਕੋਟ, ਇਹਨੂੰ ਆਖਾਂ ਕਿ ਤੂੰ ਹੈਗਾ ਹੈ, ਤੂੰ ਹੈਗਾ ਹੈ, ਕਰੋੜ ਵਾਰ ਕਹਾਂ, ਕਰੋੜ ਵਾਰ ਨਹੀਂ ਕੋੜ ਤਰ੍ਹਾਂ ਦੇ ਨਾਲ ਫਿਰ ਕਰੋੜ ਵਾਰ ਕਹਾਂ, ਫਿਰ ਅਸੀਂ ਸੋਚਾਂਗੇ ਵੀ ਬਹੁਤ ਕਹਿ ਲਿਆ ਤਾਂ ਅਸੀਂ, ਪਰ ਨਹੀਂ ਸਤਿਗੁਰ ਜੀ ਇੱਥੇ ਵੱਸ ਨਹੀਂ ਕਰਦੇ। ਗੁਰੂ ਕਹਿੰਦੇ ਨੇ ਆਖੂ ਆਖਾਂ ਸਦਾ ਸਦਾ, ਆਖੂਗਾ ਸਦਾ ਸਦਾ, ਕਹਿਣ ਨਾ ਆਵੇ ਤੋਟ, ਤੈਨੂੰ ਸਦਾ ਹੀ ਕਹਿੰਦਾ ਰਵਾਂ, ਕਹਿਣ ਵਿੱਚ ਮੈਨੂੰ ਕੋਈ ਕਮੀ ਨਾ ਆਵੇ, ਹਰ ਵੇਲੇ ਕਹਿੰਦੇ ਰਵਾਂ ਤੈਨੂੰ। ਸਤਿਗੁਰੂ ਜੀ ਇਹ ਤਾਂ ਬਹੁਤ ਹੋ ਗਿਆ ਹੁਣ, ਕਹਿੰਦੇ ਨਹੀਂ ਅਜੇ ਬਸ ਨਹੀਂ ਹੋਈ, ਨਾ ਹੋਣ ਥੱਕਾਂ ਨਾ ਠਾਕੀਆਂ ਕੇਵਲ ਰੱਖਾਂ ਜੋਤ, ਮੈਨੂੰ ਇੰਨੀ ਜੋਤ ਤੋਂ ਭਾਵ ਹੈ, ਇੰਨੀ ਮੈਨੂੰ ਪਾਵਰ ਬਖਸ਼, ਇੰਨੀ ਮੈਨੂੰ ਸ਼ਕਤੀ ਦੇ ਕਿ ਮੈਂ ਨਾਮ ਜਪਦਾ ਵੀ ਥੱਕਾਂ ਨਾ, ਠਾਕਿਆਂ ਤੋਂ ਭਾਵ ਮੈਨੂੰ ਕੋਈ ਰੋਕੇ ਵੀ ਰੁਕ ਜਾਵੇ, ਹੁਣ ਤੂੰ ਬਸ ਕਰ ਬਹੁਤ ਜਪ ਲਿਆ, ਤਾਂ ਮੈਂ ਰੁਕਾਂ ਵੀ ਨਾ ਜਪੀਆਂ ਜਾਵਾਂ। ਇਹਨਾਂ ਜਪਣ ਤੋਂ ਬਾਅਦ ਵੀ ਕਹਿਣਾ ਫਿਰ ਤੈਂ ਨਾਨਕ ਆਖਣ ਚੱਸਿਓ ਚੁੱਕ, ਚੱਸਿਓ ਚੁੱਕ ਉੱਪਰ ਆਖਣ ਦੋਸ਼, ਇਹ ਵੀ ਅੱਖ ਦੀ ਫੋਰਜ ਨੇ ਜਪਿਆ, ਤੈਂ ਇਹਤੋਂ ਵੱਧ ਆਖਿਆ ਤੈਨੂੰ ਦੋਸ਼ ਲੱਗੂਗਾ। ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਅਸੀਂ ਥੋੜ੍ਹਾ ਜਿਹਾ ਜਪ ਕੇ ਹੀ ਕਹਿ ਸੋਚਣ ਲੱਗ ਜਾਂਦੇ ਬਹੁਤ ਜਪ ਲਿਆ ਸੀ, ਪਰ ਨਹੀਂ, ਕਿਉਂਕਿ ਇਹ ਜਿਹੜਾ ਨਾਮ ਹੈ ਨਾ, ਨਾਮ ਦੀ ਕੀਮਤ ਵੀ ਉਹੀ ਜਾਣਦਾ ਹੈ ਜੇ ਤੋਂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਦੱਸਣ ਕਿ ਨਾਮ ਦੀ ਕੀਮਤ ਕੀ ਹੈ। ਇੱਕ ਨਾਮ ਜਿਹੜਾ ਹੈ ਨਾ, ਕਰੋੜਾਂ ਸਾਡੇ ਪਾਪਾਂ ਨੂੰ ਦਗਦ ਕਰ ਦਿੰਦਾ, ਕੋਰ ਦੁੱਖੰ ਅਨਕ ਹੱਤਿਆਂ ਜਨਮ ਦਰਿਦਰੰਗ ਮਹਾਂਬਖਿਆਦੰਗ ਮਿਟਾਂਤ ਸਗਲ ਸਿਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮ ਕਰੋਤ। ਜਿੰਨੇ ਸਾਡੇ ਦੁੱਖ ਨੇ, ਜਿੰਨੇ ਰੋਗ ਨੇ, ਜਿੰਨੇ ਸਾਡੇ ਕਮੀਆਂ ਨੇ, ਸਾਡੀਆਂ ਪਾਪ ਕਰਮ ਨੇ, ਉਹ ਸਾਰਿਆਂ ਨੂੰ ਇੱਕ ਨਾਮ ਦਗਦ ਕਰ ਦਿੰਦਾ ਹੈ। ਜਿਵੇਂ ਹਜ਼ਾਰਾਂ ਮਣ ਲੱਕੜੀਆਂ ਇਕੱਠੀਆਂ ਕੀਤੀਆਂ ਹੋਣ, ਉਹਨੂੰ ਹਜ਼ਾਰਾਂ ਮਣ ਅੱਗ ਨਹੀਂ ਚਾਹੀਦੀ, ਉਹਨਾਂ ਨੂੰ ਕੇਵਲ ਇੱਕ ਚੰਗਿਆੜੀ ਦੀ ਲੋੜ ਹੈ ਅਤੇ ਉਹ ਸਾਰੀਆਂ ਲੱਕੜੀਆਂ ਜਲ ਕੇ ਸਵਾਹ ਹੋ ਜਾਂਦੀਆਂ ਨੇ। ਇਸ ਤਰ੍ਹਾਂ ਹੀ ਇੱਕ ਨਾਮ ਤਾਰੇ ਸੰਸਾਰ, ਇੱਕ ਨਾਮ ਜਿਹੜਾ ਹੈ ਸਾਰੇ ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦਾ ਹੈ। ਸੋ ਨਾਮ ਦੀ ਜਿਹੜੀ ਕੀਮਤ ਹੈ ਇਹ ਕਹੀ ਨਹੀਂ ਜਾ ਸਕਦੀ, ਇਸ ਦੇ ਅਸੀਂ ਇਹ ਕਹਿ ਨਹੀਂ ਸਕਦੇ ਕਿ ਇੰਨਾ ਨਾਮ ਇੰਨਾ ਕੰਮ ਹੀ ਕਰਦਾ ਹੈ। ਸੋ ਨਾਮ ਜਿਹੜਾ ਹੈ, ਸਾਰਾ ਜਿਹੜਾ ਸੰਸਾਰ ਹੈ ਉਹ ਨਾਮ ਦੇ ਆਸਰੇ ਤੇ ਖੜਾ, ਤੇ ਨਾਮ ਮਿਲਦਾ ਗੁਰੂ ਤੋਂ। ਗੁਰੂ ਤੋਂ ਬਿਨਾਂ ਜਿਹੜਾ ਨਾਮ ਜਪਿਆ ਹੋਇਆ ਉਹ ਸਫਲ ਨਹੀਂ ਹੁੰਦਾ, ਉਹਦਾ ਸਾਨੂੰ ਪੂਰਾ ਜਿਹੜਾ ਹੈਗਾ ਉਹ ਜਿਹੜਾ ਮਹੱਤਵ ਜਿਹੜਾ ਹੈ ਉਹਦਾ ਪਤਾ ਨਹੀਂ ਲੱਗਦਾ, ਉਹਦੇ ਸਾਰੇ ਸਾਨੂੰ ਪ੍ਰਾਪਤੀ ਨਹੀਂ ਹੁੰਦੀ ਬਿਨਾਂ ਗੁਰੂ ਤੋਂ। ਕਿਉਂਕਿ ਗੁਰੂ ਜਦੋਂ ਸਾਨੂੰ ਕਹਿੰਦਾ ਕਿ ਨਾਮ ਜਪ, ਉਹਦੇ ਜਪਣ ਦਾ ਜਿਹੜਾ ਲਾਭ ਹੈ ਉਹ ਸਾਨੂੰ ਆਪਣੇ ਆਪ ਜਪਣ ਦਾ ਜਾਂ ਬਿਨਾਂ ਗੁਰੂ ਵਾਲੇ ਬਣੇ ਨਿਗੁਰੇ ਦਾ ਜਪਣ ਦਾ ਬਹੁਤ ਜ਼ਿਆਦਾ ਫਰਕ ਹੈ, ਥੋੜ੍ਹਾ ਨਹੀਂ। ਜਿਵੇਂ ਅਸੀਂ ਐਗਜਾਮਪਲ ਦੇ ਸਕਦੇ ਹਾਂ, ਇੱਕ ਬੱਚਾ ਘਰ ਬੈਠ ਕੇ ਟਿਊਟਰ ਰੱਖ ਕੇ ਚਾਹੇ ਪੜ੍ਹਾਈ ਕਰ ਲਵੇ ਜਿੰਨੀ ਮਰਜ਼ੀ ਹੈ, ਪਰ ਉਹਦੀ ਪੜ੍ਹਾਈ ਜਿਹੜੀ ਹੈ ਉਹ ਯੂਜਲੈਸ ਹੈ, ਕਿਉਂਕਿ ਉਹ ਸਰਟੀਫਾਈਡ ਨਹੀਂ ਹੁੰਦਾ, ਉਹ ਕੋਈ ਵੀ ਕਿਤੇ ਜਾ ਕੇ ਕੋਈ ਉਸ ਤੋਂ ਫਾਇਦਾ ਨਹੀਂ ਲੈ ਸਕਦਾ ਕਿਉਂਕਿ ਉਹਦੇ ਕੋਲ ਕੋਈ ਵੀ ਸਰਟੀਫਿਕੇਟ ਨਹੀਂ। ਪਰ ਜਿਹਨੇ ਕਿਸੇ ਵੀ ਯੂਨੀਵਰਸਿਟੀ ਤੋਂ ਲੈ ਕੇ ਇੱਕ ਐਡਮਿਸ਼ਨ ਲੈ ਕੇ ਪੜ੍ਹਾਈ ਕਰੀ ਹੈ ਉਹ ਸਰਟੀਫਾਈਡ ਹੈ, ਉਸ ਤੋਂ ਪੂਰਾ ਲਾਭ ਲੈ ਸਕਦਾ। ਇਸੇ ਤਰ੍ਹਾਂ ਹੀ ਜਿਹੜਾ ਗੁਰੂ ਦੇ ਰਾਹੀਂ ਨਾਮ ਜਪਿਆ ਹੈ ਉਹ ਗੁਰੂ ਦੇ ਖਜ਼ਾਨੇ ਦੇ ਵਿੱਚ ਜਾਂਦਾ ਹੈ ਅਤੇ ਗੁਰੂ ਉਸ ਨੂੰ ਪੂਰਨ ਸਫਲਤਾ ਦਿੰਦਾ ਹੈ। ਇਸ ਕਰਕੇ ਗੁਰੂ ਦੇ ਬਹੁਤ ਜ਼ਿਆਦਾ ਲੋੜ ਹੈ। ਗੁਰੂ ਤੋਂ ਬਿਨਾਂ ਜੇ ਅਸੀਂ ਕਹੀਏ
कि धर्म ते चलिया ही नहीं जा सकता तो यह बिल्कुल सच है। सो इस करके असी गुरु दे लड़ लगना, गुरु दी गल नूं मनना, असल विच गुरु दी गल मनना ही गुरु दे नाल साडा जिहड़ा है लिंक जुड़ता है। असी मत्थे टेकी जाइए, रोज परिक्रमा करी जाइए, देगा कराई जाइए, चाहे चाहे असी रुमाल चलाई जाइए, चाहे होर दान पुन करी जाइए, ये गल माड़ियां नहीं हन, पर यह पूर्ण सफलता वालियां भी नहीं हन। असल गल है गुरु दी गल नूं मनना। पन्नू लाई बाइंड या तो बाबा पन्नू, गुरु दी गल असी मननी है। गुरु तो कहना है भी गुर सतगुर का जो सिख खाए सो पल के उठ हर नाम से। बाबा पन्नू लाइव आ इंडिया तो इत्थे रहिंदे ने। बलजीत सिंह जी, आवाज आवाज आ रही है कोई? वाहिगुरु जी। गुर सतगुर का जो सिख खाए सो पल के उठ हर नाम ते आवे, उद्यम करे पल के प्रभाती, स्नान करे अमृत सर नावे, उपदेश गुरु हरा जप जापै, सब के लोग पाप दुख लै जावे। ये सारा शब्द सानू सिख्या देंदा है। ये गुरु की सिख्या है कि सिख दे ले, सिख दा रोज दा कर्म की है। हुण जे असीं गुरु नाल लिंक जोड़ांगे, गुरु नूं गुरबाणी नूं पढ़ांगे, तां ही सानू पता लगेगा। असीं सवेरे उठ के पहला नाम जपण दा हुक्म है, इशनान करना बहुत जरूरी है, पर बार बार सानू नाम जपण दा ही उपदेश आएगा। इस शब्द के विच सानू बार बार नाम जपण दा उपदेश है। फिर चढ़िया दिवस गुरबाणी गावे, फिर भी कहिंदे ने उठदिया बहिंदिया हर नाम ते आवे, फिर भी नाम जपना है। क्योंकि नाम तो बिना जे असीं नाम विचों कढ दईए तां साडे कोल कुछ भी बाकी नहीं बचता। सो ਇਹ ਸਾਡੀ ਇੱਕ ਕਿਸਮ ਦੀ, ਮੈਂ ਕਹਿ ਸਕਦਾ ਕਿ ਸਾਡੇ ਕਰਮਾਂ ਦੀ ਘਾਟ ਕਹੀਏ ਜਾਂ ਕੋਈ ਹੋਰ ਸਾਡੀ ਘਾਟ ਕਹੀਏ, ਕਿ ਅਸੀਂ ਨਾਮ 'ਤੇ ਜਿੰਨਾ ਜ਼ੋਰ ਦਿੱਤਾ ਗੁਰੂ ਸਾਹਿਬ ਨੇ, ਓਨਾ ਹੀ ਅਸੀਂ ਇਸ ਨੂੰ ਘੱਟ ਜਪਦੇ ਹਾਂ। ਜਿੰਨਾ ਜ਼ੋਰ ਬਾਣੀ ਦੇ ਵਿੱਚ ਨਾਮ 'ਤੇ ਦਿੱਤਾ ਗਿਆ, ਹੋਰ ਕਿਸੇ ਚੀਜ਼ 'ਤੇ ਨਹੀਂ। ਦੋ ਚੀਜ਼ਾਂ 'ਤੇ ਬਹੁਤਾ ਜ਼ੋਰ ਹੈ, ਸਤਸੰਗਤ ਕਰਨ 'ਤੇ ਅਤੇ ਨਾਮ ਜਪਣ 'ਤੇ। ਸਤਸੰਗਤ ਤੋਂ ਬਿਨਾਂ ਸਾਨੂੰ ਸੋਝ ਹੀ ਨਹੀਂ ਆਉਂਦੀ। ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ। ਗੁਰਬਾਣੀ ਨੇ ਅਸਲ ਸਾਨੂੰ ਨਾਮ ਵੱਲ ਜੋੜਨਾ ਹੈ। ਮਨ ਹਾਲੀ ਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਜਿਵੇਂ ਕੋਈ ਕਿਸਾਨ ਨੇ ਖੇਤ ਵਾਹਿਆ, ਉਹਦੇ ਘਾਟ ਘਾਹ ਬੂਟ ਚੁੱਕ ਦਿੱਤਾ, ਸੋਹਣਾ ਬਣਾ ਲਿਆ ਕਰਕੇ, ਖਾਦ ਵੀ ਪਾਤੀ ਉਹ 'ਚ, ਹੋਰ ਸਭ ਕੁਛ ਪਾਤਾ, ਪਰ ਨਾਮ ਦਾ ਬੀਜ ਨਹੀਂ ਪਾਇਆ। ਬਿਨਾਂ ਨਾਮ ਦੇ ਬੀਜ ਤੋਂ ਕਿਸੇ ਖੇਤ ਦੇ ਵਿੱਚੋਂ ਕੋਈ ਵੀ ਲਾਭ ਪ੍ਰਾਪਤ ਨਹੀਂ ਹੋ ਸਕਦਾ, ਕੋਈ ਵੀ ਉਹਨੂੰ ਚੀਜ਼ ਨਹੀਂ ਮਿਲ ਸਕਦੀ, ਕਿੰਨਾ ਹੀ ਉਹ ਉਸਨੂੰ ਸ਼ੁੱਧ ਕਰ ਲਵੇ। ਸੋ ਬਾਣੀ ਸਾਨੂੰ ਉਪਦੇਸ਼ ਕਰਦੀ ਹੈ, ਦੱਸਦੀ ਹੈ ਕਿ ਨਾਮ ਜਪਣ ਦੇ ਕੀ ਫਾਇਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਮਿੰਟ, ਆਵਾਜ਼ ਉਹਨਾਂ ਦੀ ਮਿਊਟ ਹੋ ਗਈ, ਭਾਈ ਸਾਹਿਬ ਹੋਣਾ ਦੀ, ਉਹਨਾਂ ਦਾ ਅਨਮਿਊਟ ਕਰ ਦਿਓ ਪਲੀਜ਼। ਹਾਂਜੀ ਵਾਹਿਗੁਰੂ ਜੀ, ਇਹਨਾਂ ਦੀ ਆਵਾਜ਼ ਮਿਊਟ ਹੋ ਗਈ ਹੈ, ਕਿਰਪਾ ਕਰਕੇ ਅਨਮਿਊਟ ਕਰ ਲੈਣ ਜਾਂ। ਵਾਹਿਗੁਰੂ ਵਾਹਿਗੁਰੂ। ਪ੍ਰੀਤ
ਵਾਹਿਗੁਰੂ ਵਾਹਿਗੁਰੂ ਜੀ ਹਾਂਜੀ ਕਰੋ ਕਿਰਪਾ ਹਾਂਜੀ ਸੋ ਬਾਣੀ ਪੜ੍ਹਨੀ ਹੈ ਆਪਣੇ ਆਪ ਨੂੰ ਸਵਾਰਨ ਦੇ ਲਈ ਕਿਉਂਕਿ ਖੇਤ ਸਵਾਰੇ ਤੋਂ ਬਿਨਾਂ ਜੇ ਅਸੀਂ ਘਾਹ ਬੂਟ ਦੇ ਵਿੱਚ ਨਾਮ ਬੀਜ ਦੇਵਾਂ ਕੋਈ ਬੀਜ ਬੀਜ ਦੇਵਾਂਗੇ ਉਹ ਸਫਲ ਨਹੀਂ ਹੁੰਦਾ ਪੜ੍ਹਦਾ ਨਹੀਂ ਸੋ ਬਾਣੀ ਪੜ੍ਹ ਕੇ ਅਸੀਂ ਆਪਣੇ ਜਿਹੜਾ ਖੇਤ ਰੂਪੀ ਇਹ ਜਿਹੜਾ ਹੈਗਾ ਸਰੀਰ ਹੈ ਇਹਨੂੰ ਸ਼ੁੱਧ ਕਰਨਾ ਸਾਫ ਕਰਨਾ ਹੈ ਸਵੱਛ ਕਰਨਾ ਹੈ ਇਹਦੇ ਵਿੱਚ ਨਾਮ ਦਾ ਬੀਜ ਪਾਉਣਾ ਤੇ ਫਿਰ ਸਰਮ ਪਾਣੀ ਤਨ ਖੇਤ ਸਰਮ ਕਹਿੰਦੇ ਨੇ ਵੈਸੇ ਕਾਲ ਨੂੰ ਮਿਹਨਤ ਨੂੰ ਮਿਹਨਤ ਕਰਨ ਤੋਂ ਬਿਨਾਂ ਕੋਈ ਵੀ ਸਾਨੂੰ ਚੀਜ਼ ਪ੍ਰਾਪਤ ਨਹੀਂ ਹੁੰਦੀ ਨਾਮ ਜਪਣਾ ਮਿਹਨਤ ਕਰਕੇ ਹੈ ਕਾਲ ਕਾਲ ਖਾਏ ਕਿਸਥੋਂ ਦੇ ਨਾਨਕ ਰਾਹ ਕਾਲ ਤੋਂ ਪਾਵਦਾ ਮਿਹਨਤ ਕਰਨੀ ਸੋ ਨਾਮ ਜਪਣਾ ਹੈ ਬਾਣੀ ਪੜ੍ਹਨੀ ਹੈ ਸਤਸੰਗਤ ਕਰਨੀ ਹੈ ਇਹ ਸਾਰਾ ਕੁਛ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਲੱਖ ਸਿਆਣਪਾਂ ਸਾਡੇ ਕੋਲ ਹੋਣ ਲੱਖ ਸਾਡੀਆਂ ਅਸੀਂ ਕੋਈ ਹੋਰ ਤਰਕੀਬਾਂ ਵਰਤੀਏ ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਇਸ ਮਾਰਗ 'ਤੇ ਚੱਲਣਾ ਅਤਿ ਕਠਿਨ ਕਹੀਏ ਕਿ ਅਸੰਭਵ ਹੈ ਕਠਿਨ ਨਹੀਂ ਅਸੰਭਵ ਹੋ ਹੀ ਨਹੀਂ ਸਕਦਾ ਸੋ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਅਸੀਂ ਗੁਰੂ ਦੇ ਲੜ ਲੱਗੀਏ ਗੁਰੂ ਦਾ ਜੋ ਕਹਿਆ ਹੈ ਉਸਨੂੰ ਫਿਰ ਕਮਾਈਏ ਤਾਂ ਅਸੀਂ ਇਸ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਅਤੇ ਜਿਹਦੀ ਵਿਆਖਿਆ ਜਿਹੜੀ ਹੈ ਉਹ ਇਸਦਾ ਕੋਈ ਐਂਡ ਨਹੀਂ ਇਸਦੀ ਵਿਆਖਿਆ ਕਿਉਂਕਿ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਉਹ ਨਾਮ ਦੀ ਹੀ ਗੱਲ ਕਰਦੇ ਨੇ ਸਾਰਾ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਗੁਰੂ ਦੀ ਹੀ ਗੱਲ ਕਰਦੇ ਜਦੋਂ ਪਰਮੇਸ਼ੁਰ ਖੁਸ਼ ਹੁੰਦਾ ਹੈ ਪਹਿਲਾ ਕੰਮ ਉਹ ਕਰਦਾ ਹੈ ਗੁਰੂ ਨਾਲ ਮਿਲਾਪ ਹੁੰਦਾ ਸਾਡਾ ਜਦੋਂ ਗੁਰੂ ਸਾਡੇ 'ਤੇ ਖੁਸ਼ ਹੁੰਦਾ ਹੈ ਉਹ ਪਰਮੇਸ਼ੁਰ ਨਾਲ ਸਾਡਾ ਮਿਲਾਪ ਕਰਾਉਂਦਾ ਹੈਗਾ ਸਾਹ ਪਠਾਇਆ ਸਾਹ ਹੈ ਪਾਸ ਅਮੋਲ ਰਤਨ ਅਮੋਲਾ ਦਾਸ ਵਿਸ਼ਵ ਪਾਇਆ ਪਾਏ ਮੀਤ ਸੌਦਾ ਮਿਲਿਆ ਨਹੀਂ ਚਰਚੀਤ ਸ਼ਾਹ ਵਾਹਿਗੁਰੂ ਕਿਹਨੂੰ ਬਣਾਉਂਦਾ ਹੈ ਗੁਰੂ ਸ਼ਾਹ ਨੂੰ ਅਤੇ ਗੁਰੂ ਸ਼ਾਹ ਕੀ ਕਰਦਾ ਫਿਰ ਉਹ ਅਮੋਲ ਰਤਨ ਜਿਹੜਾ ਹੈਗਾ ਨਾਮ ਦਾ ਉਹ ਦਿੰਦਾ ਉਸ ਤੋਂ ਸਾਨੂੰ ਕੀ ਮਿਲਦਾ ਹੈ ਸਾਡੇ ਮਨ ਦਾ ਟਿਕਾ ਮਿਲਦਾ ਹੈ ਮਨ ਦੇ ਵਿੱਚ ਵਿਸ਼ਵਾਸ ਆਉਂਦਾ ਹੈ ਅਤੇ ਮਨ ਦੇ ਵਿੱਚ ਟਿਕਾ ਆਉਂਦਾ ਜਿਹੜਾ ਸਾਡਾ ਨਾਮ ਜਪਣਾ ਹੈ ਨਾ ਜੇ ਕਿਸੇ ਵੀਰ ਨੇ ਦੇਖਣਾ ਹੋਵੇ 68 ਅੰਗ ਤੇ ਸ੍ਰੀ ਰਾਗ ਦੇ ਵਿੱਚ ਹੈਗੀ ਹੈ ਅਸ਼ਟਪਦੀ ਹੈ ਉਹ ਸਾਰੀ ਸਹਿਜ ਦੀ ਅਸ਼ਟਪਦੀ ਹੈ ਸਹਿਜ ਸਹਿਜ ਜਪਿਆ ਹੀ ਸਾਡਾ ਪ੍ਰਵਾਨ ਹੁੰਦਾ ਹੈ ਜਿਹੜਾ ਅਸੀਂ ਬਹੁਤ ਜ਼ੋਰ ਲਾ ਲਾ ਕੇ ਕਰਦੇ ਹਾਂ ਉਹ ਮੈਂ ਇਹ ਨਹੀਂ ਕਹਿੰਦਾ ਕੋਈ ਚੀਜ਼ ਨਿਸਫਲ ਨਹੀਂ ਹੈ ਉਸ ਪੌੜੀ ਦੇ ਵਿੱਚ ਉਸ ਅਸ਼ਟਪਦੀ ਕਾਫ਼ੀ ਵੱਡੀ ਹੈ ਉਹਦੇ ਇਤਨੇ ਸਹਿਜ ਜਪਿਆ ਹੀ ਪ੍ਰਵਾਨ ਉਹਦੇ ਵਿੱਚ ਤਾਂ ਇਸ ਤਰ੍ਹਾਂ ਲਿਖਿਆ ਉਹਨਾਂ ਦਾ ਇੱਥੇ ਤੱਕ ਵੀ ਲਿਖਿਆ ਹੋਇਆ ਪੰਜਵੀਂ ਉਹ ਪੌੜੀ ਹੈਗੀ ਆਪਣੇ ਤੀਜੇ ਪਾਤਸ਼ਾਹ ਸਾਹਿਬ ਜੀ ਦਾ ਹੈਗਾ ਅਸ਼ਟਪਦੀ ਆ ਉਹ ਤੀਜੇ ਪਾਤਸ਼ਾਹ ਕਹਿੰਦੇ ਨੇ ਵੀ ਸਹਿਜ ਜਪਿਆ ਹੀ ਪ੍ਰਵਾਨ ਹਾਂਜੀ ਸਹਿਜ ਜਪਿਆ ਹੀ ਪ੍ਰਵਾਨ ਹੁੰਦਾ ਸੋ ਸਹਿਜ ਤੋਂ ਭਾਵ ਹੁੰਦਾ ਟਿਕਾ ਟਿਕਾ ਤੋਂ ਭਾਵ ਨਾਲ ਹੁੰਦਾ ਸੁਣਨਾ ਜੇ ਤੁਸੀਂ ਸੁਣਦੇ ਨਹੀਂ ਨਾ ਤਾਂ ਵੀ ਤੁਹਾਨੂੰ ਪੂਰਨ ਸਫਲਤਾ ਪ੍ਰਾਪਤ ਨਹੀਂ ਹੁੰਦੀ ਸੁਣਿਆ ਮੰਨਿਆ ਮਨ ਕੀਤਾ ਪਾਓ ਤਿੰਨੇ ਗੱਲ ਹੋਣੇ ਚਾਹੀਦੀਆਂ ਨੇ ਜਿੰਨੀ ਸੁਣ ਕੇ ਮੰਨਿਆ ਦੋ ਕੰਮ ਪਹਿਲਾਂ ਸੁਣਨਾ ਫਿਰ ਮੰਨਣਾ ਪਹਿਲਾਂ ਚਾਰ ਪੌੜੀਆਂ ਸੁਣਨ ਦੀਆਂ ਨੇ ਫਿਰ ਚਾਰ ਪੌੜੀਆਂ ਮੰਨਣ ਦੀਆਂ ਨੇ ਉਸ ਤੋਂ ਪਿੱਛੋਂ ਹੀ ਸਾਨੂੰ ਪ੍ਰਾਪਤੀ ਹੁੰਦੀ ਹੈ ਸੋ ਅਸੀਂ ਜਿਵੇਂ ਮਦਾਵਣੀ ਦੇ ਵਿੱਚ ਜਿਹੜਾ ਹੈਗਾ ਪਹਿਲਾ ਸ਼ਬਦ ਦੇ ਵਿੱਚ ਆਉਂਦਾ ਹੈ ਮਦਾਵਣੀ ਮਹੱਲਾ ਪੰਜਵਾਂ ਥਾਲਤਨ ਵਸਤੂ ਸਤਸੰਦੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਖਾਣ ਦਾ ਜਿਹੜਾ ਸੁਣਨਾ ਹੈ ਨਾ ਇਹੀ ਸ਼ਬਦ ਨੂੰ ਖਾਣਾ ਹੈ ਜੇਕਰ ਤੁਸੀਂ ਤਿਆਰ ਕਰੀ ਜਾਓ ਪ੍ਰਸ਼ਾਦ
ਤਿਆਰ ਕਰਕੇ ਰੱਖੀ ਜਾਓ ਚਾਹੇ ਤੁਸੀਂ ਬੜੇ ਬੜੇ ਸਟੋਰ ਭਰ ਲਓ ਤਿਆਰ ਕਰਕੇ ਪਰ ਖਾਓ ਨਾ ਕੀ ਲਾਭ ਹੋਵੇਗਾ ਸੋ ਇਸੇ ਤਰ੍ਹਾਂ ਹੀ ਜਿਹੜਾ ਅਸੀਂ ਬੋਲਦੇ ਹਾਂ ਬੋਲਣ ਦੇ ਨਾਲ ਸ਼ਬਦ ਤਿਆਰ ਹੁੰਦਾ ਪ੍ਰਸ਼ਾਦ ਤਿਆਰ ਹੁੰਦਾ ਖਾਂਦੇ ਕੰਨ ਨੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਉਦਾਰੋ ਜਿਹੜਾ ਖਾਊਗਾ ਸ਼ਬਦ ਨੂੰ ਦੇਖੇ ਵਿੰਜਨ ਪਰੋਸਨ ਹਾਰ ਹੈ ਜਿਨਕੀਨੋ ਤੇ ਤ੍ਰਿਪਤਾਰ ਹੈ ਭੋਜਨ ਦੇਖਿਆ ਥਾਲ ਪਿਆ ਮੂਹਰੇ ਸੋਹਣਾ ਲੱਗਦਾ ਪਰ ਜਿਹੜਾ ਖਾਊਗਾ ਉਹੀ ਰੱਜੂਗਾ ਜਿਹੜਾ ਖਾਊਗਾ ਉਸੇ ਦੇ ਹੀ ਅੰਦਰ ਜਾ ਕੇ ਭੋਜਨ ਨੇ ਤਾਕਤ ਬਣਨੇ ਬਣਨੀ ਹੈਗੀ ਹੈ ਉਸੇ ਨੇ ਸਾਨੂੰ ਰਸ ਦੇਣਾ ਹੈ ਉਸਨੇ ਸਭ ਕੁਛ ਦੇਣਾ ਹੈ ਉਦੋਂ ਪਿੱਛੋਂ ਆਉਂਦਾ ਪੁੰਚਣਾ ਜੇ ਉਹ ਖਾਵਾ ਜੇ ਕੋ ਪੁੰਚਾ ਪੁੰਚਾ ਦਾ ਮਤਲਬ ਹੁੰਦਾ ਹਜ਼ਮ ਕਰਨਾ ਜੇ ਅਸੀਂ ਪਿੱਛੋਂ ਕਹਿਤਾ ਉੱਠ ਕੇ ਵੀ ਮੈਂ ਤਾਂ ਅੱਜ ਇੰਨਾ ਚਿਰ ਨਾਮ ਜਪਿਆ ਮੈਂ ਤਾਂ ਅੱਜ 1 ਵਜੇ ਉੱਠਿਆ ਸੀ ਬਸ ਉਹ ਜਿਹੜਾ ਸੀਗਾ ਉਲਟੀ ਆ ਗਈ ਹੁਣ ਇਹ ਉਲਟੀ ਆਉਣ ਨਾਲ ਕੀ ਹੁੰਦਾ ਜਿਹੜੀ ਤੁਹਾਡੀ ਪਹਿਲੀ ਤਾਕਤ ਸੀ ਉਹ ਵੀ ਨਾਲ ਗਈ ਸੋ ਜਿਉਂ ਜਿਵੇਂ ਭੋਜਨ ਨੂੰ ਖਾ ਕੇ ਹਜ਼ਮ ਕਰਨਾ ਜ਼ਰੂਰੀ ਹੈ ਇਸੇ ਤਰ੍ਹਾਂ ਹੀ ਬਾਣੀ ਨੂੰ ਵੀ ਸਿਮਰਨ ਨੂੰ ਵੀ ਖਾ ਕੇ ਹਜ਼ਮ ਕਰਨਾ ਬਹੁਤ ਜ਼ਰੂਰੀ ਹੈ ਹਜ਼ਮ ਕਰਨਾ ਇਹੀ ਹੈ ਕਿ ਸਗੋਂ ਇਉਂ ਕਹਿਣਾ ਹੈ ਕਿ ਗੁਰੂ ਦੀ ਕਿਰਪਾ ਹੋਈ ਹੈ ਉਠਾਇਆ ਗੁਰੂ ਨੇ ਕਿਰਪਾ ਕਰਕੇ ਗੁਰੂ ਨੇ ਕਿਰਪਾ ਕਰਕੇ ਹੀ ਨਾਮ ਜਪਿਆ ਔਰ ਇਹ ਸੱਚ ਵੀ ਹੈ ਜੇ ਗੁਰੂ ਕਿਰਪਾ ਨਾ ਕਰੇ ਨਾ ਨਾਮ ਜਪਿਆ ਜਾ ਸਕਦਾ ਨਾ ਹੀ ਹਜ਼ਮ ਹੋਇਆ ਜਾ ਸਕਦਾ ਸੋ ਹਰ ਵੇਲੇ ਅਸੀਂ ਗੁਰੂ ਦੇ ਨਾਲ ਲੈਣਾ ਹਰ ਵੇਲੇ ਗੁਰੂ ਨੂੰ ਆਪਣੇ ਨਾਲ ਸਮਝਣਾ ਨਾਲ ਮੰਨਣਾ ਗੁਰੂ ਦੀ ਵਡਿਆਈ ਤਾਂ ਬਹੁਤ ਵੱਡੀ ਹੈ ਜਿਹੜਾ ਕੇਰਾ ਗੁਰੂ ਨੂੰ ਆਪਣੀ ਬਾਂਹ ਫੜਾ ਦੇਵੇ ਚਾਹੇ ਉਹ ਬਾਂਹ ਛਡਾਵੇ ਵੀ ਆਪਣੀ ਤਾਂ ਵੀ ਗੁਰੂ ਬਾਂਹ ਨਹੀਂ ਛੱਡਦਾ ਤੇ ਸਾਡਾ ਇਤਿਹਾਸਕ ਪੱਖ ਸਾਡੇ ਸਾਹਮਣੇ ਹੈ 40 ਜਿਹੜੇ ਮੁਕਤੇ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਵਿਦਾਵ ਸਾਫ਼ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਹੈਗੇ ਅਸੀਂ ਤੁਹਾਡੇ ਸਿੱਖ ਨਹੀਂ ਲਿਖ ਕੇ ਦਿੱਤਾ ਹੁਣ ਦੇਖੋ ਤੁਸੀਂ ਗੁਰੂ ਦੀ ਕਿਰਪਾ ਦੇਖੋ ਗੁਰੂ ਦਾ ਦਇਆ ਦੇਖੋ ਗੁਰੂ ਦੀ ਸਮਰੱਥਾ ਦੇਖੋ ਗੁਰੂ ਕੀ ਕਰ ਰਿਹਾ ਗੁਰੂ ਕਹਿ ਸੋਚਦਾ ਹੈ ਬਈ ਗੁਰੂ ਕਹਿੰਦਾ ਤਾਂ ਬੱਚੇ ਨੇ ਇਹਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਸਿਆਣੇ ਨਹੀਂ ਹਨ ਮੂਰਖ ਨੇ ਪਰ ਮੈਂ ਤਾਂ ਇਹਨਾਂ ਦਾ ਬਾਂਹ ਫੜੀਆ ਛੱਡਣੀ ਨਹੀਂ ਹੈਗੀ ਸਿੱਖਾਂ ਨੇ ਬਾਂਹ ਛਡਾਈ ਹੈ ਗੁਰੂ ਨੇ ਬਾਂਹ ਨਹੀਂ ਛੱਡੀ ਇਹ ਸਾਡਾ ਇਤਿਹਾਸ ਹੈ ਗੁਰੂ ਦੀ ਮਹੱਤਵ ਦਾ ਜਿਹੜਾ ਇੱਕ ਵਾਰ ਗੁਰੂ ਨੂੰ ਆਪਣੀ ਬਾਂਹ ਫੜਾ ਦੇਵੇ ਗੁਰੂ ਉਸ ਦਾ ਉਹਦੀ ਬਾਂਹ ਨਹੀਂ ਛੱਡਦਾ ਕਿਉਂਕਿ ਜਾਣਦਾ ਗੁਰੂ ਕਿ ਬੱਚੇ ਭੁੱਲ ਗਏ ਹਨ ਇਹਨਾਂ ਨੂੰ ਇੰਨੀ ਸੋਝੀ ਨਹੀਂ ਇਹਨਾਂ ਨੂੰ ਪਤਾ ਨਹੀਂ ਮੇਰੇ ਬੱਚੇ ਨੇ ਮੈਂ ਇਹਨਾਂ ਦੀ ਬਾਂਹ ਨਹੀਂ ਛੱਡਣੀ ਸੋ ਗੁਰੂ ਜਿਹੜਾ ਹੈ ਗੁਰੂ ਬਹੁਤ ਦਿਆਲੂ ਹੈ ਗੁਰੂ ਸਾਡੇ ਜੇ ਔਗਣ ਵੇਖੇ ਨਾ ਤਾਂ ਸਾਡੇ ਸਾਰਾ ਕੁਛ ਸਾਡਾ ਬੰਦ ਕਰ ਦੇਵੇ ਖਾਣਾ ਪੀਣਾ ਅਤੇ ਉਹ ਸਭ ਕੁਛ ਪਰ ਨਹੀਂ ਉਹ ਸਾਡੇ ਦੁੱਖ ਦੇਖਦਾ ਪਰ ਸਾਡੇ 'ਤੇ ਕਿਰਪਾ ਕਰਨੀ ਉਹ ਬਖਸ਼ਾਂ ਕਰਨੀਆਂ ਬੰਦ ਨਹੀਂ ਕਰਦਾ ਸੋ ਐਸਾ ਗੁਰੂ ਜਿਹੜਾ ਹੈ ਜਿਹੜਾ ਗੁਰੂ ਸਾਡੇ ਲੋਕ ਪਰਲੋਕ ਨੂੰ ਸਹੇਲੇ ਕਰਨ ਵਾਲਾ ਹੈ ਜਿਹੜਾ ਸਾਡੇ ਹਰ ਵੇਲੇ ਸਾਡੇ ਸੰਗ ਸਾਥ ਰਹਿਣ ਵਾਲਾ ਹੈ ਐਸੇ ਗੁਰੂ ਤੋਂ ਬਿਨਾਂ ਸਾਡਾ ਜੀਵਨ ਨਿਸ਼ਫਲ ਹੈ ਅਸੀਂ ਉਸ ਤੋਂ ਬਿਨਾਂ ਉਸਨੂੰ ਤਾਂ ਹਰ ਵੇਲੇ ਅੰਗ ਸੰਗ ਜਾਣਦਾ ਸਤਿਗੁਰੂ ਮੇਰਾ ਗੁਰੂ ਮੇਰੇ ਸੰਗ ਸਦਾ ਹੈ ਨਾਲ ਸਿਮਰ ਸਿਮਰ ਤੇ ਸਦਾ ਸੰਭਾਲੇ ਜੇ ਅਸੀਂ ਉਹਨੂੰ ਯਾਦ ਕਰ ਰਹੇ ਹਾਂ ਤਾਂ ਗੁਰੂ ਸਾਡੇ ਹਮੇਸ਼ਾ ਨਾਲ ਹੈ ਜਿਹਦੇ ਨਾਲ ਗੁਰੂ ਹੈ ਉਹਨੂੰ ਕਿਸੇ ਕਿਸਮ ਦਾ ਵੀ ਕੋਈ ਕਮੀ ਕੋਈ ਘਾਟਾ ਉਸਨੂੰ ਆ ਹੀ ਨਹੀਂ ਸਕਦਾ ਜੀਵਨ ਦੇ ਵਿੱਚ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਅਸੀਂ ਮੰਗਦੇ ਹਾਂ ਕਦੇ ਅਸੀਂ ਕਹਿੰਦੇ ਹਾਂ ਰੋਗ ਦੇ ਅਰੋਗਤਾ ਮੰਗਦੇ ਹਾਂ ਕਦੇ ਅਸੀਂ ਸੰਸਾਰ ਦੀਆਂ ਚੀਜ਼ਾਂ ਮੰਗਦੇ ਹਾਂ ਇਹ ਤਾਂ ਗੁਰੂ ਦੇ ਲਈ ਖਿਲਾਉਣੇ ਨੇ ਇਹ ਤਾਂ ਇਹਨਾਂ ਦੇ ਕੋਈ ਖਾਸ ਮਹੱਤਵ ਨਹੀਂ ਹੈ ਗੁਰੂ ਦੇ ਕੋਲ ਜੇ ਸਭ ਤੋਂ ਕੀਮਤੀ ਚੀਜ਼ ਹੈ ਉਹ ਹੈ ਨਾਮ ਨਾਮ ਜਿਹਨੂੰ ਦੇ ਦੇਵੇ ਸਮਝੋ ਉਸ 'ਤੇ ਗੁਰੂ ਦੀਆਂ ਪੂਰਨ ਕਿਰਪਾਲਤਾ ਹੋ ਗਈ ਔਰ ਨਾਮ ਜਿਹੜਾ ਹੈ ਉਹ ਕਿਸੇ ਤਰ੍ਹਾਂ ਕੋਈ ਮਿਲਦਾ ਨਹੀਂ ਹੋਰ ਕਿਸੇ ਤਰ੍ਹਾਂ ਵੀ
ਕੰਚਨ ਸੋ ਪਾਈਆ ਨੀ ਤੋਲ ਮਨ ਦੇ ਰਾਮ ਲਿਆ ਹੈ ਮੋਲ ਆਪਣਾ ਮਨ ਹੀ ਗੁਰੂ ਨੂੰ ਦੇ ਕੇ ਤਾਂ ਅਸੀਂ ਨਾਮ ਦੀ ਪ੍ਰਾਪਤੀ ਦੇ ਵਿੱਚ ਪੂਰਨ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਸੋ ਮਨ ਸੌਂਪਣਾ ਹੈ ਜੀਵਤ ਮਰੈ ਮਰੈ ਫੁਨ ਜੀਵੈ ਪੁਨਰਪ ਜਨਮਣਾ ਫਿਰ ਉਹਨੂੰ ਦੁਬਾਰਾ ਜਨਮ ਨਹੀਂ ਹੁੰਦਾ ਜਿਹੜਾ ਜੀਵਦਾ ਮਰ ਜਾਵੇ ਜੀਵਦਾ ਮਰਨ ਤੋਂ ਭਾਵ ਅਸਲ ਇਹ ਹੈ ਕਿ ਆਪਣੀ ਮਤ ਤਿਆਗੋ ਹਰ ਜਨ ਇਹ ਬਾਤ ਕਿੱਥੇ ਨਹੀਂ ਔਖਾ ਕੰਮ ਹੈ ਆਪਣੀ ਮਤ ਛੱਡਣੀ ਪਰ ਆਪਣੀ ਮਤ ਛੱਡੇ ਤੋਂ ਬਿਨਾਂ ਗੁਰੂ ਦੀ ਮਤ ਨਹੀਂ ਆਉਂਦੀ ਜਿੰਨਾ ਚਿਰ ਅਸੀਂ ਆਪਣੀਆਂ ਮਤਾਂ ਦੇ ਵਿੱਚ ਆਪਣੀਆਂ ਸਿਆਣਪਾਂ ਦੇ ਵਿੱਚ ਚੱਲਦੇ ਹੈਗੇ ਓਨਾ ਚਿਰ ਗੁਰੂ ਸਾਡੇ ਨਾਲ ਸਾਡੇ ਪੂਰਨਤਾ ਸਫਲਤਾ ਨਹੀਂ ਦਿੰਦਾ ਸਾਨੂੰ ਛੱਡਦਾ ਨਹੀਂ ਵੈਸੇ ਕਦੇ ਵੀ ਪਰ ਉਹ ਸਗੋਂ ਗੁਰੂ ਵੀ ਹੋ ਪੈ ਜਾਂਦਾ ਵਿਚਾਰਾਂ ਚ ਵੀ ਇਹ ਦੇਖੋ ਇਹ ਮੇਰੇ ਤੇ ਪੂਰਾ ਵਿਸ਼ਵਾਸ ਨਹੀਂ ਕਰਦੇ ਸੋ ਅਸੀਂ ਰਲ ਮਿਲ ਕੇ ਗੁਰੂ ਦੇ ਉਸਤਤ ਕਰੀਏ ਜਿਹੜਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਸ਼ਬਦ ਹੈ ਇਹ ਸਾਰਾ ਗੁਰੂ ਦੀ ਮਹੱਤਵ ਹੈ ਕਈ ਇਸਦੇ ਅਰਥ ਦੂਜੇ ਲੋਟ ਵੀ ਕਰਦੇ ਨੇ ਪਰ ਉਹ ਅਰਥ ਸਹੀ ਨਹੀਂ ਹੈਗੇ ਕਿ ਮਾਂ ਹੀ ਗੁਰਦੇਵ ਹੈ ਪਿਓ ਹੀ ਗੁਰਦੇਵ ਹੈ ਇਹ ਨਹੀਂ ਹੈ ਨਾ ਸਾਡਾ ਗੁਰੂ ਹੀ ਸਾਡੀ ਮਾਂ ਹੈ ਗੁਰੂ ਹੀ ਪਿਓ ਹੈ ਗੁਰੂ ਹੀ ਸਾਡੇ ਲਈ ਤੀਰਥ ਹੈ ਗੁਰੂ ਹੀ ਸਾਡੇ ਲਈ ਸਭ ਕੁਛ ਹੈ ਔਰ ਇਹੀ ਸੱਚਾਈ ਹੈ ਇਸੇ ਤੇ ਇਸ ਪਹਿਰਾ ਦੇਵਾਂਗੇ ਗੁਰੂ ਦੇ ਪ੍ਰਾਇਣ ਹੋ ਕੇ ਜੀਵਨ ਜੀਵਾਂਗੇ ਤਾਂ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਸਫਲ ਹੋ ਸਕਦੇ ਹਾਂ ਤਦੇ ਹੀ ਅਸੀਂ ਜਿਹੜਾ ਹੈ ਆਪਣੇ ਧਰਮ ਦੀ ਜਿਹੜੀ ਕਮਾਈ ਹੈ ਜਾਂ ਹੋਰ ਸਾਡੇ ਪੰਥ ਦੀ ਜਿਹੜੀ ਚੜ੍ਹਦੀ ਕਲਾ ਉਹ ਸਾਰੀ ਨਾਮ ਕਰਕੇ ਹੀ ਹੋਣੀ ਹੈ ਤੇ ਮੈਂ ਦਾਸ ਇੱਥੇ ਹੀ ਆਪਣੇ ਵਿਚਾਰ ਨੂੰ ਸੰਕੋਚਦਾ ਹੋਇਆ ਤੇ ਆਪ ਤੋਂ ਮਾਫ਼ੀ ਮੰਗਦਾ ਕਿਉਂਕਿ ਇਹ ਵਿਸ਼ਾ ਬਹੁਤ ਵੱਡਾ ਹੈ ਇਸ ਵਿਸ਼ੇ ਤੇ ਬੋਲਣ ਦੇ ਲਈ ਬਹੁਤ ਟਾਈਮ ਵੀ ਬਹੁਤ ਹੁੰਦਾ ਚਾਹੀਦਾ ਇਹਦੇ ਲਈ ਬੋਲਣ ਦੇ ਲਈ ਮੇਰੇ ਲਈ ਤਾਂ ਔਖਾ ਲੱਗਦਾ ਹੁਣ ਕਿਉਂਕਿ ਮੈਂ ਤਾਂ ਹੁਣ ਮਤਹੀਣ ਹੋ ਗਿਆ ਭੁੱਲ ਜਾਣਾ ਛੇਤੀ ਸੋ ਇਸ ਕਰਕੇ ਮੈਨੂੰ ਮਾਫ਼ੀ ਬਖਸ਼ਿਸ਼ ਕਰਨਾ ਭੁੱਲਾਂ ਬਖਸ਼ ਲੈਣੀਆਂ ਤੇ ਅਸੀਂ ਨਾਮ ਬਾਣੀ ਬਲਾਈਏ ਅੰਮ੍ਰਿਤ ਛਕੀਏ ਦੂਜਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰੀਏ ਤੇ ਨਾਲ ਬਾਣੀ ਤੇ ਬਾਣਾ ਤੇ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਇਹ ਲੋਕ ਸੁਖੀਏ ਪਰ ਲੋਕ ਸੁਹਿਲਾ ਕਰ ਸਕਦੇ ਹਾਂ ਇੱਥੇ ਮਾਫ਼ੀ ਬਖਸ਼ਿਸ਼ ਕਰਨਾ ਜੀ ਭੁੱਲਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਕਿ ਇਹ ਜਿਹੜਾ ਵਿਸ਼ਾ ਵਾਕਿਆ ਹੀ ਬਹੁਤ ਵੱਡਾ ਬਹੁਤ ਡੂੰਘਾ ਹੈ ਸਤਿਗੁਰ ਦੀ ਮਹਾਨਤਾ ਇਹਦੇ ਕੁਝ ਮਿੰਟਾਂ ਚ ਤਾਂ ਕਦੀ ਵੀ ਨਹੀਂ ਦੱਸੀ ਜਾ ਸਕਦੀ ਮੈਂ ਤਾਂ ਇਹ ਵੀ ਕਹਿ ਸਕਦਾ ਕਿ ਇੱਕ ਉਮਰ ਵੀ ਇੱਕ ਲਾਈਫ ਵੀ ਬਹੁਤ ਥੋੜੀ ਹੈ ਕਿ ਕੋਈ ਸਤਿਗੁਰ ਦੇ ਗੁਣ ਗਾ ਦੱਸ ਸਕੇ ਸਤਿਗੁਰ ਦੇ ਤੇ ਪਰਮੇਸ਼ਰ ਇੱਕੋ ਚੀਜ਼ ਹੈ ਜਿੰਨੇ ਵੱਡੇ ਗੁਣ ਪਰਮੇਸ਼ਰ ਦੇ ਓਨੇ ਹੀ ਵੱਡੇ ਗੁਣ ਸਤਿਗੁਰੂ ਦੇ ਨੇ ਤੇ ਇੱਕ ਵਾਰੀ ਮਰਦਾਨਾ ਜੀ ਨੂੰ ਗੁਰੂ ਸਾਹਿਬ ਜੀ ਨੂੰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਕਹਿੰਦੇ ਕਿ ਮਹਾਰਾਜ ਬਈ ਆਪ ਜੀ ਦੇ ਜੇਵੜ ਕੋਈ ਹੋਰ ਹੈ ਨਹੀਂ ਤੇ ਇੱਕ ਪਰਮੇਸ਼ਰ ਆਪ ਜੀ ਦੇ ਜੇਵੜ ਹੋਵੇ ਤੇ ਹੋਵੇ ਹੋਰ ਕੋਈ ਨਹੀਂ ਹੈਗਾ ਤੇ ਕਿਉਂਕਿ ਪਰਮੇਸ਼ਰ ਨੂੰ ਤਾਂ ਮੈਂ ਜਾਣਦਾ ਨਹੀਂ ਆਪ ਜੀ ਨੂੰ ਜਾਣਦਾ ਤੇ ਮੈਂ ਇਹੀ ਕਹਿ ਸਕਦਾ ਆਪ ਜੀ ਜੇਵੜ ਕੋਈ ਨਹੀਂ ਤੇ ਗੁਰੂ ਨਾਨਕ ਸਾਹਿਬ ਜੀ ਉਹਦੇ ਮੂੰਹ ਤੇ ਹੱਥ ਰੱਖਤਾ ਕਹਿੰਦੇ ਮਰਦਾਨਿਆ ਇਹ ਵਚਨ ਨਾ ਕਹਿ ਇਹ ਵਚਨ ਹੋਰ ਨਾ ਚਲਾਈ ਤੇ ਪਰ ਇਹਦੇ ਵਿੱਚ ਸੱਚਾਈ ਵੀ ਹੈਗੀ ਹੈ ਕਿ ਪਰਮੇਸ਼ਰ ਤੇ ਗੁਰੂ ਇੱਕੋ ਹੀ ਹੈ ਪਰ ਗੁਰੂ ਦੀ ਇਹ ਸਦਾ ਹੀ ਵਡਿਆਈ ਹੈ ਕਿ ਉਹਨੇ ਪਰਮੇਸ਼ਰ ਦਾ ਦਾਸ ਕਹਿਣਾ ਆਪਣੇ ਆਪ ਨੂੰ ਨਾਚੀਏ ਚ ਕਹਿਣਾ ਗੁਰੂ ਧੰਨ ਗੁਰੂ ਨਾਨਕ ਸਾਹਿਬ ਮੂਰਖ ਵੀ ਕਹਿੰਦੇ ਕਿੱਡੀ ਵਡਿਆਈ ਸਤਿਗੁਰ ਜੀ ਦੀ ਕਿੰਨੀ ਨਿਮਰਤਾ ਦੀ ਹੱਦ ਹੈ ਸਭ ਤੋਂ ਵੱਡੀ ਇਹੀ ਹੈ ਕਿ ਉਹਨਾਂ ਨੇ ਕਿਤੇ ਆਪਣੇ ਆਪ ਨੂੰ ਜਣਾਇਆ ਹੀ ਨਹੀਂ ਆਪਣੇ ਆਪ ਨੂੰ ਕਿਹਾ ਹੀ ਨਹੀਂ ਮੈਂ ਕੁਛ ਹੈਗਾ
जी जी ठीक है भाई साहब जी, इस समय समा घट दे हुआ माफी करने आप जी, सदा ही आप जी नूं वेलकम है, जदों भी तुहाडे कोल समा होवे जिहड़े भी विषय ते आप जी विचार चरना चाहे आप जी नूं हमेशा जी आया है, अगले हफ्ते कृपा करनी फिर ठीक है जी। वाहिगुरु जी का खालसा वाहिगुरु जी। हुण ज्ञानी कुलविंदर सिंह जी जो खालसा कॉलेज सरी विच हैड ऑफ रिलीजन डिपार्टमेंट हैगे आ, बड़े चिर तो बच्चों नूं संथिया ते धार्मिक सिक्ख्या दे रहे आ, ते साडे पुराने मित्र भी है, ते गुरु साहब की कृपा नाल बहुत सोहना जीवन शुरू तो पढ़दियां तो लैके हुण तक मारे ने बख्शा है, ते ओह हुण जपजी साहब दे जिहड़े हैगे आ संथिया वांगू संथिया तो नहीं आपां दे विच की सिक्ख्या मिलदी है, ते ਉਹ ਜਿਹੜੇ ਪ੍ਰੋਨਾਉਂਸੀਏਸ਼ਨ ਆ ਉਹ ਵੀ ਉਹ ਦੱਸ ਦੇਣਗੇ, ਉਹਨਾਂ ਦੇ ਨਾਲ ਭੈਣ ਜੀ ਹੋਣਗੇ ਮਨਮੋਹਨ ਕੌਰ ਜਿਹਨਾਂ ਨੇ ਤਲਵਾੜਾ ਜੀ ਦੀ ਬਹੁਤ ਲੰਬੀ ਕੀਤੀ ਹੋਈ ਹੈ, ਅਤੇ ਉਹਨਾਂ ਦੀ ਨਾਲ ਰਹੇ ਹੋਏ ਆ, ਅਤੇ ਇੱਕ ਭਾਈ ਸਵਰਨ ਸਿੰਘ ਜੀ ਆ ਉਹ ਵੀ ਤਲਵਾੜਾ ਜੀ ਨਾਲ ਬਹੁਤ ਸਮਾਂ ਜੁੜੇ ਰਹੇ ਆ, ਅਤੇ ਸਭ ਜੀ ਨੂੰ ਬੇਨਤੀ ਕਰਦਾ ਕਿ ਆਪ ਜੀ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ। ਰਵਿੰਦਰ ਸਿੰਘ ਜੀ ਆਪ ਜੀ ਨੂੰ ਮੈਂ ਹੋਸਟ ਬਣਾਉਂਦਾ, ਤੁਸੀਂ ਆਪਣੀ ਸਕਰੀਨ ਸ਼ੇਅਰ ਕਰ ਸਕੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਅਸਲ ਜਿਹੜਾ ਇਹ ਕਾਰਜ ਹੈਗਾ ਗੁਰਬਾਣੀ ਦੇ ਅਰਥਬੋਧ ਦਾ ਜਾਂ ਉਚਾਰਨ ਦਾ, ਇਹ ਮੇਰੇ ਵੱਸ ਦੀ ਗੱਲ ਨਹੀਂ ਹੈਗੀ, ਪਰ ਆਪਾਂ ਭੈਣ ਜੀ ਹੁਣਾਂ ਨੂੰ, ਭੈਣ ਜੀ ਮਨਮੋਹਨ ਕੌਰ ਸੀਗੇ, ਭਾਜੀ ਸਵੰਤ ਸਿੰਘ ਜੀ ਭਾਈ ਸਾਹਿਬ ਸੀਗੇ, ਭਾਈ ਸਾਹਿਬ ਭਾਈ ਜਸਵੰਤ ਸਿੰਘ ਉਹਨਾਂ ਨੂੰ ਵੀ ਬੇਨਤੀ ਕੀਤੀ ਆ, ਉਹ ਵੀ ਆਪਣੇ ਨਾਲ ਹਾਜ਼ਰ ਹੋਣਗੇ, ਅਤੇ ਆਪਾਂ ਵਿੱਚ ਵਿੱਚ ਜਿਹੜੀ ਕੋਈ ਚੀਜ਼ ਕੋਈ ਪੁਸਤਕਾਂ ਤੋਂ ਪੜ੍ਹੀ ਹੋਈ ਆ ਜਾਂ ਵਿਆਕਰਣ ਦੀ ਜਿਹਨੂੰ ਗੁਰਬਾਣੀ ਗ੍ਰਾਮਰ ਕਹਿੰਦੇ ਆ ਉਹ ਸਾਂਝੀ ਕਰ ਸਕਾਂਗੇ, ਜਾਂ ਕਿਸੇ ਸ਼ਬਦ ਦੇ ਉਚਾਰਨ ਦੇ ਸੰਬੰਧੀ ਕੋਈ ਆਪਾਂ ਵਿਚਾਰ ਜਿਹੜੀ ਆ ਉਹ ਸਾਂਝੀ ਕਰ ਸਕਾਂਗੇ। ਅਤੇ ਆਪਣੇ ਨਾਲ ਭੈਣ ਜੀ ਮਨਮੋਹਨ ਕੌਰ ਹੈਗੇ ਆ, ਉਹ ਥੋੜ੍ਹਾ ਜਿਹਾ ਪਹਿਲਾਂ ਆਪਾਂ ਨਿਤਨੇਮ ਦੇ ਸੰਬੰਧ ਦੇ ਵਿੱਚ ਆਪਾਂ ਦੇਖੀਏ ਕਿ ਇੱਕ ਤਾਂ ਭੈਣ ਜੀ ਉਹਨਾਂ ਦੇ ਕੋਲ ਉਹਨਾਂ ਨੇ ਭਾਈ ਸਾਹਿਬ ਜੀ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਉਹਨਾਂ ਦੀ ਸੰਗਤ ਕਾਫੀ ਕੀਤੀ ਆ, ਅਤੇ ਉਹ ਆਪਣੇ ਨਾਲ ਕੁਛ ਸਾਂਝ ਪਾਉਣਗੇ। ਉਸ ਤੋਂ ਬਾਅਦ ਦੇ ਵਿੱਚ ਆਪਾਂ ਪਹਿਲਾਂ ਦੇਖੀਏ ਕਿ ਕੁਛ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿੱਦਾਂ ਨੌਜਵਾਨ ਵਿੱਚ ਹੈਗੇ ਆ ਨਿਤਨੇਮ ਦੇ ਸੰਬੰਧ, ਵੀ ਅਸੀਂ ਨਿਤਨੇਮ ਕਰਦੇ ਹਾਂ ਕਿਸ ਤਰ੍ਹਾਂ ਕਰਨਾ ਚਾਹੀਦਾ ਸਾਨੂੰ ਨਿਤਨੇਮ, ਜਾਂ ਅਸੀਂ ਨਿਤਨੇਮ ਕਰਦੇ ਹਾਂ ਅਤੇ ਜੇ ਸਾਨੂੰ ਅਰਥ ਬੋਧ ਹੋ ਜਾਂਦਾ ਆ ਗੁਰਬਾਣੀ ਦਾ ਫਰਜ਼ ਕੀਤਾ, ਇਹ ਤਾਂ ਕਿਰਪਾ ਆ ਨਾ ਸਤਿਗੁਰੂ ਦੀ ਬਖਸ਼ਿਸ਼ ਹੈਗੀ ਹੈ। ਅਤੇ ਫਿਰ ਜੇ ਜਪਜੀ ਸਾਹਿਬ ਦਾ ਇੱਕ ਵਾਰੀ ਕੁਐਸਚਨ ਆਇਆ ਸੀ, ਮੈਂ ਜਰਮਨੀ ਸੀ ਉਦੋਂ, ਨੌਜਵਾਨ ਬੱਚਿਆਂ ਵੱਲੋਂ ਕਿ ਜੇ ਸਾਨੂੰ ਚੌਪਈ ਸਾਹਿਬ ਜੀ ਦੇ ਜਾਂ ਜਪਜੀ ਸਾਹਿਬ ਦੇ ਅਰਥ ਸਾਨੂੰ ਸਮਝ ਪੈ ਰਹੇ ਆ, ਅਤੇ ਅਸੀਂ ਫਿਰ ਦੁਬਾਰਾ ਕਿਉਂ ਵਾਰ ਵਾਰ ਕਰਨਾ ਉਹਨੂੰ ਇੰਪਲੀਮੈਂਟ ਕਰ ਲਈਏ ਇੱਕ ਵਾਰੀ ਲਾਈਫ ਦੇ ਵਿੱਚ, ਅਤੇ ਉੱਦਾਂ ਪੜ੍ਹ ਲਿਆ ਕਰਾਂਗੇ, ਪਰ ਇਹ ਹੈਵ ਟੂ ਕਿਉਂ ਹੈਗਾ ਆ। ਸੋ ਆਪਾਂ ਜਿਹੜਾ ਗੁਰੂ ਦਾ ਹੁਕਮ ਆ ਉਹਦੇ 'ਤੇ ਕੋਈ ਕਿੰਤੂ ਪ੍ਰੰਤੂ ਤਾਂ ਨਹੀਂ ਹੁੰਦਾ, ਪਰ ਇੱਦਾਂ ਦੇ ਕੁਐਸਚਨ ਜਿਹੜੇ ਆ ਉਹ ਕਈ ਵਾਰੀ ਸਾਡੀ ਢਿੱਲਦਾ ਕਰਕੇ ਲਾ ਲਈਏ, ਜਾਂ ਬਾਹਰੀ ਸੰਗਤ ਦਾ ਸਾਡੇ ਮਨ 'ਚ ਵੀ ਹੁੰਦਾ ਆ, ਕਈ ਵਾਰੀ ਸਾਡੇ ਮਨ 'ਚ ਕੋਈ ਸਵਾਲ ਹੁੰਦਾ, ਡਾਊਟ ਹੁੰਦਾ, ਸ਼ੰਕਾ ਹੁੰਦੀ ਆ, ਅਸੀਂ ਸਾਂਝੀ ਨਹੀਂ ਕਰਦੇ ਹੈਗੇ, ਇਸ ਕਰਕੇ ਡਰਦੇ ਹੋਏ ਕਿ ਜੇ ਮੈਂ ਇਹ ਸ਼ੰਕਾ ਸਾਂਝੀ ਕੀਤੀ ਤੇ ਦੂਸਰੇ ਸਿੱਖ ਕਹਿਣਗੇ ਕੀ ਆ ਇਹਦੇ ਮਨ 'ਚ ਇੱਦਾਂ ਕਿਉਂ ਆਈ ਹੈਗੀ ਆ। ਪਰ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ, ਜਦੋਂ ਆਪਾਂ ਸੰਗਤ ਕਰਦੇ ਹਾਂ ਤੇ ਸਾਡਾ ਫਰਜ਼ ਬਣਦਾ ਆ ਕਿ ਜਿਹੜੀ ਆਪਣੀ ਸ਼ੰਕਾ ਆ ਜਾਂ ਸਾਡੇ ਮਨ 'ਚ ਕੋਈ ਡਾਊਟ ਆਇਆ ਆ ਉਹ ਜਿੱਦਾਂ ਸਿਆਣੇ ਗੁਰਸਿੱਖ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕਰਕੇ ਆਪਾਂ ਉਹਨੂੰ ਦੂਰ ਕਰੀਏ, ਇਹ ਜ਼ਰੂਰੀ ਹੈਗਾ। ਅਤੇ ਹੁਣ ਭੈਣ ਜੀ ਮਨਮੋਹਨ ਕੌਰ ਹੈਗੇ ਆਪਣੇ ਨਾਲ, ਅਤੇ ਉਹ ਆਪਾਂ ਭੈਣ ਜੀ ਤੁਸੀਂ ਕਿਰਪਾ ਕਰੋ ਹੁਣ ਥੋੜ੍ਹਾ ਜਿਹਾ ਭੈਣ ਜੀ ਬਣਗੇ, ਫਿਰ ਆਪਾਂ ਜਪਜੀ ਸਾਹਿਬ ਦੇ ਸ਼ੁਰੂ ਤੋਂ ਪਹਿਲਾਂ ਇੱਕ ਵਾਰੀ ਆਪਾਂ ਦੇਖ ਲਾਂਗੇ ਕਿ ਨਿਤਨੇਮ ਜਿਹੜਾ ਆ ਆਪਾਂ ਨਿਤਨੇਮ ਦੀਆਂ ਬਾਣੀ ਇਸ ਸੰਬੰਧ ਦੇ ਵਿੱਚ ਕਰਨੀ ਹੈਗੀ ਆ ਜ਼ਰੂਰੀ, ਵੀ ਸਾਨੂੰ ਉਹਦਾ ਉਚਾਰਨ ਦਾ ਵੀ ਪਤਾ ਲੱਗ ਜਾਵੇ ਜਾਂ ਵਿਦਵਾਨਾਂ ਦਾ ਉਚਾਰਨ ਕੀ, ਕਿਉਂਕਿ ਗੁਰਬਾਣੀ ਦੀ ਆਪਣੇ ਕੋਲ ਪੰਥਕ ਰੂਪ ਦੇ ਵਿੱਚ ਕੋਈ ਇੱਕ ਸੰਥਿਆ ਨਹੀਂ ਹੈਗੀ। ਸੰਪਰਦਾਵਾਂ ਦੇ ਵਿੱਚ ਜਾਂ ਵਿਦਵਾਨਾਂ ਦੇ ਵਿਚਾਰਾਂ ਦੇ ਵਿੱਚ ਕਿਤੇ ਕਿਤੇ ਥੋੜ੍ਹਾ ਥੋੜ੍ਹਾ ਮਤਭੇਦ ਹੁੰਦਾ ਆ, ਪਰ ਆਪਾਂ ਨੂੰ ਹੁਕਮ ਹੈ ਜਿਸ ਤਰ੍ਹਾਂ ਭਾਈ ਸਾਹਿਬ ਹੁਣਾਂ ਨੇ ਆਪਾਂ ਨੂੰ ਜ਼ਿਕਰ ਕੀਤਾ ਕਿ ਬਾਣੀ ਤੇ ਨਾਮ ਸਾਡਾ ਆਧਾਰ ਆ, ਇਸ ਤੋਂ ਬਿਨਾਂ ਤਾਂ ਹੈ ਹੀ ਨਹੀਂ, ਪੜ੍ਹਨੀ ਵੀ ਆ ਸੁਣਨੀ ਵੀ ਆ
ਤੇ ਵਿਚਾਰਨੀ ਵੀ ਆ, ਨਾਮ ਜਪਣਾ ਵੀ ਆ, ਮਤਲਬ ਇਹ ਇਹ ਆਪਣਾ ਜੀਵਨ ਦਾ ਹਿੱਸਾ ਆ ਗੁਰਸਿੱਖ ਦਾ, ਉਹਨੂੰ ਆਪਾਂ ਛੱਡ ਨਹੀਂ ਸਕਦੇ ਹੈਗੇ। ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਥੋੜੀ ਵਿਚਾਰ ਕਰਾਂਗੇ। ਭੈਣ ਜੀ ਮਨਮੋਹਨ ਕੌਰ ਹੁਣ ਆਪਣੇ ਭੈਣ ਜੀ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ, ਮੇਰੀ ਆਵਾਜ਼ ਪਹੁੰਚ ਰਹੀ ਹੈ ਜੀ? ਹਾਂਜੀ ਭੈਣ ਜੀ, ਬੁਲਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਜਿੰਨੇ ਵੀ ਆਪਾਂ ਸੁਣ ਰਹੇ ਆ ਜਾਂ ਜਿਨ੍ਹਾਂ ਨੇ ਜੁਆਇਨ ਕੀਤਾ ਆ, ਜਦੋਂ ਇੱਕ ਬੁਲਾਰਾ ਬੋਲਦਾ ਹੈਗਾ ਤੇ ਦੂਸਰੇ ਆਪਣਾ ਜਿਹੜੇ ਆਪਣੇ ਮਾਈਕ ਬੰਦ ਕਰ ਲਿਆ ਕਰੀਏ, ਫਿਰ ਵਾਹਿਗੁਰੂ ਦਾ ਕਿ ਗੁਰਸਿੱਖਾਂ ਦੀ ਸੰਗਤ ਮਿਲੀ, ਤਲਵਾੜਾ ਜੀ ਦੀ ਸੰਗਤ ਮਿਲੀ। ਜਦੋਂ ਅਸੀਂ ਅੰਮ੍ਰਿਤਸਰ ਆਏ ਤਾਂ ਇੱਥੇ ਉਹਨਾਂ ਦੇ ਨੇੜਤਾ ਬਹੁਤ ਜ਼ਿਆਦਾ ਨੇੜੇ ਹੋ ਕੇ ਮਿਲੀ, ਔਰ ਉਹ ਕੁਛ ਅਖੀਰਲੇ ਸਾਲਾਂ ਦੇ ਵਿੱਚ, ਪਰ ਉਹ ਅੱਜ ਵੀ ਮਹਿਸੂਸ ਹੁੰਦੀ ਹੈ ਉਹ ਕਮੀ, ਕਿ ਸੱਚੇ ਪਾਤਸ਼ਾਹ ਅਗਰ ਉਹ ਹੋਰ ਸਮਾਂ ਬਖਸ਼ਦੇ ਉਹਨਾਂ ਨੂੰ ਔਰ ਉਹਨਾਂ ਦੀ ਸੰਗਤ ਸਾਨੂੰ ਮਿਲਦੀ ਤਾਂ ਸ਼ਾਇਦ ਅੱਜ ਬਹੁਤ ਲਾਭ ਹੋਰ ਜ਼ਿਆਦਾ ਲੈ ਹੁੰਦਾ। ਸੋ ਸ਼ੁਕਰ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਪਾਸੋਂ ਗੁਰਬਾਣੀ ਦੇ ਟੀਕੇ ਔਰ ਗੁਰਬਾਣੀ ਦੀਆਂ ਵਿਚਾਰਾਂ ਪ੍ਰਤੀ ਪੁਸਤਕਾਂ ਲਿਖਵਾਈਆਂ, ਲੇਖ ਲਿਖੇ, ਜੋ ਅੱਜ ਸੰਗਤ ਦੇ ਨਾਲ ਹੈਗੇ ਨੇ। ਸੰਗਤ ਜੀ ਉਹਨਾਂ ਤੋਂ ਲਾਭ ਲੈ ਸਕਦੇ ਨੇ ਸਾਰੇ। ਤਾਂ ਅੱਜ ਦਾ ਵਿਸ਼ਾ ਜੋ ਹੈ, ਭਾਈ ਸਾਹਿਬ ਜੀ ਨੇ, ਭਾਈ ਕੁਲਵਿੰਦਰ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ, ਉੱਥੇ ਮੈਂ ਆਪ ਜੀ ਨੂੰ ਇਹੀ ਦੱਸਣਾ ਚਾਹਾਂਗੀ ਕਿ ਤਲਵਾੜਾ ਜੀ ਦੀਆਂ ਪੁਸਤਕਾਂ ਵਿੱਚੋਂ ਨਿਤਨੇਮ ਦੀ ਮਹੱਤਤਾ ਬਾਰੇ, ਨਿਤਨੇਮ ਦੀ ਮਹੱਤਤਾ ਵਾਸਤੇ ਸਰਲ ਵਿਚਾਰਧਾਰਾ ਪੁਸਤਕ ਹੈ ਉਹਨਾਂ ਦੀ, ਉਹਦੇ ਵਿੱਚ ਗੁਰਬਾਣੀ ਦੀ ਮਹੱਤਤਾ ਅਤੇ ਸਮਰੱਥਾ, ਇਸ ਤੇ ਉਹਨਾਂ ਨੇ ਲਿਖਿਆ ਕਿ ਗੁਰਬਾਣੀ ਕੋਈ ਸਾਧਾਰਨ ਕਵਿਤਾ ਨਹੀਂ, ਸਤਿਗੁਰਾਂ ਦੇ ਸਚਿਆਰ ਹਿਰਦੇ ਵਿੱਚੋਂ ਉਗਮੀ ਪਰਮ ਸੱਚ ਨੂੰ ਨਿਰੂਪਣ ਕਰਨ ਵਾਲੀ ਇਹ ਸੱਚੀ ਬਾਣੀ ਹੈ। ਜਦੋਂ ਜਦੋਂ ਸਤਿਗੁਰਾਂ ਦੀ ਨਿਰਮਲ ਆਤਮ ਜੋਤ ਪਰਮਾਤਮ ਜੋਤ ਨਾਲ ਤਦਰੂਪ ਹੋਈ ਤਾਂ ਆਪ ਜੀ ਦੇ ਪਾਵਨ ਹਿਰਦੇ ਵਿੱਚ ਬਾਣੀ ਦਾ ਆਵੇਸ਼ ਹੋਇਆ, ਅੰਮ੍ਰਿਤ ਜਲ ਦਾ ਚਸ਼ਮਾ ਆਪ ਮੁਹਾਰੇ ਅੰਦਰੋਂ ਸਫੁੱਟ ਹੋਇਆ। ਇਸੇ ਲਈ ਆਪ ਜੀ ਨੇ ਇਸਨੂੰ ਰੱਬੀ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ ਆਦਿ ਦੀ ਸੰਗਿਆ ਦਿੱਤੀ। ਸੋ ਗੁਰਬਾਣੀ ਗੁਰੂ ਜੋਤ ਅਤੇ ਬ੍ਰਹਮ ਜੋਤ ਦੇ ਆਤਮ ਸੰਜੋਗ ਦੀ ਜੀ ਦਾਨ ਦੇਣ ਵਾਲੀ ਅਮਰ ਗਾਥਾ ਹੈ। ਇਹ ਪ੍ਰਭੂ ਪ੍ਰੀਤਮ ਦੀ ਮਿੱਠੀ ਕਹਾਣੀ ਅਤੇ ਅਮੋਲਕ ਰਤਨਾਂ ਦੀ ਖਾਣੀ ਹੈ। ਗੁਰਬਾਣੀ ਦੀ ਪਾਰਸ ਕਲਾ ਸੰਪੰਨ ਬ੍ਰਹਮ ਗਿਆਨ ਹੈ। ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਗੁਰਬਾਣੀ ਉਪਦੇਸ਼ ਰੂਪ ਹੈ, ਗਿਆਨ ਰੂਪ ਹੈ, ਮੰਤਰ ਰੂਪ ਹੈ ਅਤੇ ਰਸ ਰੂਪ ਹੈ। ਗੁਰਬਾਣੀ ਮਨੁੱਖੀ ਮਨ ਨੂੰ ਨਿਰਮਲ ਕਰਦੀ ਹੈ, ਚਿੱਤ ਨੂੰ ਸਥਿਰਤਾ ਬਖਸ਼ਦੀ ਹੈ, ਬੁੱਧੀ ਨੂੰ ਰੁਸ਼ਨਾਉਂਦੀ ਹੈ ਅਤੇ ਸਮੁੱਚੀ ਮਨੁੱਖੀ ਸ਼ਖਸੀਅਤ ਨੂੰ ਹਉ ਰਹਿਤ ਕਰਕੇ ਵਿਕਸਿਤ ਕਰਦੀ ਹੈ। ਗੁਰੂ ਫੁਰਮਾਨ ਹੈ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਮਨੁੱਖੀ ਸ਼ਖਸੀਅਤ ਨੂੰ ਸੁਗੰਧਤ ਕਰਨ ਲਈ ਗੁਰਬਾਣੀ ਮਾਨੋ ਚੰਦਨ ਵਾੜੀ ਹੈ। ਗੁਰਮੁਖ ਸਿਧਾਂਤ ਦੇ ਅਦੁੱਤੀ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਮਿਸਾਲਾਂ ਦੇ ਕੇ ਗੁਰਬਾਣੀ ਦੀ ਸਰਬ ਪੱਖੀ ਮਹਾਨਤਾ ਤੇ ਵਿਸ਼ੇਸ਼ਤਾ ਨਿਰੂਪਣ ਕਰਕੇ ਫੁਰਮਾਉਂਦੇ ਹਨ। ਜਿਸ ਤਰ੍ਹਾਂ ਹਰ ਪ੍ਰਕਾਰ ਦੇ ਅਮੋਲਕ ਪਦਾਰਥਾਂ ਦੇ ਭਰਪੂਰ ਖਜ਼ਾਨੇ ਸਮੁੰਦਰ ਵਿੱਚ ਹੁੰਦੇ ਹਨ, ਹੰਸ ਅਤੇ ਗੋਤਾਖੋਰ ਗੋਤਾ ਮਾਰਨ ਵਾਲਾ ਨਿਸ਼ਚੇ ਹੀ ਸਮੁੰਦਰ ਵਿੱਚੋਂ ਆਪੋ ਆਪਣਾ ਛਾਂਦਾ ਪ੍ਰਾਪਤ ਕਰ ਲੈਂਦਾ ਹੈ। ਜਿਸ ਤਰ੍ਹਾਂ ਪਹਾੜ ਵਿੱਚ ਹੀਰੇ ਮਾਣਕ ਪਾਰਸ ਆਦਿ ਭਰਪੂਰ ਹੁੰਦੇ ਹਨ, ਕਈ ਖੋਜੀ ਪਹਾੜੀ ਕੰਦਰਾਂ ਨੂੰ ਪੁੱਟ ਕੇ ਉਹ ਅਮੋਲਕ ਪਦਾਰਥ ਸੰਸਾਰ ਵਿਖੇ ਲਿਆ ਪ੍ਰਗਟ ਕਰਦਾ ਹੈ। ਜਿਸ ਤਰ੍ਹਾਂ ਜੰਗਲ ਵਿੱਚ ਚੰਦਨ ਅਤੇ ਹੋਰ ਸੁਗੰਧਤ ਪਦਾਰਥ ਹੁੰਦੇ ਹਨ,
कोई अतार इन्हां सुगंधित पदार्थां नूं लब के संसार नूं आ सुगंधित करदा है। इसे तरह गुरबाणी विच लोक परलोक विच कम आउण वाले सारे पदार्थ मौजूद हन। जो जो कोई खोजदा है वह मन इच्छे पदार्थ इस विचों अवश्य प्राप्त कर लैंदा है। जैसे तो सकल निध पूरन समुद्र बिखै हंस मर जीवा निहचै प्रसाद पावई। जैसे पर्वत हीरा मानक पारस सिद्ध खनवारा खन जग विखे प्रगटावई। जैसे बन बिखै मलियागर सौंधा कपूर सोध कै सुबासी सुबास बेसावई। तैसे गुरबानी बिखै सकल पदार्थ है जोई जोई खोजै सोई सोई निप जावई। गुरबाणी पाठ दी गुरमत विधि। गुरबाणी पाठ दे प्रेमियां नूं हेठ लिखियां गल्लां वल विशेष ध्यान देना बनता है। गुरबाणी दा अर्थ बोध होवे। गुरबाणी दे आत्म भोजन नूं पुंचण लई मन नूं इकागर करके अथवा सुरत जोड़ के प्रेम नाल सहज विच गुरबाणी दा पाठ कीता जावे। इस पॉइंट ते मैं आप जी नाल एक तलवाड़ा जी दी जो मेरे नाल सांझी होई गल मैं आप जी नाल शेयर कर रही हां जी। इत्थे वो दसदे हुंदे सी वी गुरबाणी पढ़न लग्या जिवें कि हुणे साडे बजुर्गां ने गुरमुख प्यारियां ने दस्या सी जे को खावै जे को पुंचै। एक है असी भोजन छकदे हाँ बस छक लिया तृप्ति हो गई। पर एक है पुंचना। पुंचन तो भाव है उन्हां दा कि रस रस लै लै के छकना। जो स्वाद लगता है उन्हों असी बड़े स्वाद नाल छकदे हाँ। सो इसे तरह गुरबाणी दे प्रति उन्हां दा विचार सी कि जदों असी पढ़िए गायन करिए तां गुरु साहिब नूं समर्पित होके तन मन सुरत करके समर्पित होके पढ़िए और रस लै लै के गाइए। जदों गाउण वाला रस लै लै के गाएगा तां सुनन वालियां नूं भी आनंद आएगा और समझ आएगी। एक बार भाई संत गुरमुख सिंह जी जो तलवाड़ा जी दे काफी नेड़ता विच होए ओ किते गुरुद्वारा साहब जा रहे सी तां उन्हां नूं कुछ गुरसिखां ने पूछ लिया कि आप जी किथे जा रहे हो। तां उन्हां ने कहा कि असी गुरु साहब दे नाल गल्लां करन जा रहे हां। तो तलवाड़ा जी कहिंदे हुंदे सी वी असी तां कहिंदे हाँ कि पाठ करन लगे हाँ या गुरबाणी पढ़न लगे हाँ, पर जिहड़े पुरातन गुरसिख हुंदे सी ओह गुरु साहिब नाल गल्लां करदे सी। और पूरन जी नूं पूरनदार जी उन्हां नूं मैं अपने बचपन विच जदों पाठ करदे सुनिया तां मैनूं इदां लगदा सी कि ओह बिल्कुल गुरु साहिब नाल गल्लां ही कर रहे हुंदे सी। उस तों बाद जदों तलवाड़ा जी दी संगत मिली तां उन्हां नूं वी जदों बाणी पढ़दे सुनिया तां ओह वी बिल्कुल गुरु साहिब नाल गल्लां कर रहे हुंदे सी। सो ये बहुत जरूरी है। जिवें असी आपस च हुण भी असी विचारां कर रहे हाँ गुरसिखां नाल, गुरसिख साडे नाल सानूं सोझी बख्श रहे ने, ये असी आपस च गल्लां बातां दे राहीं कर रहे हाँ और बड़े आनंदित हो रहे हाँ, बड़े इंट्रस्ट दे नाल सुन रहे हाँ या कर रहे हाँ। सो इसी तरह जदों असी गुरबाणी पढ़नी है उस वेले भी उस दे उचारण वेले भी असी इसे तरह गुरु साहब दे नाल सनमुख गुरु साहब नूं जानदे होए धन गुरु ग्रंथ साहिब जी दे सरूप दे विच दसों पातशाहियां मौजूद ने तां उन्हां नूं हाजर नाजर समझदे होए जदों असी गुरबाणी दा गायन करदे हाँ तां उस वेले ओह गुरु नाल गल्लां हुंदियां हन जी। गुरबाणी दी पारस कला उत्ते पूरन श्रद्धा भावनी होवे। पूरन संजीदगी नाल समुची जीवन प्रक्रिया नूं गुरबाणी विच निरूपण कीते गुरु हुक्मां अनुसार ढालण दी गुरमत साधना निरंतर कीती जावे। उपरोक्त जरूरी गल्लां विचों जे किसे पक्षों भी कसर होवे तां तृप्ती होण विच रुकावट साबित हो सकती है। क्रम नंबर 2, 3 ते 4 दे सामने वर्णित गल्लां तां हरे जी माफी आ दोबारा पढ़ियो जिहड़ियां दो लाइनां हुण दोबारा पढ़ियो इक वारी प्लीज। थैंक यू। गुरबाणी दी पारस कला उत्ते पूरन श्रद्धा भावनी होवे। पूरन संजीदगी नाल समुची जीवन प्रक्रिया नूं गुरबाणी विच निरूपण कीते गुर हुक्मां अनुसार ढालण दी गुरमत साधना निरंतर कीती जावे।
ਹੁਣ ਅੰਮ੍ਰਿਤ ਬਾਣੀ ਨਾਲ ਪਰਚਾ ਪਾਉਣ ਦੀਆਂ ਬਰਕਤਾਂ। ਆਸਾ ਮਹੱਲਾ ਪੰਜਵਾਂ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਵੇ ਰਹਾਓ। ਦਰਸ਼ਨ ਪਰਸ਼ਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਾਮ ਗੁਰ ਗਮ ਹਰ ਦਮ ਨਹ ਜਮ, ਹਰ ਕੰਠ ਨਾਨਕ ਉਰ ਹਾਰੀ ਰੇ। ਭਾਵ ਅੰਮ੍ਰਿਤ ਕਲਾ ਸੰਪੰਨ ਗੁਰਬਾਣੀ, ਜੀਵ ਦੀ ਪੂਰਨ ਤ੍ਰਿਪਤੀ ਕਰਨ ਵਾਲਾ ਸੱਚ ਖੰਡੀ ਅੰਮ੍ਰਿਤ ਭੋਜਨ ਹੈ। ਇਹ ਹਰ ਕਿਸੇ ਦੇ ਹਿਰਦਿਓਂ ਪਿਆਰ ਕਰਨ ਯੋਗ ਹੈ। ਬਾਣੀ ਦੇ ਉਚਾਰਨ ਹਾਰ ਸਤਿਗੁਰੂ ਜੀ ਨੇ ਜੀਵਨ ਭਰ ਨਿਮਖ ਮਾਤਰ ਸਮੇਂ ਲਈ ਵੀ ਇਹ ਅੰਮ੍ਰਿਤ ਬਾਣੀ ਮਨੋ ਵਿਸਾਰੀ ਨਹੀਂ। ਅੰਮ੍ਰਿਤ ਬਾਣੀ ਜੀਵ ਨੂੰ ਕਰਤਾਰ ਦੇ ਪ੍ਰੇਮ ਰੰਗ ਵਿੱਚ ਰੰਗਣ ਦੇ ਸਮਰੱਥ ਹੈ। ਇਸ ਨਾਲ ਅੰਤਰ ਆਤਮੇ ਪਰਚਾ ਪਾਉਣ ਸਦਕਾ ਜੀਵਨ ਵਿੱਚ ਸਦਾ ਖੇੜਾ ਤੇ ਵਿਗਾਸ ਰਹਿੰਦਾ ਹੈ। ਖਿਨ ਖਿਨ ਅੰਮ੍ਰਿਤ ਬਾਣੀ ਗਾਉਣ ਹਾਰਿਆਂ ਦੀ ਰਸਾਈ ਗਮਤਾ ਗੁਰਪੁਰੀ ਤੱਕ ਹੋ ਜਾਂਦੀ ਹੈ, ਜਿੱਥੇ ਜਮ ਦਾ ਭਉ ਨਹੀਂ ਵਿਆਪ ਸਕਦਾ। ਨਾਨਕ ਮੋਹਰ ਛਾ ਜਿਨ੍ਹਾਂ ਵਡਭਾਗੇ ਜੀਵਾਂ ਨੇ ਬਾਣੀ ਹਿਰਦੇ ਵਿੱਚ ਵਸਾ ਲਈ, ਵਾਹਿਗੁਰੂ ਉਹਨਾਂ ਨੂੰ ਗਲੇ ਲਾ ਲੈਂਦਾ ਹੈ। ਸੋ ਅੱਗੇ ਤਲਵਾੜਾ ਜੀ ਦੱਸ ਰਹੇ ਨੇ ਜੀ ਨਿਤਨੇਮ ਦੀ ਮਹੱਤਤਾ। ਜਦ ਕਿਸੇ ਬਾਣੀ ਦਾ ਭਾਵ ਸਮਝ ਵਿੱਚ ਆ ਜਾਵੇ ਤਾਂ ਉਸੇ ਬਾਣੀ ਦਾ ਫਿਰ ਰਸ ਫਿਰ ਹਰ ਰੋਜ਼ ਪਾਠ ਕਰਨ ਦਾ ਕੀ ਲਾਭ? ਇਹ ਇੱਕ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਵਿਚਾਰ ਚੱਲੇਗੀ ਜੀ। ਉੱਤਰ, ਹਰੇਕ ਅੰਮ੍ਰਿਤਧਾਰੀ ਗੁਰਸਿੱਖ ਨੂੰ ਅੰਮ੍ਰਿਤ ਪਾਨ ਕਰਨ ਸਮੇਂ ਪੰਜ ਪਿਆਰਿਆਂ ਵੱਲੋਂ ਹੇਠ ਲਿਖੀਆਂ ਬਾਣੀਆਂ ਦਾ ਪਾਠ ਨਿਤਾਪ੍ਰਤ ਨੇਮ ਨਾਲ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ। ਅੰਮ੍ਰਿਤ ਵੇਲੇ ਸ੍ਰੀ ਜਪ ਜੀ ਸਾਹਿਬ, ਸ੍ਰੀ ਜਾਪ ਸਾਹਿਬ, ਸ੍ਰੀ ਤਵ ਪ੍ਰਸਾਦ ਸੁਧਾ ਸਵਈਏ, ਸ੍ਰੀ ਬੇਨਤੀ ਚੌਪਈ ਸਾਹਿਬ, ਸ੍ਰੀ ਅਨੰਦ ਸਾਹਿਬ ਸੰਪੂਰਨ। ਸ਼ਾਮ ਨੂੰ ਸ੍ਰੀ ਸੋਦਰ ਰਹਿਰਾਜ ਸਾਹਿਬ, ਰਾਤ ਨੂੰ ਬਿਰਾਜਣ ਸਮੇਂ ਸ੍ਰੀ ਸੋਹਿਲਾ ਸਾਹਿਬ। ਨਿਤਾਪ੍ਰਤ ਨੇਮ ਨਾਲ ਪਾਠ ਕੀਤੇ ਜਾਣ ਸਦਕਾ ਉਪਰੋਕਤ ਬਾਣੀਆਂ ਨੂੰ ਨਿਤਨੇਮ ਦੀਆਂ ਬਾਣੀਆਂ ਵੀ ਕਿਹਾ ਜਾਂਦਾ ਹੈ। ਵਿਚਾਰ ਅਧੀਨ ਪ੍ਰਸ਼ਨ ਦਾ ਉੱਤਰ ਇਸ ਪ੍ਰਕਾਰ ਹੈ, ਹਰ ਗੁਰਸਿੱਖ ਦਾ ਮੁੱਢਲਾ ਫਰਜ਼ ਹੈ ਕਿ ਮਨ ਬਚ ਕਰਮ ਕਰਕੇ ਗੁਰੂ ਹੁਕਮਾਂ ਦੀ ਪਾਲਣਾ ਕਰੇ। ਗੁਰਸਿੱਖੀ ਦਾ ਕਰਮ ਇਹ ਗੁਰ ਫੁਰਮਾਏ ਗੁਰਸਿੱਖ ਕਰਨਾ। ਅਧਿਆਤਮ ਖੇਤਰ ਵਿੱਚ ਜਗਿਆਸੂ ਦੇ ਆਤਮ ਵਿਕਾਸ ਦਾ ਨਿਰਭਰ ਨਿਰੋਲ ਗੁਰਪ੍ਰਸਾਦ ਉੱਤੇ ਹੁੰਦਾ ਹੈ। ਗੁਰਪ੍ਰਸਾਦ ਉਂਝ ਕਿਸੇ ਵੀ ਘਾਲਣਾ ਦੇ ਵੱਟੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਦੇ ਪਾਤਰ ਬਣਨ ਲਈ ਆਤਮ ਸਮਰਪਣ ਮੁੱਢਲੀ ਸ਼ਰਤ ਹੈ। ਗੁਰਪ੍ਰਸਾਦ ਉਂਝ ਕਿਸੇ ਵੀ ਘਾਲਣਾ ਦੇ ਵੱਟੇ ਵਿੱਚ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸ ਦੇ ਪਾਤਰ ਬਣਨ ਲਈ ਆਤਮ ਸਮਰਪਣ ਦੀ ਮੁੱਢਲੀ ਸ਼ਰਤ ਹੈ। ਜੀਵਨ ਵਿੱਚ ਹੁਕਮੀ ਬੰਦਾ ਬਣ ਕੇ ਵਿਚਰਨਾ ਆਤਮ ਸਮਰਪਣ ਦੀ ਪਹਿਲੀ ਪੌੜੀ ਹੈ। ਗੁਰੂ ਨੂੰ ਸਮਰਪਿਤ ਹੋਏ ਵਿਅਕਤੀ ਪਾਸੋਂ ਘਾਲਣਾ ਸੁਤੇ ਹੀ ਹੁੰਦੀ ਰਹਿੰਦੀ ਹੈ। ਆਤਮ ਵਿਕਾਸ ਦੀ ਇੱਛਾ ਅਧੀਨ ਜਗਿਆਸੂ ਨੂੰ ਸਮਰੱਥ ਗੁਰੂ ਹੁਕਮਾਂ ਨੂੰ ਕਮਾਉਣ ਦਾ ਚਾਅ ਚੜਿਆ ਰਹਿੰਦਾ ਹੈ। ਇਸ ਹੁਕਮੀ ਬੰਦਾ ਹੋਣ ਦੇ ਗੁਰ ਗੁਣ ਕਰਕੇ ਉਹ ਗੁਰਮੁਖ ਹੋ ਨਿਬੜਦਾ ਹੈ। ਮੁਰਸ਼ਦ ਗੁਰੂ ਦੇ ਹੁਕਮ ਅੱਗੇ ਹੀਲ ਹੁੱਜਤ ਕਰਨੀ ਸ਼ਰਧਾਹੀਨਤਾ ਅਤੇ ਗੁਰਸਤਾਖੀ ਦੀ ਸੂਚਕ ਗਿਣੀ ਜਾਂਦੀ ਹੈ। ਇਹ ਮੁਰਸ਼ਦ ਦੀ ਸਰਬਗਤਾ ਪ੍ਰਤੀ ਕਿੰਤੂ ਕਰਨ ਤੁਲ ਅਪਰਾਧ ਹੈ। ਮਨ ਹਰਾਮੀ ਹੁਜਤਾਂ ਢੇਰ ਦੇ ਅਖਾਣ ਅਨੁਸਾਰ ਗੁਰੂ ਦੇ ਹੁਕਮ ਮੂਹਰੇ ਹੀਲ ਹੁੱਜਤ ਕਰਨੀ ਮਨ ਦੇ ਹਰਾਮੀ ਹੋਣ ਦੀ ਨਿਸ਼ਾਨੀ ਹੈ। ਜਿਹੜਾ ਕੋਈ ਖੁਟਹਰ ਮਨ ਦੇ ਟੇਟੇ ਚੜ ਜਾਏ, ਇਹ ਫਿਰ ਉਸਨੂੰ ਬਾਂਦਰ ਵਾਂਗ ਨਚਾਉਂਦਾ ਹੈ ਅਤੇ ਖੁਆਰੀ ਦੇ ਰਾਹ ਪਾ ਕੇ ਉਸਦਾ ਲੋਕ ਪ੍ਰਲੋਕ ਵਿਗਾੜ ਸੁੱਟਦਾ ਹੈ। ਅਧਿਆਤਮ ਖੇਤਰ ਵਿੱਚ ਮਨ ਦਾ ਮੁਰੀਦ ਅਥਵਾ ਮਨਮੁਖ ਹੋਣਾ ਉੱਗਰ ਦੋਸ਼ ਗਰਦਾਨਿਆ ਜਾਂਦਾ ਹੈ। ਸਾਡੇ ਸਰੀਰ ਅੰਦਰ ਜੀਵਾਣੂਆਂ ਤੇ ਰੋਗਾਣੂਆਂ ਦਾ ਨਿਰੰਤਰ ਸੰਘਰਸ਼ ਜਾਰੀ ਰਹਿੰਦਾ ਹੈ। ਜੀਵਾਣੂਆਂ ਨੂੰ ਸ਼ਕਤੀਸ਼ਾਲੀ ਕਰਨ ਅਥਵਾ ਰੋਗਾਣੂਆਂ ਉੱਤੇ ਭਾਰੂ ਰੱਖਣ ਲਈ ਅਸੀਂ ਨਿੱਤ ਦੇ ਜੀਵਨ ਵਿੱਚ ਕਈ ਕਿਰਿਆਵਾਂ ਮੁੜ ਕਰਦੇ ਹਾਂ। ਮਿਸਾਲ ਦੇ ਤੌਰ ਤੇ ਅਸੀਂ ਹਰ ਰੋਜ਼ ਪੇਟ ਸਾਫ਼ ਕਰਦੇ ਹਾਂ, ਦਾਤਨ ਕਰਦੇ ਹਾਂ, ਇਸ਼ਨਾਨ ਕਰਦੇ ਹਾਂ, ਭੋਜਨ ਖਾਂਦੇ ਹਾਂ, ਕਸਰਤ ਕਰਦੇ ਹਾਂ, ਆਰਾਮ ਕਰਦੇ ਹਾਂ ਆਦਿ। ਇਹਨਾਂ ਕਿਰਿਆਵਾਂ ਨੂੰ ਹਰ ਰੋਜ਼ ਅਤੇ ਬਾਰ ਬਾਰ ਕਰਨਾ ਅਰੋਗ ਜੀਵਨ ਲਈ ਲਾਭਦਾਇਕ ਸਾਬਤ ਹੁੰਦਾ ਹੈ। ਅਸਲੀਅਤ ਇਹ ਹੈ ਕਿ ਕਿਸੇ ਵੀ ਖੇਤਰ ਵਿੱਚ ਕਿਸੇ ਕਿਰਿਆ ਨੂੰ ਮੁੜ ਕਰਨ ਨਾਲ ਮਨੁੱਖ ਵਿੱਚ ਪ੍ਰਯੋਗਤਾ ਆਉਂਦੀ ਹੈ ਅਤੇ ਮੁਹਾਰਤ ਵਿੱਚ ਹੀ ਜੀਵਨ ਦੀ ਉਨਤੀ ਦਾ ਭੇਤ ਹੈ। ਸਰੀਰਕ ਅਰੋਗਤਾ ਦੀ ਤਰ੍ਹਾਂ ਮਾਨਸਿਕ ਅਰੋਗਤਾ ਕਿਤੇ ਵੱਧ ਜ਼ਰੂਰੀ ਹੈ। ਸਾਡੇ ਮਨ ਅੰਦਰ ਚੰਗੇ ਅਤੇ ਮੰਦੇ ਫੁਰਨਿਆਂ ਦਾ ਸੰਘਰਸ਼
निरंतर जारी रहिंदा है। मन नूं अरोग ते निरोआ रखण लई इह जरूरी है कि निरोई विचारधारा निरंतर ग्रहण करदा रहे। गुरबाणी निरोई विचारधारा दा मूल स्रोत है अते जीवन दे हर पक्ष विच मनुख दी अगवाई करदी है। गुरबाणी एक पासे मनुख दी तृष्णा अग्नि नूं बुझा के मन नूं शांति अते सीतलता प्रदान करदी है। दूजे पासे मनुख इस दी बरकत नाल परम गति नूं प्राप्त हुंदा है। सो अरोग अते प्रसन्न जीवन लई जरूरी है कि मनुख निरंतर गुरबाणी दे प्रभाव हेठ रहे। पर जिहड़ा हर रोज दा घट्टो घट टीचा खालसा रहत अधीन मिथ्या होया है उह तां हर हालत विच पूरा करना बनदा है। वाहिगुरु, कई वारी असी कमरे दी सफाई करके उसनूं बंद कर दिंदे हां, फिर कमरे विच कोई वड़दा तक नहीं, पर दूजे दिन दरवाजा खोल के वेखदे हां तां शीशियां ते चिट्टियां चादरां आदि उत्ते धूड़ पई दिसदी है। सानूं हैरानी हुंदी है कि बंद कमरे विच धूड़ कित्थों ते किवें आई। सियाने जानते हैं कि वातावरण दूषित होने करके धूल निरंतर चीतां थानी कमरियां अंदर आउंदी रहिंदी है। सो कमरे की सफाई हर रोज नेम नाल कीती जानी लाजमी है। इसे तरह संसारिक जीवन विच विचरदियां माया के प्रभाव अधीन मन नूं लगी मैल भी नितापरत बाणी के निर्मल जल नाल निवृत करनी बनती है। जो जो क्रिया असीं बार बार करते हाँ समा पा के साडे सुभा का अंग बन जाती है। इसे तरह साड़ियां आदतां ते संस्कार पक जांदे हन। बच्चा बार बार पहाड़े पढ़दा है, निता प्रत दोहराए जाण दी क्रिया दे फलस्वरूप पहाड़े उसदे अचेत मन विच प्रवेश कर जांदे हन। इसे तरह चेते हुए पहाड़े हिसाब दे वड्डे वड्डे सवाल तुरत हल करन विच सहाई हुंदे हन। चेते रहे कि जदों मनुख उत्ते अचनचेत किसे विकार दा हमला हुंदा है तां बहुती वारी अकल काम नहीं करदी, सगो कई बारी मत मूलों ही मारी जांदी है। उस समय जो सुभा अथवा संस्कार नित दी प्रक्रिया दे आधार ते प्रपक होया होवे ओही किसे प्रीख्या दी कड़ी विच समय सहाई हुंदा है। इसे लई सुजान सतगुरु जी वल्लों बार बार नाम जपण दी अथवा बाणी पढ़न दी हदायत कीती गई है। नित उठ गावो प्रभ की बाणी, आठ पहर हर सिमरहो प्राणी, बार बार हर के गुण गावो, गुरगम भेद सो हर का पावो। नाल ही चेतावनी दिती गई है, जै तन बाणी विसर जाए, ज्यों पक्का रोगी बिल लाए। तलवाड़ा जी कहिंदे हुंदे सी भी जदों असी मनुखी जीव हाँ काम क्रोध लोभ मोह हंकार साडे नाल चिमड़े हुए ने, सो ये विकार सानू किसे वेले भी साडे ते हमला करदे ने। जिस वेले कोई भी विकार किसी जीव ते हमला करे तां उसी वेले सानू गुरबाणी और गुरमंत्र दा जाप उच्ची उच्ची इन्नी उच्ची आवाज विच करना है कि थोड़े अपने कान सुनन, थोड़ा मन थोड़ी सुरती सुने कि तुसी वाहिगुरु बोल रहे हो, तुसी गुरबाणी गायन कर रहे हो, तां ओदे नालो विकार उत्थों सफा वलेट जांदा है। ए उनां दी प्रैक्टिकली दसी हुई गल है जो कि उन्हां दी संगत विच रह के जिन्हां गुरसिखां ने भी इसनों प्रैक्टिकली किया उन्हां दे भी विचारे हैं। वाहिगुरु जी, समा काफी हो गया होना। भाई कुलविंदर सिंह जी, कोई नहीं, तुसी होर कोई चीज सांझी करनी है आपां, जे अपना कोई एक क्लास भी लग जावे इस विचार ते, क्योंकि जरूरी हैगी है। ਤੁਸੀਂ ਜੇ ਕੋਈ ਹੋਰ ਚੀਜ਼ ਸਾਂਝੀ ਕਰਨੀ ਹੈ ਕਰ ਲਓ, ਫਿਰ ਥੋੜਾ ਜਿਹਾ ਮੈਂ ਵੀ ਥੋੜਾ ਜਿਹਾ ਆਪਣੇ ਵੱਲੋਂ ਵੀ ਕੁਛ ਐਡ ਕਰ ਸਕਦਾ ਹੈ। ਠੀਕ ਹੈ, ਮੈਂ ਬਸ ਇੱਕ ਦੋ ਪੇਜਾਂ ਦਾ ਹੀ ਹੈ ਛੋਟੇ, ਮੂਲ ਮੰਤਰ ਵਾਲੇ ਉਹਨਾਂ ਦੇ ਜੋ ਵਿਚਾਰ ਹਨ ਉਹ ਮੈਂ ਵਿਚਾਰ ਆਪ ਜੀ ਦੇ ਸਾਹਮਣੇ ਮੁੱਖ ਰੱਖਦੀ ਹਾਂ ਜੀ। ਸ੍ਰੀ ਜਪਜੀ ਸਾਹਿਬ, ਪ੍ਰਸ਼ਨ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਸ੍ਰੀ ਜਪਜੀ ਸਾਹਿਬ ਦੇ ਆਰੰਭ ਵਿੱਚ ਆਏ ਮੰਗਲ ਮੂਲ ਮੰਤਰ ਦੇ ਆਰੰਭਕ ਸ਼ਬਦ ਜੋਟੇ ਇੱਕ ਓਅੰਕਾਰ ਦੀ ਵਿਆਖਿਆ ਕਰੋ। ਉੱਤਰ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਅਥਵਾ ਸ੍ਰੀ ਜਪਜੀ ਸਾਹਿਬ ਦੇ ਆਰੰਭ ਵਿੱਚ ਆਏ ਮੰਗਲ ਮੂਲ ਮੰਤਰ ਦੇ ਆਰੰਭਕ ਜੋਟੇ ਇੱਕ ਓਅੰਕਾਰ ਦਾ ਉਚਾਰਨ ਇੱਕ ਓਅੰਕਾਰ ਹੈ ਅਤੇ ਇਸਦਾ ਅਰਥ ਹੈ ਸਿਰਜਣਾਤਮਕ ਅਤੇ ਵਿਆਪਕ ਸੱਤਾ ਸੰਪੰਨ ਬ੍ਰਹਮ ਕੇਵਲ ਇੱਕ ਅਦੁੱਤੀ ਹੈ।
सिरजनात्मक अते व्यापक सत्ता संपन्न ब्रह्म केवल एक अदुत्ती है। चिन्ह एक मूलक रूप विच गणित विद्या दा मुढ़ला हिंसा अंक है, पर मूल मंत्र विच आए इस चिन्ह दी महत्ता गणित विद्या दे पक्षों नहीं। इथे एक एकोंकार अथवा मूल चेतन सत्ता दी अद्वैतवा अद्वैतवा अते दिव स्वरूपता दा लखायक है। ए एक संकेत करता है कि ब्रह्म अदुत्ती है, भाव उस वर्गा कोई नहीं, उस तो बाहरा कोई नहीं, एक अंकार अवर नहीं दूजा, नानक एक समाई। ब्रह्म अथवा मूल चेतन सत्ता दे दो स्वरूप मन्ने गए हन, निर्गुण अते सारगुण। ए दोवें स्वरूप परस्पर विरोधी नहीं, सगों एक हस्ती दे दो वक्रे वक्रे पक्खां दे सूचक हन। निर्गुण दा अर्थ है माया दे तिन्ना गुणा सतो रजो तमो दे प्रभाव तो मुकत। निर्गुण ब्रह्म लई श्री जपजी साहिब विच निरंकार शब्द दी वरतों कीती मिलदी है, जिसका अर्थ है आकार रहित ब्रह्म। ब्रह्म दा निर्गुण स्वरूप मनुखी समझ सूझ दा विशा नहीं। इस बारे कुछ संकल्प कर सकना जा कुछ कथन कर सकना मनुख मात्र लई असंभव है। सारगुण दा अर्थ है माया दे तिन्ना गुणा सतो रजो तमो विच व्यापक। श्री जपजी साहिब विच आए शब्द गुणी निधान साचा साहिब करता दाता जगदीश राम सिरजनहार नाथ आदि व्यापक ब्रह्म दे कीर्तम नाम हन, जो उसके वख वख गुणा अथवा कर्मा दे आधार ते कल्पित सारगुण स्वरूप दे लखायक हन। गुरबाणी दे अध्ययन तो सोझी हुंदी है कि निर्गुण निरंकार ने स्वै इच्छा अधीन अपने आप तो ही अपने दिव स्वरूप नूरी स्वरूप की सिरजना कीती, अपने नाम की रचना कीती अते फिर कुदरत की रचना करके उस अंदर अदृष्ट रूप विच आसन जमा लिया। आपी नह आप साजियो, आपी नह रचियो नाओ, दुई कुदरत साजी है कर आसन डिठो चाओ। ब्रह्म दे गुप्तों प्रगट होण ते फिर एक तो अनेक होण दी गोहज गाथा नू गुरमत दे लासानी व्याख्याकार भाई साहब भाई गुरदास जी ने इउं वर्णन कीता है। निरंकार आकार होए, एकंकार अपार सदाया, एकंकार हो शब्द धुन, ओंकार आकार बनाया। उपरोक्त व्याख्या अनुसार मूल चेतन सत्ता अथवा ब्रह्म दी होंद हस्ती दे तिन्ना पक्खां बारे टोह मिलदी है। निरंकार निरंग जमा अकार, अकार रहित निर्गुण ब्रह्म, एकंकार एकंग जमा अकार, एक ज्योत स्वरूपी अकार वाला ब्रह्म, ओंकार ओंग जमा अकार, सिरजनात्मक अते व्यापक सत्ता संपन्न ब्रह्म। जुड़त शब्द ओंकार ओंग अते अकार दे दो शब्दों का संधि रूप है। इसका अर्थ घेरा बहुत विशाल है। महान कोश विच ओंग ओंकार दे हेठ लिखे अर्थ कीते मिलते हैं। रक्षा करना, बचाना, तृप्त होना, फैलना, ओंग तुनी दा उचारण, करतार बोधक। गुरबाणी विचो सारी उत्पत्ति दा ओंकार द्वारा होंद विच आना विदत हुंदा है। ओंकार ब्रह्मा उत्पत, ओंकार किया जिन चित, ओंकार सैल जुग पए, ओंकार बेद निर्मय। वाहिगुरु। सो एक ओंकार दी संखेप रूप विच व्याख्या यही है कि सिरजनात्मक अते व्यापक सत्ता संपन्न ब्रह्म एक ते केवल एक अदुत्ती है। वाहिगुरु वाहिगुरु वाहिगुरु। हाँ जी भाई साहब जी, आप जी कृपा करो जी। थैंक यू बहन जी, थैंक यू वेरी मच। वाहिगुरु जी, आप सारे ने जो ए आप जी ने कितों मेरे को भी उन्हों का लिटनी सटीक है, पर उसके ये चीज नहीं शायद मेरे को दूसरा हो गया। ਇਹ ਦੋ ਨੇ ਜੀ, ਇੱਕ ਤਾਂ ਹੈ ਨਿਤਨੇਮ ਸਟੀਕ ਜਿਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਔਰ ਉਹਨਾਂ ਦੇ ਅਰਥ ਉਚਾਰਨ ਸੇਧ ਹੈ, ਔਰ ਇਹ ਪੁਸਤਕ ਜਿਹਦੇ ਚੋਂ ਮੈਂ ਪੜਿਆ ਹੈ ਜੀ, ਇਹ ਨਿਤਨੇਮ ਬੋਧ ਭਾਗ ਦੂਸਰਾ, ਨਿਤਨੇਮ ਸਰਲ ਵਿਚਾਰਧਾਰਾ। ਠੀਕ ਹੈ ਜੀ, ਥੈਂਕ ਯੂ। ਇਹਦੇ ਵਿੱਚ ਪ੍ਰਸ਼ਨ ਉੱਤਰ ਹੀ ਨੇ ਜੀ, ਔਰ ਗੁਰਬਾਣੀ ਦੇ ਸਾਰੇ ਨਿਤਨੇਮ ਦੀਆਂ ਬਾਣੀਆਂ ਦੀ ਵਿਆਖਿਆ ਜਾਂ ਉਹਨਾਂ ਦੀ ਮਹੱਤਤਾ ਬਾਰੇ ਹੀ ਦੱਸਿਆ ਹੋਇਆ ਜੀ। ਦੁਬਾਰਾ ਦੱਸਿਓ ਇਸ ਪੁਸਤਕ ਦਾ ਜਿਹੜਾ ਕੀ ਇਹਦਾ। ਹਾਂਜੀ ਹਾਂਜੀ, ਨਿਤਨੇਮ ਬੋਧ ਭਾਗ ਦੂਜਾ। ਅੱਛਾ ਜੀ, ਨਿਤਨੇਮ ਬੋਧ ਭਾਗ ਦੂਜਾ।
सरल विचारधारा, नितनेम सरल विचारधारा, नितनेम भाग दूजा, नितनेम सरल विचारधारा, ठीक है जी। बहुत बहुत धन्यवाद है जी। आपां थोड़ा जिहा होर थोड़ा जिहा नितनेम दे संबंध दे विच थोड़ा जिहा, क्योंकि ये बहुत जरूरी हैगा। वैसे तो जिस तरह भैन जी होना ने पढ़िया, भाई साहब होना ने स्पष्ट रूप दे विच लिख दिता आ कि एक अविग्या आ जां पाप हैगा आ जे असी गुरु साहब जी दे हुक्मां नूं नहीं मानदे, ते मनमुखता जिहड़ी आ ਉਹਨੂੰ ਅਧਿਆਤਮਿਕ ਪੱਖ ਦੇ ਵਿੱਚ ਬਿਲਕੁਲ ਸਵੀਕਾਰਿਆ ਨਹੀਂ ਜਾਂਦਾ ਹੈਗਾ। ਸੋ ਆਪਾਂ ਨੂੰ ਇਹ ਹੁਕਮ ਹੈ ਗੁਰੂ ਸਾਹਿਬ ਜੀ ਦਾ ਕਿ ਆਪਾਂ ਨਿਤਨੇਮ ਕਰਨਾ ਹੀ ਹੈਗਾ। ਇੱਕ ਚੀਜ਼ ਹੋਰ ਸੀਗੀ ਨਾਲ ਇਸਦੇ ਮਿਲਦੇ ਜੁਲਦਾ ਹੀ ਹੈਗਾ, ਨਾਲ ਜਿਹੜੀ ਆਉਂਦਾ ਆ ਕੁਐਸਚਨ ਨਾਲ ਮਿਲਦਾ ਜੁਲਦਾ ਇਹਦੇ ਆ ਜਾਂਦਾ ਆ ਗੁਰਕੀਰਤ, ਨਾਲ ਇਹਦੇ ਮਿਲਦਾ ਜੁਲਦਾ ਆ ਜਾਂਦਾ ਕਿ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਬਾਣੀ ਸੁਣਦੇ ਹਾਂ ਤੇ ਸਾਡੇ ਜਿਹੜੇ ਦੁੱਖ ਹੈਗੇ ਆ ਉਹ ਖਤਮ ਨਹੀਂ ਹੁੰਦੇ, ਦੁੱਖ ਸਾਡਾ ਜਿਹੜਾ ਉਹ ਦੂਰ ਨਹੀਂ ਹੋ ਰਿਹਾ ਹੈਗਾ। ਜਿਵੇਂ ਬਾਣੀ ਦਾ ਪਵਿੱਤਰ ਪ੍ਰਮਾਣ ਹੈਗਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਾਂ ਗੁਰ ਕੀ ਬਾਣੀ ਜਿਸ ਮਨ ਵਸੈ ਦੁੱਖ ਦਰਦ ਸਭ ਤਾਕਾ ਮਸੈ, ਇਹ ਕਿੱਥੇ ਉਣਤਾ ਹੀ ਰਹਿੰਦੀ ਆ, ਕਿੱਥੇ ਇਹ ਕਾਰਨ ਆ। ਦੂਸਰਾ ਸੀਗਾ ਕਿ ਭੈਣ ਜੀ ਹੋਣਾ ਨੇ ਜਿਸ ਤਰ੍ਹਾਂ ਭਾਈ ਸਾਹਿਬ ਜੀ ਹੋਣਾ ਦੀ ਵਿਚਾਰ ਨੂੰ ਪੜ੍ਹਿਆ ਸੀਗਾ, ਸਾਂਝਾ ਕੀਤਾ ਆਪਣੇ ਨਾਲ, ਉਹਦੇ ਵਿੱਚ ਇੱਕ ਚੀਜ਼ ਹੋਰ ਆਈ ਸੀਗੀ ਕਿ ਬਾਣੀ ਨੂੰ ਆਪਾਂ ਇਕਾਗਰਤਾ ਦੇ ਨਾਲ ਸੁਰਤੀ ਜੋੜ ਕੇ ਰਸ ਲੈ ਕੇ ਪੜ੍ਹਨਾ ਹੈਗਾ ਆ। ਸੋ ਮੈਂ ਅਜੇ ਤੱਕ ਵੀ ਸਟਰਗਲ ਕਰ ਰਿਹਾ ਵੀ ਸੁਰਤੀ ਕਿਵੇਂ ਜੁੜਨੀ ਹੈਗੀ ਆ। ਸੋ ਆਪਣੀ ਇਹ ਜਿਹੜੀ ਸੰਗਤ ਹੈਗੀ ਆ ਗੁਰਸਿੱਖਾਂ ਦੀ, ਇਹਦੇ ਵਿੱਚ ਆਪਾਂ ਇਹ ਵੀ ਚੀਜ਼ ਡਿਸਕਸ ਕਰਾਂਗੇ ਕਿ ਆਪਣੀ ਸੁਰਤੀ ਕਿਵੇਂ ਜੁੜਨੀ ਹੈ, ਸੁਰਤੀ ਨੂੰ ਕਿਵੇਂ ਜੋੜਨਾ ਹੈ, ਜਾਂ ਰਸ ਕਿਵੇਂ ਬਾਣੀ ਦਾ ਲੈਣਾ ਆ, ਅੱਗੇ ਅੱਗੇ ਚੱਲਾਂਗੇ। ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਕਿ ਇਹ ਕਮੀ ਰਹਿ ਜਾਂਦੀ ਹੈ ਕਿ ਸਾਡਾ ਦੁੱਖ ਨਹੀਂ ਖਤਮ ਹੁੰਦਾ, ਸਾਡਾ ਰੋਗ ਨਹੀਂ ਖਤਮ ਹੁੰਦਾ। ਔਰ ਕਈ ਗੁਰਮੁਖ ਪਿਆਰਿਆਂ ਨੇ ਬਾਣੀ ਪੜ੍ਹੀ ਆ, ਸਹਿਜ ਪਾਠ ਕੀਤੇ ਆ, ਉਹਨਾਂ ਦੇ ਦੁੱਖ ਰੋਗ ਖਤਮ ਹੋਏ ਆ। ਜੇ ਉਹਨਾਂ ਦੇ ਖਤਮ ਹੋਏ ਆ ਤੇ ਸਾਡੇ ਕਿਉਂ ਨਹੀਂ ਹੋਏਗੇ। ਦੂਸਰਾ ਹੈਗਾ ਕਿ ਨਿਤਨੇਮ ਦੇ ਵਿੱਚ ਅਸੀਂ ਜੇ ਆਪਾਂ ਵਾਹਿਗੁਰੂ ਜੀ, ਹਾਂਜੀ ਪੱਕਿਆਂ ਨੂੰ ਮਿਊਟ ਕਰਨ ਲਈ ਕਹਿ ਦਿਓ ਜੀ। ਠੀਕ ਹੈ, ਠੀਕ ਹੈ ਜੀ, ਸੋਰੀ ਆਪਾਂ ਹਾਂਜੀ ਕਰ ਰਹੇ ਸੀਗੇ ਬਾਣੀ ਦੇ ਵਿੱਚ ਜੇ ਆਪਾਂ ਆਪਾਂ ਗੱਲ ਕਰਦੇ ਹਾਂ ਜਦੋਂ ਕਿ ਸਾਡਾ ਇਹ ਨਿਤਨੇਮ ਦੇ ਵਿੱਚ ਅਸੀਂ ਨਿਤਨੇਮ ਜਿਹੜਾ ਕਿਉਂ ਕਰਨਾ ਹੈਗਾ, ਉਹ ਭਾਈ ਸਾਹਿਬ ਉਹਨਾਂ ਨੇ ਸਪਸ਼ਟ ਲਿਖਿਆ ਹੈਗਾ ਕਿ ਆਪਾਂ ਨੂੰ ਗੁਰੂ ਸਾਹਿਬ ਦਾ ਹੁਕਮ ਆ। ਫਿਰ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਹੈਗੀਆਂ ਕਿ ਆਪਾਂ ਨੂੰ ਸਰੀਰਕ ਕਿਰਿਆਵਾਂ ਸੋਧਣ ਦੇ ਲਈ ਆਪਾਂ ਕਰਦੇ ਹੈਗੇ ਹਾਂ, ਅਤੇ ਭੋਜਨ ਖਾਂਦੇ ਹਾਂ, ਸਫਾਈ ਕਰਦੇ ਹਾਂ ਆਪਣੇ ਸਰੀਰ ਦੀ। ਫਿਰ ਉਹਨਾਂ ਨੇ ਹੋਰ ਐਗਜ਼ਾਮਪਲ ਦਿੱਤੀ ਸੀ ਕਿ ਕਮਰੇ ਦੇ ਵਿੱਚ ਜਿਹੜਾ ਬਿਲਕੁਲ ਬੰਦ ਹੈਗਾ ਆ ਅਤੇ ਮਿੱਟੀ ਘੱਟਾ, ਫਿਰ ਵੀ ਧੂੜ ਫਿਰ ਵੀ ਉਹਦੇ ਵਿੱਚ ਪੈ ਜਾਂਦੀ ਹੈਗੀ ਆ। ਇਸੇ ਤਰ੍ਹਾਂ ਜਿਹੜੇ ਸਾਡੇ ਗਿਆਨ ਇੰਦਰੇ ਆ ਪੰਜ ਦਿੱਤੇ ਹੋਏ, ਇਹਨਾਂ ਦੇ ਨਾਲ ਅਸੀਂ ਅੰਦਰ ਗੰਦਗੀ ਕਾਫੀ ਲੈ ਜਾਂਦੇ ਹਾਂ ਜਦੋਂ ਵਿਚਰਦੇ ਹਾਂ, ਜਿਹੜੇ ਸਾਡੇ ਫਾਈਵ ਸੈਂਸ ਆਰਗਨ ਹੈਗੇ ਆ। ਇੱਕ ਆ ਸਾਇੰਟੀਫਿਕ ਤੌਰ 'ਤੇ ਆਪਾਂ ਜੇ ਲਈਏ ਕੁਛ, ਇਹ ਵੀ ਇੱਕ ਐਗਜ਼ਾਮਪਲ ਜਿਹੜੀ ਆ ਇਹ ਸਹਾਇਕ ਹੋ ਸਕਦੀ ਹੈਗੀ ਆ ਵੀ ਇੱਕ ਮੈਗਨੇਟ ਆ ਅਤੇ ਇੱਕ ਆਇਰਨ ਆ, ਦੋਨੋਂ ਸਲਾਈਡਸ ਜਿਹੜੀਆਂ ਆ ਸੇਮ ਹੈਗੀਆਂ, ਇੱਕੋ ਹੀ ਕਲਰ ਦੀਆਂ ਆ, ਇੱਕੋ ਜਿਹਾ ਦੋਨਾਂ ਦਾ ਵੇਟ ਹੈਗਾ ਆ, ਇੱਕੋ ਹੀ ਰੰਗ ਆ ਉਹਨਾਂ ਦਾ, ਇੱਕੋ ਹੀ ਵੇਟ ਹੈਗਾ ਆ, ਅਤੇ ਹਰ ਇੱਕ ਚੀਜ਼ ਆਇਰਨ ਤੋਂ ਹੀ ਬਣੀਆਂ ਹੋਈਆਂ ਦੋਨੋਂ। ਇੱਕ ਉਹਨਾਂ ਦੇ ਵਿੱਚੋਂ ਮੈਗਨੇਟ ਹੁੰਦੀ ਆ, ਇੱਕ ਉਹਨਾਂ ਦੇ ਵਿੱਚੋਂ ਆਇਰਨ ਹੈਗੀ ਆ, ਇੱਕ ਲੋਹਾ ਆ ਅਤੇ ਇੱਕ ਚੁੰਬਕ ਆ। ਇਹ ਫਰਕ ਕਿਉਂ ਹੈ, ਇਹ ਚੀਜ਼ ਦਾ ਫਰਕ ਕਿਉਂ ਹੈਗਾ ਹੈ? ਉਹਦਾ ਕਾਰਨ ਇਹ ਹੈ ਕਿ ਜਿਹੜਾ ਮੈਗਨੇਟ ਆ ਉਹਦੀਆਂ ਪ੍ਰੋਪਰਟੀਜ਼ ਹੈਗੀਆਂ ਕਿ ਜਿਹੜਾ ਚੁੰਬਕ ਹੈਗਾ ਉਹ ਲੋਹੇ ਦੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦਾ ਆ, ਆਪਣੇ ਵੱਲ ਅਟਰੈਕਟ ਕਰਦਾ ਹੈਗਾ ਆ। ਇਸੇ ਤਰ੍ਹਾਂ ਹੀ ਜੇ ਚੁੰਬਕ ਦੋ ਹੋ ਜਾਣ ਸਾਡੇ ਕੋਲ, ਜੇ ਦੋਨਾਂ ਚੁੰਬਕਾਂ ਦੇ ਦੋਨੋਂ ਸਿਰੇ ਜਿਹੜੇ ਇੱਕੋ ਹੀ ਹੋਣ ਅਤੇ ਜਿਹੜੇ ਇੱਕੋ ਜਿਹੇ ਪੋਲ ਉਹਨਾਂ ਦੇ ਇੱਕੋ ਜਿਹੇ ਹੈਗੇ, ਜਿੱਦਾਂ ਨੌਰਥ ਨੌਰਥ ਹੈਗਾ ਆ, ਸਾਊਥ ਸਾਊਥ ਹੈਗਾ, ਉਹ ਇੱਕ ਦੂਸਰੇ ਨੂੰ ਪਰੇ ਚੱਕਦੇ ਆ ਅਤੇ ਓਪੋਜ਼ਿਟ ਪੋਲ ਜਿਹੜੇ ਹੈਗੇ ਆ ਉਹ ਇੱਕ ਦੂਸਰੇ ਨੂੰ ਖਿੱਚਦੇ ਹੈਗੇ ਆਪਣੇ ਵੱਲ। ਤੀਸਰਾ ਹੈਗਾ ਕਿ ਜੇ ਅਸੀਂ ਮੈਗਨੇਟ ਨੂੰ ਧਾਗੇ ਦੇ ਨਾਲ ਬੰਨ ਕੇ ਛੱਡ ਦਈਏ ਤਾਂ ਇਹ ਹਮੇਸ਼ਾ ਜਿਹੜੀ ਦਿਸ਼ਾ ਹੈਗੀ ਨੌਰਥ ਸਾਊਥ ਉਹਦੇ ਵਿੱਚ ਹੀ ਰੁਕਦਾ ਹੈਗਾ, ਇੱਕੇ ਦਾ ਨੌਰਥ ਪੋਲ ਬਣ ਜਾਂਦਾ, ਦੂਸਰਾ ਦਾ ਸਾਊਥ ਪੋਲ ਬਣ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਕੰਪਾਸ ਜਿਹੜੀ ਆ ਉਹ ਵਰਕ ਕਰਦੀ ਹੈਗੀ ਆ ਕਿ ਉਹ ਹਮੇਸ਼ਾ
नॉर्थ पोल नूं जिहड़ा आ इंडीकेट करदी हैगी आ। इहदा कारण इह सीगा जदों साइंटिस्ट जिहड़े सीगे उन्होंने रिसर्च कीती आ तो उहदे विच देखिआ कि जिहड़ा मैगनेट आ उहदे विच इह दोन्ने है दोन्ने जिहड़े आ आयरन तों बणे होए सी पर मैगनेट दे विच जिहड़ियां डोमेन सीगियां इंटरनल उह सारियां इक साइड नूं जा रहीआं सीगियां ते जिहड़ा आयरन सीगा जिहड़ी लोहे दी छड़ी आ लोहे दी ਸੀਗੀ ਰੋਡ ਉਹਦੇ ਵਿੱਚ ਉਹ ਰੈਂਡਮ ਡਾਇਰੈਕਸ਼ਨ ਦੇ ਵਿੱਚ ਕੋਈ ਇੱਧਰ ਨੂੰ ਜਾਂਦੀ ਕੋਈ ਇੱਧਰ ਨੂੰ ਜਾਂਦੀ ਸੀ ਅਤੇ ਉਹਨਾਂ ਨੇ ਸੋਚਿਆ ਵੀ ਉਹਨਾਂ ਨੇ ਵਰਕ ਕੀਤਾ ਇਹਦੇ 'ਤੇ ਵੀ ਜੇ ਅਸੀਂ ਇਹਨਾਂ ਨੂੰ ਇੱਕ ਸਾਈਡ 'ਤੇ ਕਰ ਦਈਏ ਸਾਰੀਆਂ ਨੂੰ ਤਾਂ ਇਹ ਵੀ ਮੈਗਨੇਟ ਹੋ ਜਾਏਗੀ। ਉਹਨਾਂ ਨੇ ਕੀ ਕੀਤਾ ਇਸ ਮੈਗਨੇਟ ਨੂੰ ਇਸ ਆਇਰਨ ਦੇ ਉੱਪਰ ਰੱਬ ਕਰਨਾ ਸ਼ੁਰੂ ਕਰਤਾ ਘਸਾਉਣਾ ਸ਼ੁਰੂ ਕਰ ਦਿੱਤਾ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਅਤੇ ਉਹ ਕੁਛ ਸਮੇਂ ਬਾਅਦ ਜਦੋਂ 35-40 ਵਾਰੀ ਉਹਨੂੰ ਘਸਾਇਆ ਉਹਦੇ ਉੱਪਰ ਵੀ ਤੇ ਉਹ ਜਿੰਨੀਆਂ ਉਹਦੀਆਂ ਗੁਮੇਨ ਸਾਰੀਆਂ ਉਹ ਜਿਹੜੀ ਆਇਰਨ ਦੀ ਸਲਾਈਡ ਸੀਗੀ ਉਹ ਵੀ ਮੈਗਨੇਟ ਬਣ ਗਈ। ਸੋ ਆਇਰਨ ਨੂੰ ਉਹਦੇ ਉੱਪਰ ਘਸਾਉਣ ਦੇ ਨਾਲ ਬਾਰ ਬਾਰ ਘਸਾਉਣ ਦੇ ਨਾਲ ਉਹ ਵੀ ਜਿਹੜੀ ਸਾਉਂਡੀ ਸਾਡੇ ਕੋਲ ਆਇਰਨ ਹੋਵੇ ਘਰ ਦੇ ਵਿੱਚ ਸਾਡੇ ਕੋਲ ਕੋਈ ਲੋਹੇ ਦੀ ਚੀਜ਼ ਹੈਗੀ ਅਸੀਂ ਉਹਨੂੰ ਤੇ ਜਿੱਦਾਂ ਆਪਣਾ ਬਾਜ ਹੁੰਦਾ ਆ ਪੱਗ ਵਾਲਾ ਅਸੀਂ ਉਹਨੂੰ ਘਸਾਉਣਾ ਸ਼ੁਰੂ ਕਰ ਦਈਏ ਤੇ ਕੁਛ ਸਮੇਂ ਬਾਅਦ ਉਹ ਵੀ ਆਇਰਨ ਉਹ ਵੀ ਮੈਗਨੇਟ ਬਣ ਜਾਂਦਾ। ਤੁਸੀਂ ਦੇਖੋਗੇ ਬਾਜ ਨੂੰ ਕੜੇ ਨਾਲ ਲਾ ਕੇ ਦੇਖੋ ਉਹ ਵੀ ਮੈਗਨੇਟ ਬਣ ਜਾਂਦਾ। ਸੋ ਕਹਿਣ ਤੋਂ ਭਾਵ ਇੱਥੇ ਇਹ ਹੈਗਾ ਕਿ ਜਿਵੇਂ ਗੁਰੂ ਜੀ ਕਹਿੰਦੇ ਵੀ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਇੱਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ। ਇੱਕ ਹੋਰ ਪਾਵਨ ਤੋਂ ਕਹਿੰਦੀ ਆ ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਸੋ ਗੁਰਬਾਣੀ ਪਾਰਸ ਆ ਗੁਰਬਾਣੀ ਜਿਹੜੀ ਆ ਉਹ ਆਪਾਂ ਜੇ ਮੈਗਨੇਟ ਕਵਾਂਗੇ ਤੇ ਗੁਰਬਾਣੀ ਦਾ ਅਸੀਂ ਨਿਰਾਦਰ ਕਰਾਂ ਗੁਰਬਾਣੀ ਪਾਰਸ ਆ ਇਹ ਸਿਰਫ ਇੱਕ ਉਦਾਹਰਣ ਦਿੱਤੀ ਹੋਈ ਆ। ਜਿਵੇਂ ਮੈਗਨੇਟ ਜਿਹੜਾ ਆ ਲੋਹੇ ਨੂੰ ਮੈਗਨੇਟ ਬਣਾ ਦਿੰਦਾ ਇਸੇ ਤਰ੍ਹਾਂ ਜਿਹੜਾ ਗੁਰਬਾਣੀ ਪੜ੍ਹਦਾ ਆ ਉਹ ਵੀ ਗੁਰਬਾਣੀ ਦਾ ਰੂਪ ਹੋ ਜਾਂਦਾ ਜਿਹੜਾ ਗੁਰਬਾਣੀ ਨੂੰ ਘਸਾਉਂਦਾ ਆਪਣੇ ਨਾਲ। ਘਸਾਉਣਾ ਮਤਲਬ ਬਾਰ ਬਾਰ ਗੁਰਬਾਣੀ ਨੂੰ ਰਟਨ ਕਰਨਾ ਬਾਰ ਬਾਰ ਪੜ੍ਹਨਾ ਜਿਵੇਂ ਪਾਤਸ਼ਾਹ ਕਹਿੰਦੇ ਆ ਬਾਰੰ ਬਾਰ ਬਾਰ ਪ੍ਰਭ ਜਪੀ ਹੈ ਰਸਨਾ ਗੁਣ ਗੋਪਾਲ ਨਿਦ ਗਾਇਣ ਮਤਲਬ ਆਪਣੀ ਜੀਵ ਨੂੰ ਬਾਰ ਬਾਰ ਆਪਣੀ ਜੀਵ ਦੇ ਨਾਲ ਬਾਰ ਬਾਰ ਕਹਿਣਾ ਕੰਨਾਂ ਦੇ ਨਾਲ ਸੁਣਨਾ ਜੇਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਨ ਮਤਲਬ ਬਾਰ ਬਾਰ ਉਸ ਚੀਜ਼ ਨੂੰ ਕਰਨ ਦੇ ਨਾਲ ਸਾਨੂੰ ਗੁਰਬਾਣੀ ਪਾਰ ਸਰੂਪ ਆ ਤੇ ਗੁਰਬਾਣੀ ਨੇ ਸਾਨੂੰ ਸੁਹਾ ਕੇ ਸੋਨੇ ਵਰਗਾ ਬਣਾ ਦੇਣਾ। ਜਿਵੇਂ ਪਾਰਸ ਜਿਹੜਾ ਆ ਉਹ ਮੈਟਲ ਨਾਲ ਛੂੰਹਦਾ ਆ ਤੇ ਉਹਨੂੰ ਸੋਨਾ ਕਰ ਦਿੰਦਾ ਆ ਇਸੇ ਤਰ੍ਹਾਂ ਗੁਰਬਾਣੀ ਨੇ ਵੀ ਆਹ ਇੱਕ ਲਾਈਨ ਜੀ ਆ ਰਹੀ ਬੈਠੇ ਦੇਖੋ ਤੇ ਗੁਰਬਾਣੀ ਨੇ ਸਾਨੂੰ ਉਹ ਜਿਹੜਾ ਆ ਉਸ ਤਰ੍ਹਾਂ ਕਰ ਦੇਣਾ। ਇਸ ਕਰਕੇ ਅਸੀਂ ਨਿਤਨੇਮ ਕਰਦੇ ਹੈਗੇ ਹਾਂ ਤਾਂ ਕਿ ਆਪ ਨੂੰ ਮਾਇੰਡ ਇੱਧਰ ਉੱਧਰ ਜਾਂਦਾ ਜਾਂ ਰੈਂਡਮ ਡਾਇਰੈਕਸ਼ਨ ਦੇ ਵਿੱਚ ਜਾਂਦਾ ਹੈਗਾ ਉਹਨੂੰ ਅਸੀਂ ਕਾਬੂ ਕਰ ਸਕੀਏ। ਜਿਹਦਾ ਮਨ ਇਕਾਗਰ ਹੁੰਦਾ ਆ ਉਹ ਇਸ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਆ। ਜਿਹਦੇ ਕੋਲ ਮਨ ਇਕਾਗਰਤਾ ਦੀ ਗੱਲ ਹੈਗੀ ਆ ਨਾ ਉਹਦੇ ਵਰਗਾ ਹੋਰ ਇਸ ਸੰਸਾਰ ਤੇ ਕੋਈ ਨਹੀਂ। ਸਭ ਤੋਂ ਅਮੀਰ ਬੰਦਾ ਉਹ ਆ ਜਿਹਦਾ ਮਨ ਇਕਾਗਰ ਹੈਗਾ ਤੇ ਆਪਾਂ ਮਨ ਇਕਾਗਰ ਕਰਨ ਦੇ ਲਈ ਬਾਰ ਬਾਰ ਬਾਣੀ ਪੜ੍ਹਨੀ ਬਾਰ ਬਾਰ ਬਾਣੀ ਪੜ੍ਹਨ ਦਾ ਹੁਕਮ ਆਪਾਂ ਨੂੰ। ਅੱਛਾ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਹੈਗਾ ਇੱਕ ਚੀਜ਼ ਇੱਕ ਐਗਜ਼ਾਮਪਲ ਹੋਰ ਹੈਗੀ ਹੈ ਇਹਦੇ ਨਾਲ ਜਿਹੜੀ ਆਪਣੀ ਇਤਿਹਾਸ ਦੇ ਵਿੱਚੋਂ ਆ ਇਤਿਹਾਸ ਦੇ ਵਿੱਚੋਂ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਪੂਰਨੇ ਪਾ ਕੇ ਦਿੱਤੇ ਹੋਏ ਆ ਅਸੀਂ ਉਹਦੇ ਤੇ ਚੱਲਦੇ ਹਾਂ। ਇਤਿਹਾਸ ਦੇ ਵਿੱਚੋਂ ਕੀ ਹੈਗਾ ਸਭ ਕਹਿ ਰਹੇ ਹਾਂ ਹਾਂਜੀ ਤੇ ਗੁਰੂ ਸਾਹਿਬ ਜੀ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਆ ਤੇ ਇਤਿਹਾਸਕ ਤੱਥ ਆ ਉਹ ਕਿ ਜਦੋਂ ਕਿਲ੍ਹਾ ਛੱਡਿਆ ਆ ਤੇ ਉਸ ਵੇਲੇ ਅੰਮ੍ਰਿਤ ਵੇਲਾ ਸੀ ਅੱਧੀ ਰਾਤ ਨੂੰ ਛੱਡਿਆ ਤੇ ਜਦੋਂ ਕਿਲ੍ਹੇ ਨੂੰ ਛੱਡਿਆ ਆ ਤੇ ਗੁਰੂ ਸਾਹਿਬ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਤੇ ਬਾਬਾ ਅਜੀਤ ਸਿੰਘ ਜੀ ਨੂੰ ਜਿਹੜੇ ਵੱਡੇ ਸਾਹਿਬਜ਼ਾਦੇ ਸਨ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਇੱਥੇ ਜਿਹੜੀ ਫੌਜ ਆ ਰਹੀ ਆ ਇਹਨੂੰ ਰੋਕਣਾ ਆ ਜੇ ਆਉਂਦੀ ਆ ਫੌਜ ਇਹਨੂੰ ਰੋਕ ਕੇ ਰੱਖਣਾ ਤੁਸੀਂ ਤੇ ਅਸੀਂ ਨਿਤਨੇਮ ਕਰ ਲਈਏ। ਉੱਥੇ ਗੁਰੂ ਸਾਹਿਬ ਜੀ ਨੇ ਨਿਤਨੇਮ ਕੀਤਾ ਹੈਗਾ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦੱਸਿਆ ਹੈਗਾ ਕਿ ਜੇ ਇੱਦਾਂ ਦੀ ਵੀ ਮੁਸ਼ਕਲ ਹੋਵੇ ਆਹ ਭੀੜ ਵੀ ਪਈ ਹੋਵੇ ਤੇ ਆਪਾਂ ਨਿਤਨੇਮ ਨਹੀਂ ਛੱਡਣਾ ਹੈਗਾ। ਗੁਰੂ ਦਾ ਸਿੱਖ ਕਦੇ ਨਿਤਨੇਮ ਨਹੀਂ ਛੱਡਦਾ ਹੈਗਾ। ਤੇ ਬਾਕੀ ਭਾਈ ਭੈਣ ਜੀ ਹੋਣਾ ਨੇ ਭਾਈ ਸਾਹਿਬ ਹੋਣਾ ਲਈ ਵਿਚਾਰ ਨੂੰ ਪੜ੍ਹਿਆ ਆਪਣੇ ਨਾਲ ਸਾਂਝਾ ਕੀਤਾ ਆ। ਭਾਈ ਸਾਹਿਬ ਜੀ ਹੋਣਾ ਨੇ ਬਹੁਤ ਖੋਲ੍ਹ ਕੇ ਦੱਸਿਆ ਆ ਕਿ ਨਿਤਨੇਮ ਸਾਡੇ ਲਈ ਕਿਉਂ ਜ਼ਰੂਰੀ ਹੈ। ਮਹਾਨਤਾ ਦੱਸੀ ਹੋਈ ਆ ਨਿਤਨੇਮ ਦੀ। ਇਹ ਨਿਤਨੇਮ ਆਪਾਂ ਛੱਡ ਨਹੀਂ ਸਕਦੇ ਹੈਗੇ। ਨਿਤਨੇਮ ਆਪਾਂ ਕਰਾਂਗੇ
ਤੇ ਆਪਣੇ ਅੰਦਰੋਂ ਜਿਹੜੀ ਗੰਦਗੀ ਦੂਰ ਕਰਾਂਗੇ। ਅਸੀਂ ਨਿਤਨੇਮ ਜਿਹੜਾ ਇਕਾਗਰਤਾ ਦੇ ਨਾਲ ਰਸ ਲੈ ਕੇ ਕਰਨਾ ਆ, ਉਸ ਪੜ੍ਹੀ ਹੋਈ ਬਾਣੀ ਦੇ ਨਾਲ, ਉਸ ਜਪੇ ਹੋਏ ਨਾਮ ਦੇ ਨਾਲ ਸਾਡੇ ਦੁੱਖ ਦੁਰਦ ਜਿਹੜੇ ਆ ਉਹ ਦੂਰ ਹੋਣੇ ਆ। ਉਹ ਆਪਾਂ ਗੁਰਸਿੱਖਾਂ ਚ ਬੇਨਤੀ ਕਰਾਂਗੇ ਕਿ ਸਾਨੂੰ ਇਕਾਗਰਤਾ ਬਣਾਉਣੀ ਦੱਸਣਗੇ, ਆਪਾਂ ਬਾਣੀ ਦਾ ਨਾਮ ਦਾ ਰਸ ਕਿਵੇਂ ਲੈਣਾ ਆ, ਕਿਉਂਕਿ ਇਹਨਾਂ ਨੇ ਸਾਰੇ ਗੁਰਸਿੱਖਾਂ ਨੇ ਪੁਸਤਕਾਂ ਪੜ੍ਹੀਆਂ ਹੋਈਆਂ ਸਾਂਝੀਆਂ, ਆਪ ਜੀ ਵੀ ਇਹਦੇ 'ਚ ਸਾਂਝੇ ਕਰੋਂਗੇ। ਸੋ ਇਹ ਸੀਗੀਆਂ ਕੁਛ ਜਿਹੜੀਆਂ ਨਿਤਨੇਮ ਦੇ ਸੰਬੰਧ ਦੇ ਵਿੱਚ ਆਪਾਂ ਵਿਚਾਰ ਕੀਤੀ। 6:15 ਤੱਕ ਦਾ ਟਾਈਮ ਸੀਗਾ ਤੇ ਇੱਥੇ ਸਮਾਪਤੀ ਹੋਈ ਆ। ਉਸ ਤੋਂ ਬਾਅਦ ਦੇ ਵਿੱਚ ਆਪਾਂ ਹੁਣ ਜਿਹੜਾ ਨੈਕਸਟ ਟਾਈਮ ਜਿਹੜਾ ਹੈ ਜਦੋਂ ਆਪਾਂ ਜਪਜੀ ਸਾਹਿਬ ਦਾ ਸ਼ੁਰੂ ਕਰਨਾ ਆ, ਤੇ ਭੈਣ ਜੀ ਮਨਮੋਹਨ ਕੌਰ ਹੈਗੇ ਆ, ਭਾਜੀ ਸਵਰਨ ਸਿੰਘ ਜੀ ਹੈਗੇ, ਭਾਈ ਜਸਵੰਤ ਸਿੰਘ ਜੀ ਹੈਗੇ ਆ, ਤੇ ਆਪ ਜੀ ਵੀ ਜਿੰਨੀ ਵੀ ਆਪਾਂ ਸਾਰਿਆਂ ਨੇ ਸੰਗਤ ਕਰਨੀ ਆ। ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਆਪਾਂ ਜੇ ਕੋਈ ਇੱਕ ਜਣਾ ਬੋਲਦਾ ਤੇ ਆਪਾਂ ਉਹਦੇ ਨਾਲ ਕੋਈ ਆਪਾਂ ਐਡ ਨਹੀਂ ਕਰ ਸਕਦੇ, ਨਹੀਂ। ਜਿੰਨੀ ਇਹ ਆਪਾਂ ਨੂੰ ਲਾਭ ਆ ਸੰਗਤ ਕਰਨ ਦਾ, ਇਹੀ ਲਾਭ ਹੁੰਦਾ ਕਿ ਅਸੀਂ ਇੱਕ ਦੂਸਰੇ ਨਾਲ ਸਾਂਝ ਪਾਈ ਜਾਈਏ, ਇੱਕ ਦੂਸਰੇ ਨਾਲ ਜੁੜੀ ਜਾਈਏ। ਸੋ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਉਹ ਆਪਾਂ ਨਿਤਨੇਮ ਤੋਂ ਪਹਿਲਾਂ ਜਿਹੜੀ ਸਾਡੀ 35 ਹੈਗੀ ਆ, ਜਿਹਨੂੰ ਆਪਾਂ ਪੰਜਾਬੀ ਦੇ ਅਲਫਾਬੈਟਸ ਕਹਿੰਦੇ ਹਾਂ, ਇਹਨਾਂ ਦਾ ਉਚਾਰਨ ਕਿਵੇਂ ਕਰਨਾ ਆ, ਇਹਨਾਂ ਦਾ ਹੋਣਾ, ਇਹ 1-2 ਮਿੰਟ ਲਾ ਕੇ, 10-5-7 ਮਿੰਟ ਲਾ ਕੇ ਫਿਰ ਆਪਾਂ ਜਿਹੜਾ ਹੈਗਾ ਆ ਉਹ ਨੈਕਸਟ ਚੱਲਾਂਗੇ ਆਪਾਂ, ਤੇ ਉਹ ਫਿਰ ਆਪਾਂ ਜਿਹੜਾ ਆ ਨਿਤਨੇਮ ਤੇ ਆਪਾਂ ਆ ਜਾਵਾਂਗੇ। ਨਿਤਨੇਮ ਦੀ ਫਿਰ ਵਿਚਾਰ ਜਿਸ ਤਰ੍ਹਾਂ ਵੀ ਗੁਰਸਿੱਖਾਂ ਦੇ ਨਾਲ ਸਾਂਝੀ ਹੋਗੀ, ਆਪਾਂ ਉਹਦਾ ਲਾਭ ਲਵਾਂਗੇ ਜੀ। ਤੇ ਭੁੱਲ ਲਈ ਖਿਮਾ, ਆਪਣਾ ਇਹ ਹੈਗਾ ਕਿ ਆਪਾਂ ਨਿਤਨੇਮ ਹੀ ਬਣਨਾ ਹੀ ਬਣਨਾ ਆ। ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਆਪਣੇ ਤੇ, ਪਰ ਆਪਣੇ ਅੰਦਰ ਇਹ ਕਦੇ ਨਾ ਆਵੇ ਕਿ ਇਹ ਨਿਤਨੇਮ ਅਸੀਂ, ਜਿੱਦਾਂ ਉਹ ਭੈਣ ਜੀ ਹੋਣਾ ਨੇ ਕੁਐਸਚਨ ਸੀਗਾ, ਭਾਈ ਸਾਹਿਬ ਜੀ ਹੋਣਾ ਨੇ, ਉਹਨਾਂ ਨੇ ਵੀ ਲਿਖਿਆ, ਮੈਂ ਵੀ ਆਪ ਜੀ ਨਾਲ ਵਿਚਾਰ ਕਰ ਰਿਹਾ ਸੀ ਕਿ ਜਰਮਨੀ ਜਦੋਂ ਸੀ ਮੈਂ, ਉਦੋਂ ਵੀ ਨੌਜਵਾਨ ਬੱਚਿਆਂ ਦੇ ਨਾਲ ਇਹੀ ਕੁਐਸਚਨ ਆਇਆ ਸੀ ਕਿ ਜੇ ਸਾਨੂੰ ਅਰਥ ਸਮਝ ਪੈ ਜਾਂਦੇ ਆ, ਅਰਥ ਬੋਧ ਦਾ ਪਤਾ ਲੱਗ ਜਾਂਦਾ, ਸਾਨੂੰ ਭਾਵ ਸਮਝ ਪੈ ਜਾਂਦਾ ਵੀ ਜਪਜੀ ਸਾਹਿਬ ਸਾਨੂੰ ਆਹ ਮੈਸੇਜ ਦੇ ਰਿਹਾ ਆ ਜਾਂ ਆਨੰਦ ਸਾਹਿਬ ਸਾਨੂੰ ਆਹ ਮੈਸੇਜ ਮਿਲ ਰਿਹਾ ਆ, ਫਿਰ ਅਸੀਂ ਉਹਨੂੰ ਆਪਣੀ ਲਾਈਫ 'ਚ ਇੰਪਲੀਮੈਂਟ ਕਰੀਏ ਰਾਦਰ ਦੈਨ ਕਿ ਬਾਰ ਬਾਰ ਪੜ੍ਹਨੀ। ਪਰ ਇਹ ਨਹੀਂ ਹੈ, ਜੇ ਅਸੀਂ ਬਾਰ ਬਾਰ ਕਰਾਂਗੇ ਤੇ ਉਹਦੇ ਨਾਲ ਸਾਡਾ ਜਿਹੜਾ ਆ ਅੰਦਰ ਤਾਂ ਹੀ ਸਾਫ, ਸਾਡਾ ਮਨ ਜਿਹੜਾ ਤਾਂ ਹੀ ਇੱਕ ਪਾਸੇ ਨੂੰ ਜਾਊਗਾ, ਨਹੀਂ ਤਾਂ ਰੈਂਡਮ ਡਾਇਰੈਕਸ਼ਨ ਦੇ ਵਿੱਚ ਚੱਲੀ ਜਾਣਾ ਆ। ਤੇ ਇਹ ਆਪਾਂ ਵਿਚਾਰ ਜੀ ਸਾਂਝੀ ਕਰਦੇ ਰਵਾਂਗੇ। ਹਾਂਜੀ ਭਾਈ ਮਲਕੀਤ ਸਿੰਘ ਜੀ, ਤੁਸੀਂ ਅੱਗੇ ਕਰੋ ਕਿਰਪਾ। ਹੁਣ ਇਹ ਭੁੱਲ ਲਿਖੀ ਮੈਂ, ਬਾਕੀ ਆਪਾਂ ਨੈਕਸਟ ਕਲਾਸ, ਨੈਕਸਟ ਸਮੇਂ ਜਦੋਂ ਆਪਣਾ ਹੋਇਆ ਨੈਕਸਟ ਸੰਡੇ, ਉਦੋਂ ਆਪਾਂ ਅੱਗੇ ਇਸ ਤੋਂ ਫਰਦਰ ਚੱਲਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਆਪ ਜੀ ਜੇ ਚਾਹੋ ਤਾਂ ਕੁਝ ਸਮਾਂ ਹੋਰ ਲਾ ਸਕਦੇ, ਕਿਉਂਕਿ ਜਿਹੜੇ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਨੇ ਸੀਗਾ ਕਰੰਟ ਅਫੇਅਰਸ ਤੇ ਬੋਲਣਾ ਸੀ ਕੁਛ, ਉਹਨਾਂ ਨੂੰ ਕੋਈ ਮੁਸ਼ਕਿਲ ਹੈ ਕਿ ਉਹ ਜੁਆਇਨ ਨਹੀਂ ਕਰ ਪਾ ਰਹੇ, ਤੇ ਜੇ ਆਪ ਜੀ ਚਾਹੋ ਫਿਰ ਆਪਾਂ 35 ਤੇ ਥੋੜਾ ਜਿਹਾ ਕਰ ਲੈਂਦੇ ਹਾਂ ਜਿਹੜੀ ਆ। ਹਾਂਜੀ, ਕਰ ਆਪਾਂ ਕਰ ਲੈਂਦੇ ਹਾਂ। ਠੀਕ ਹੈ ਜੀ, ਇੱਕ ਮਿੰਟ ਸ਼ੇਅਰ ਕਰ ਲਵਾਂ ਸਕਰੀਨ। ਹਾਂਜੀ, ਦੇਖੋ ਤਾਂ ਡਿਸਪਲੇ ਹੋ ਗਈ, ਦਿਸ ਰਹੀ ਆਪ ਜੀ ਸਾਰਿਆਂ ਨੂੰ? ਨਹੀਂ, ਇੱਕ ਮਿੰਟ ਜੀ। ਹੁਣ ਆਏਗੀ ਜੀ? ਹਾਂਜੀ ਆ ਗਏ ਜੀ। ਠੀਕ ਹੈ ਜੀ, ਹੁਣ ਆਪਣੀ ਜਿਹੜੀ ਇਹ ਆਪਣੀ 35 ਹੈਗੀ ਆ, ਇਹ ਆਪਣੀ 35 ਹੈਗੀ ਆ, 3 ਵਾਰੀ ਆਪਣਾ ਜਿਹੜਾ ਹੈਗਾ ਆ, ਜਿਹੜੀ ਸਾਡੀ ਐਜੂਕੇਸ਼ਨ ਪੋਲਿਸੀ ਸੀਗੀ, ਜਿਹੜੀ ਸਾਡੀ ਸਿੱਖਿਆ ਪ੍ਰਣਾਲੀ ਸੀਗੀ, ਸ਼ਾਇਦ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, 40 ਸਾਲ ਰਾਜ ਰਿਹਾ ਉਹਨਾਂ ਦਾ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵੇਲੇ ਜਿਹੜੀ ਉਹਨਾਂ ਦਾ ਜਦੋਂ ਰਾਜ ਸੀਗਾ, ਤੇ ਬਹੁਤ ਘੱਟ ਲੋਕ ਅਨਪੜ੍ਹ ਸੀਗੇ, ਜਿਹੜੇ ਪੜ੍ਹਿਆਂ ਲਿਖਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀਗੀ। ਤੇ ਉਹਦਾ ਕਾਰਨ ਇਹ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਮੰਦਰਾਂ ਦੇ ਵਿੱਚ, ਮਸੀਤਾਂ ਦੇ ਵਿੱਚ, ਮਸਜਿਦ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਸਕੂਲ ਖੁੱਲ੍ਹੇ ਹੋਏ ਸੀ ਸਿੱਖਿਆ ਦੇਣ ਲਈ। ਤੇ ਆਪਣੀ ਨਾ 3 ਵਾਰੀ ਜਿਹੜੀ ਆ, ਆਪਣੇ ਜਿਹੜਾ ਲਿਟਰੇਚਰ ਆ ਜਿੱਥੋਂ ਆਪਾਂ ਲਰਨ ਕਰਦੇ ਸੀਗੇ, ਉਹ 3 ਵਾਰੀ ਆਪਣਾ ਸਾੜਿਆ ਗਿਆ। 1 ਵਾਰੀ ਤਾਂ ਜ਼ਕਰੀਆ ਖਾਨ ਨੇ ਕਰਤਾਰਪੁਰ ਸਾਹਿਬ ਜਿਹੜਾ ਉੱਥੇ ਗੁਰਦੁਆਰਾ ਥੰਮ ਸਾਰਿਆ, ਉਸ ਸਾਰੇ ਗੁਰਦੁਆਰਾ ਸਾਹਿਬ ਨੂੰ ਅੱਗ ਲਾ ਦਿੱਤੀ ਸੀ। ਉੱਥੇ ਆਪਣਾ ਪੁਰਾਣਾ ਲਿਟਰੇਚਰ ਪਿਆ ਸੀ। ਇਤਿਹਾਸਕਾਰ ਇਹ ਵੀ ਦੱਸਦੇ ਹੈਗੇ ਆ ਕਿ ਗੁਰੂ ਅੰਗਦ ਪਾਤਸ਼ਾਹ ਜੀ ਨੇ ਜਿਹੜੀਆਂ
सीकुएंस बनाया सी पंजाबी का तैयार किया जो आप देख रहे भी पोथियां उत्थे पईयां सीगियां भट्टा दियां उत्थे वहीयां पईयां सीगियां ते जिहड़े गुरु ग्रंथ साहब जी गुरु अर्जन पातशाह जी ने तैयार करवाए सी पहले आदि गुरु ग्रंथ साहब जी वह भी थमसा सी ते उन्हें सारे गुरुद्वारा साहब नूं अग ला के जान बुझ के वह साडा लिटरेचर ते साडे गुरु ग्रंथ साहब जी जिहड़े आदि गुरु ग्रंथ साहब जी वह साड़ दिते सीगे उन्हां नूं अग ला दिती सीगी। उस तो बाद 1839 महाराजा रणजीत सिंह जिहड़ा आ वो चढ़ाई कर गए तो 1839 तो 1849 दस साल जिहड़ा एंगलो सिख वार चलती रही लड़ाइया होंदिया रही जिन्हां दे विच अपने सिंघां ने जोर भी दिखाए तो महा जिहड़ा शाह मुहम्मद सीगा उन्हें सिंघां की तारीफ भी की गोरिया ने भी तारीफ की हैगी उस तो बाद 1849 दे विच गोरिया ने अंग्रेजा ने अपना जिहड़ा राज सीगा सिख राज अपना राजे हुंदे सीगे अपना राज सी अपनी राजधानी लाहौर सी वह सिख राज जिहड़ा सीगा वह कैप्चर कर लिया उन्होंने पंजाब सारे नूं ते वह लै लिया सिख राज उन्होंने 1850 दे विच पहला काम यह किया सी कि उन्होंने दो पैसे उस वेले दो पैसे जिहड़े सीगे वह महना रखाउंदे सी कीमत सी उन्हां दी दो पैसे दे के जिन्हां दे घरां दे विच पंजाबी दीआं किताबां पंजाबी दे कैदे पए हो सीगे पंजाबी बुक्स जिहड़ियां पईआं सी ओह मंगवाईआं सारिआं दे कोल साडी जिहड़ी एजुकेशन पॉलिसी सीगी जिहड़ा साडी सिक्ख्या प्रणाली सी उन्हां अंग्रेज़ां ने उस वेले उहनूं साड़िआ जाड़िआ साड़ दित्ता उहनूं खत्म कर दित्ता। उस तों बाद दे विच तीसरी वारी जिहड़ा साडे नाल धक्का होइआ वह सीगा 1984 सिख रैफरेंस लाइब्रेरी अकाल तख्त साहब ते उत्थे नाल इक होर कमरा बनिया होया सी इन्हां तिन्नां कमरियां दे विच साडे कोल 1500 पुरातन लिखत बीड़ां सीगियां जिहड़ियां अफगानिस्तान तो पाकिस्तान तो दूर भूटान तो जां इधरों दूसरियां होर थावां तो होर देशां चों आईयां होईयां सीगियां वह पुरातन सरूप सीगे जिहड़े जिहड़ा प्रतख रूप दे विच जिन्हां ते खोज कीती जा सकदी सी ते जिहड़े छोटियां छोटियां दुबदामां हैगियां दूर कीतियां जा सकदियां वह सारियां हथ लिखत जिहड़ियां पोथियां सीगियां साडा इतिहास जिहड़ा सीगा उहनां ने जाण बुझ के भारत सरकार ने अग ला के साड़िया ते कुछ थोड़ा बहुता चक के लै गए बाकी इन्हां ने साड़ दिता सी ये जिहड़े गुरमुख प्यारे उस समय दे हैगे आ जिद्दां भाई मलकीत सिंह असी हैगे आ थोड़ा बहुता उदों वड्डे होए हो सीगे उन्होंने सारिआं नूं पता आ ते अजे तक सानू उहदे विचों कुछ मिलिया नहीं श्रोमणी कमेटी ने केस भी किया होया सो यह तीन वारी साडे नाल धक्का होया आ तीन वारी साडा जिहड़ा लिटरेचर आ साड़िया गया असी राजे सीगे ते साडे कोल इस वेले कोई भी अपनी स्टेट जिहड़ी आ उहदे लई वी स्ट्रगल करनी पै रही आ ते हैरानी दी गल है कि पंजाब दी राजधानी भी अपनी है नहीं हरियाणे दे नाल सांझी आ जिहड़ी चंडीगढ़ हैगी आ पंजाब नूं भी छोटा किया गया मतलब जदों गोरे अंग्रेज गए आ ते साडे नाल इह धक्का हो गया कि साडा सानू राज वापस नहीं दे के गए उहदा करके सारे ये चक्कर पैंदे रहे आ ते मेरा कहण तों भाव इह सीगा कि असी उस चीज़ तों जिहड़ी साडी पॉलिसी सी खत्म हो गई पर आपां फिर भी सीना बसीना चलिया आ रही चीज़ां नूं संभालिया जिहड़ियां सीना बसीना चलिया आ रही सीगियां उहनां दे नाल असी जिहड़ी हैगी आ सिखां दे कोलों वह चीज़ां जिहड़ियां प्राप्त कीतियां तो इत्थे जिहड़ा 35 दा हैगा आ 35 दे विच जिहड़ा आ आपां इह 5 मिंट अपने कोल हैगे आ जिद्दां ऊड़ा ऐड़ा ईड़ी सस्सा हाहा इहदा आपां अक्खरां दा जिहड़ा आ उह पछाण आ उह ऊड़ा जो लिखिया तो असं कहने भी ऊड़ा हैगा आड़ा हैगा आ ईड़ी आ जा ईवड़ी आ सस्सा हैगा आ हाहा हैगा इस तरह ही अगले जिहड़े अक्षर हैगे आ उन्हां अगली लाइन दे विच कक्का खखा गग्गा कग्गा ते मंगा जिहड़े आ दो अक्षर हैगे आ वाले जिहड़े दो अक्षर हैगे आ अपने ए वाली लाइन ते इस तों जिहड़ी हैगी आ अगली लाइन जिहड़ी हैगी आ ते एक मिनट जी हाँ हाँ जी एक आ वाला अखर जिहड़ा हैगा ते अगली लाइन जिहड़ी हैगी आ चचा छछा जज्जा झज्जा
ਤੇ ਯੰਝਾਂ ਜਾਂ ਜਈਆਂ ਇਹਨਾਂ ਦੇ ਉਚਾਰਨ ਦੇ ਵਿੱਚ ਇਹਦੇ ਇਸ ਅੱਖਰ ਦੇ ਤੇ ਇਸ ਅੱਖਰ ਦੇ ਉਚਾਰਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਆ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੂੰ। ਜਦੋਂ ਗੁਰਬਾਣੀ ਸਿੱਖਦੇ ਹਾਂ ਜਾਂ ਪੰਜਾਬੀ ਪੜ੍ਹਦੇ ਹਾਂ ਜਾਂ ਗੁਰਮੁਖੀ ਪੜ੍ਹਦੇ ਹਾਂ ਉਸ ਵੇਲੇ ਇਹ ਸਾਨੂੰ ਮੁਸ਼ਕਲ ਆਉਂਦੀ ਹੈਗੀ ਆ। ਦੂਸਰਾ ਹੈਗਾ ਜਿੱਦਾਂ ਚੱਚਾ, ਇਹਨੂੰ ਕਈ ਕਈ ਥਾਵਾਂ ਤੇ ਚਿੱਚਾ ਸ਼ਿੱਛਾ ਵੀ ਦਾ ਉਚਾਰਨ ਕੀਤਾ ਪਰ ਇਹ ਉਚਾਰਨ ਨਹੀਂ ਹੈਗਾ। ਹੁਣ ਆਪਾਂ ਇਹਨਾਂ ਦਾ ਉਚਾਰਨ ਸਹੀ ਕਿਵੇਂ ਕਰ ਸਕਦੇ ਹਾਂ, ਇਹਨਾਂ ਦਾ ਉਚਾਰਨ ਸਹੀ ਕਿਵੇਂ ਕਰੀਏ, ਤੇ ਆਪਾਂ ਜਿਹੜਾ ਨੈਕਸਟ ਸਲਾਈਡ ਦੋ ਹੈਗੀਆਂ ਆ ਦੋ ਤਿੰਨ ਜਿਹੜੀਆਂ ਉਹਨਾਂ ਦੇ ਵਿੱਚ ਆਪਾਂ ਦੇਖਾਂਗੇ। ਉਹਦੇ ਵਿੱਚ ਕੀ ਹੈਗਾ ਧਿਆਨ ਰੱਖਣਾ ਆਪ ਜੀ ਨੇ ਕਿ ਆਹ ਵਾਲਾ ਜਿਹੜੀ ਆ ਪਹਿਲੇ ਅੱਖਰ ਹੈਗੇ ਆ ਸਾਰੇ ਇਹੋ ਇਹ ਸਾਰੇ ਪਹਿਲੇ ਅੱਖਰ ਆ, ਆਹ ਵਾਲੇ ਆ ਇਹ ਦੂਸਰੇ ਅੱਖਰ ਹੈਗੇ ਆ, ਆਹ ਤੀਜੇ ਨੰਬਰ ਵਾਲੇ ਆ ਤੇ ਆਹ ਚੌਥੇ ਵਾਲੇ ਹੈਗੇ ਆ। ਉਸ ਤੋਂ ਬਾਅਦ ਆਹ ਜਿਹੜੇ ਪੰਜਵੇਂ ਹੈਗੇ ਆ ਇਹਨਾਂ ਨੂੰ ਅਨੁਨਾਸਕੀ ਕਿਹਾ ਜਾਂਦਾ। ਇਹਦੇ ਬਾਰੇ ਆਪਾਂ ਜ਼ਿਕਰ ਕਰਾਂਗੇ। ਪਹਿਲੀ ਲਾਈਨ ਨੂੰ ਤੇ ਅਖੀਰਲੀ ਲਾਈਨ ਨੂੰ ਜੇ ਆਪਾਂ ਛੱਡ ਵੀ ਨਹੀਂ, ਜੇ ਆਪਾਂ ਪਹਿਲੀ ਲਾਈਨ ਨੂੰ ਛੱਡ ਵੀ ਦੇਈਏ ਤੇ ਇਹਦੇ ਵਿੱਚ ਇਹ ਚੀਜ਼ ਦਾ ਆਪਾਂ ਅਗਲੀ ਸਲਾਈਡ ਤੇ ਚੱਲਦੇ ਹਾਂ, ਉਹਦੇ ਵਿੱਚ ਦੇਖਦੇ ਹਾਂ ਵੀ ਕਿਸ ਤਰ੍ਹਾਂ। ਹਾਂਜੀ, ਆਪ ਜੀ ਨੂੰ ਬੇਨਤੀ ਆ ਕਿ ਜਦੋਂ ਆਪ ਜੀ ਨਹੀਂ ਹੁੰਦੇ ਹੁੰਦੇ ਤੇ ਪਲੀਜ਼ ਆਪਣਾ ਮਾਈਕ ਜਿਹੜਾ ਉਹ ਬੰਦ ਕਰ ਲਿਆ। ਹਾਂਜੀ, ਅੱਛਾ ਜੀ, ਹੁਣ ਆਪਾਂ ਚੱਲੀਏ ਅੱਗੇ ਅਗਲੀ ਸਲਾਈਡ ਤੇ। ਪਹਿਲਾਂ ਇਹਦਾ ਦੇਖ ਲਈਏ ਕਿ ਇਹਨਾਂ ਦੇ ਇੱਕ ਤਾਂ ਹੈਗੀ ਉਹ ਅੱਖਰਾਂ ਦਾ ਉਚਾਰਨ ਸੀਗਾ ਜਿਹੜਾ ਆਪ ਜੀ ਨਾਲ ਸਾਂਝਾ ਕੀਤਾ ਜਾ ਰਿਹਾ ਸੀਗਾ, ਤੇ ਇਹਦੇ ਅੱਖਰਾਂ ਦੀ ਆਵਾਜ਼ ਕਿੱਦਾਂ ਆ। ਊੜੇ ਦੀ ਆਵਾਜ਼ ਹੈਗੀ ਆ ਊ ਆ ਈ ਸਾ ਹਾ, ਤੇ ਉਸ ਤੋਂ ਬਾਅਦ ਅਗਲੇ ਜਿਹੜੇ ਹੈਗੇ ਆ ਕਾ ਖਾ ਗਾ ਕਾ ਨਾ ਚਾ ਸ਼ਾ ਜਾ ਚਾ ਯਾਂ, ਇਸ ਤਰ੍ਹਾਂ ਇਹਨਾਂ ਦੇ ਉਚਾਰਨ ਬਣਨੇ ਆ ਅੱਖਰਾਂ ਦੇ ਜਿਹੜੀ ਆਵਾਜ਼ ਆਉਣੀ ਆ। ਹੁਣ ਆਪਾਂ ਪਹਿਲੀ ਲਈਏ ਲਾਈਨ, ਪਹਿਲੀ ਲਾਈਨ ਆਪਾਂ ਛੱਡੀ ਹਾਲੇ, ਤੁਸੀਂ ਉਹਦੇ ਬਾਰੇ ਬਾਅਦ ਵਿਚਾਰ ਕਰ ਲਾਂਗੇ। ਕੱਕਾ ਖੱਖਾ ਗੱਗਾ ਘੱਗਾ ਨੰਗਾ, ਇਹਦਾ ਜਿਹੜਾ ਸਾਰੀ ਲਾਈਨ ਹੈਗੀ ਆ ਇਹਨਾਂ ਦੇ ਲਈ ਅਸੀਂ ਨਾ ਜਿਹੜੀਆਂ ਚਾਰ ਬਾਣੀਆਂ ਆ ਉਹਦੀ ਵਰਤੋਂ ਕਰਦੇ ਹਾਂ। ਜਿਹੜੇ ਆ ਪਹਿਲੇ ਅੱਖਰ ਹੈਗੇ ਆ ਕੱਕਾ ਚੱਚਾ ਟੈਂਕਾ ਤੱਤਾ ਤੇ ਪੱਪਾ ਆ, ਇਹ ਸਾਡੇ ਬੈਖਰੀ ਉਚਾਰਨ ਆ। ਬੈਖਰੀ ਮਤਲਬ ਜਿਹੜੇ ਮੂੰਹ ਚੋਂ ਕੱਢੀ ਹੋਈ ਆ, ਇਹ ਚਾਰ ਬਾਣੀਆਂ ਹੈਗੀਆਂ ਬੈਖਰੀ। ਦੂਸਰੇ ਅੱਖਰਾਂ ਦਾ ਉਚਾਰਨ ਜਿਹ 'ਚ ਖੱਖਾ ਆ ਜਾਣਾ, ਛੱਛਾ ਆ ਜਾਣਾ, ਠੱਠਾ ਥੱਥਾ ਫੱਫਾ ਆ ਜਾਣਾ, ਇਹ ਹੈਗਾ ਆ ਇਹਨਾਂ ਦਾ ਉਚਾਰਨ ਜਿਹੜਾ ਅਸੀਂ ਮੱਧਮਾ ਕਹਿੰਦੇ ਹਾਂ। ਇਹ ਉਚਾਰਨ ਸਾਡੇ ਗਲੇ ਵਿੱਚੋਂ ਹੁੰਦੇ ਆ, ਇਹਨਾਂ ਦਾ ਉਚਾਰਨ ਮੱਧਮਾ ਕੀਤਾ ਹੋਇਆ ਆਪਾਂ। ਆਹ ਵਾਲਾ ਜਿਹੜੇ ਆ ਇਹਨਾਂ ਦਾ ਉਚਾਰਨ ਹੈਗਾ ਆ ਬੈਖਰੀ, ਬੈਖਰੀ, ਇਹ ਉਚਾਰਨ ਬੈਖਰੀ ਹੈਗਾ। ਆਹ ਵਾਲੇ ਜਿਹੜੇ ਅੱਖਰ ਹੈਗੇ ਆ ਇਹਨਾਂ ਦਾ ਉਚਾਰਨ ਹੈਗਾ ਮੱਧਮਾ, ਮੱਧਮਾ, ਮੱਧਮਾ ਉਚਾਰਨ ਹੈ ਇਹਨਾਂ ਦਾ। ਜਿਹੜੇ ਤੀਸਰੀ ਆਹ ਵਾਲੇ ਅੱਖਰ ਹੈਗੇ ਆ ਇਹਨਾਂ ਦਾ ਉਚਾਰਨ ਹੈਗਾ ਪਸਿਆਂਤੀ, ਇਹ ਅਸੀਂ ਫੇਫੜਿਆਂ ਦੀ ਵਰਤੋਂ ਕਰਕੇ ਇਹਨਾਂ ਦਾ ਉਚਾਰਨ ਕਰਦੇ ਹਾਂ, ਪਸਿਆਂਤੀ, ਪਸਿਆਂਤੀ ਉਚਾਰਨ ਹੈ ਇਹਨਾਂ ਦਾ। ਜਿਹੜੇ ਆਹ ਵਾਲੇ ਹੈਗੇ ਆ ਇਹ ਹੈਗਾ ਆ ਸਾਡਾ ਪਰਾ, ਇਹ ਅਸੀਂ ਬਹੁਤ ਡੂੰਘਾ ਥੱਲੇ ਪੇਟ ਵਿੱਚੋਂ ਇਹਦਾ ਉਚਾਰਨ ਕਰਦੇ ਹਾਂ ਪਰਾ, ਪੱਪਾ ਰਹੇ ਨੂੰ ਕੰਨਾ ਪਰਾ। ਤੇ ਆਹ ਵਾਲਾ ਜਿਹੜਾ ਹੈਗਾ ਉਚਾਰਨ ਇਹ ਅਨੁਨਾਸਕੀ ਉਚਾਰਨ ਆ, ਜਿਹਨਾਂ ਦਾ ਮੂੰਹ ਦੇ ਵਿੱਚੋਂ ਤੇ ਅਸੀਂ ਨੱਕ ਦੇ ਵਿੱਚੋਂ ਉਚਾਰਨ ਕਰਦੇ ਹੈਗੇ ਆ ਅਨੁਨਾਸਕੀ ਉਚਾਰਨ, ਇਹਨੂੰ ਕਹਿੰਦੇ ਆਪਣਾ ਅਨੁਨਾਸਕੀ ਉਚਾਰਨ ਹੈਗਾ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਇਹਨਾਂ ਦੇ ਉਚਾਰਨ ਦੇ ਸੰਬੰਧ ਦੇ ਵਿੱਚ ਦੇਖੀਏ। ਹੁਣ ਆਪਾਂ ਨੈਕਸਟ ਸਲਾਈਡ ਤੇ ਚੱਲਦੇ ਹਾਂ। ਜਦੋਂ ਸਾਡੀ ਜੀਭ ਦੇ ਅਸੀਂ ਤਿੰਨ ਹਿੱਸੇ ਕਰਾਂਗੇ, ਜਿਹੜਾ ਸਾਡੀ ਜੀਭ ਦਾ ਬਿਲਕੁਲ ਪਿਛਲਾ ਭਾਗ ਆ, ਇੱਕ ਹੋ ਗਿਆ ਅਗਲਾ ਪਹਿਲਾ ਭਾਗ ਜੀਭ ਦਾ, ਇੱਕ ਹੋ ਗਿਆ ਵਿਚਕਾਰਲਾ ਭਾਗ, ਇੱਕ ਪਿਛਲਾ ਭਾਗ ਜਿਹੜਾ ਪਿੱਛੇ ਸਾਡੇ ਗਲੇ ਨਾਲ ਉੱਪਰ ਜੁੜਦਾ। ਜਿਹੜਾ ਪਿਛਲਾ ਹਿੱਸਾ ਆ ਸਾਡੀ ਜੀਭ ਦਾ ਉਹ ਜਦੋਂ ਉੱਪਰ ਤਾਲੂ ਨਾਲ ਜੁੜੂਗਾ ਤੇ ਫਿਰ ਇਹਨਾਂ ਅੱਖਰਾਂ ਦਾ ਉਚਾਰਨ ਹੋਊਗਾ। ਜਿਵੇਂ ਕਾ ਕਾ ਜਾਂ ਕੱਕਾ ਕਹੀਏ, ਕਾ ਆਪਾਂ ਸਾਊਂਡ ਦੇਣੀ, ਕਾ ਕਾ ਅਸੀਂ ਜਾਂ ਕੱਕਾ ਕਹਿੰਦੇ ਹਾਂ, ਤੇ ਤੁਸੀਂ ਧਿਆਨ ਰੱਖੋਗੇ ਅਸੀਂ ਮੂੰਹ ਚੋਂ ਕਹਿ ਰਹੇ ਹਾਂ ਤੇ ਇਹਦਾ ਉਚਾਰਨ ਮੂੰਹ ਵਿੱਚੋਂ ਹੋ ਰਿਹਾ, ਬੈਖਰੀ ਹੋ ਰਿਹਾ ਆ, ਪਰ ਤਾਲੂ ਦੇ ਨਾਲ ਉੱਪਰ ਜੀਭ ਲੱਗੀ ਹੋਈ ਆ ਪਿਛਲਾ ਹਿੱਸਾ ਜੀਭ ਦਾ, ਕਾ। ਫਿਰ ਦੂਸਰਾ ਉਚਾਰਨ ਗਲੇ ਚੋਂ ਕਰਦੇ ਆਪਾਂ, ਖਾ ਖੱਖਾ ਜਾਂ ਖਾ ਖਾ। ਤੀਸਰਾ ਉਚਾਰ ਇਹ ਤੀਸਰਾ ਉਚਾਰਨ ਪਹਿਲਾਂ ਬੈਖਰੀ ਹੋ ਗਿਆ ਮੂੰਹ ਚੋਂ, ਦੂਸਰਾ ਗਲੇ ਚੋਂ। ਤੀਸਰੇ ਅੱਖਰ ਦਾ ਉਚਾਰਨ ਅਸੀਂ ਕਰਦੇ ਹਾਂ ਆਪਣੇ ਫੇਫੜਿਆਂ ਚੋਂ, ਤੇ ਜੀਭ ਦੀ ਪੋਜੀਸ਼ਨ ਉਹੀ ਰਹਿੰਦੀ ਆ, ਜੀਭ ਉੱਥੇ ਲੱਗਦੀ ਆ। ਗ ਕਾ ਖਾ ਗ
ਜਿਹੜਾ ਚੌਥਾ ਆ ਅੱਖਰ ਉਹਦਾ ਉਚਾਰਨ ਅਸੀਂ ਕਰਦੇ ਕ, ਅਸੀਂ ਹੋਰ ਪਰਾ ਤੇ ਚਲ ਜਾਂਦੇ, ਪਰਾ ਕਹਿੰਦੇ ਧੁਨੀ ਨੂੰ, ਜਿੱਥੇ ਸਾਡਾ ਧੁਨ ਆ ਉੱਥੇ ਚਲੇ ਜਾਂਦੇ ਹੈਗੇ ਅਸੀਂ, ਪਾ ਮਤਲਬ ਘਾਹ ਥੱਲੇ ਜਾ ਕੇ ਬੋਲਦੇ ਹੈਗੇ ਹਾਂ ਘਾਹ, ਪਰ ਜੀਭ ਉੱਥੇ ਟੱਚ ਹੋ ਰਹੀ ਆ, ਜੀਭ ਦੀ ਪੋਜੀਸ਼ਨ ਨਹੀਂ ਚੇਂਜ ਹੋਈ। ਤੇ ਪੰਜਵਾਂ ਜਿਹੜਾ ਉਹ ਨਾਸਕੀ ਆ, ਮੂੰਹ ਦੇ ਵਿੱਚੋਂ ਤੇ ਨੱਕ ਚੋਂ ਉਚਾਰਨ ਹੋਣਾ ਉਹਦਾ ਨਾ ਨਾ, ਇਹ ਨੰਗਾ ਹੋ ਗਿਆ ਨੰਗਾ। ਜੀਭ ਨੂੰ ਉੱਥੇ ਲਾਉਣਾ ਆ, ਜੀਭ ਦਾ ਵਿਚਕਾਰਲਾ ਹਿੱਸਾ ਜਾਂ ਪਹਿਲਾ ਹਿੱਸਾ ਤਾਲੂ ਨਾਲ ਟੱਚ ਨਹੀਂ ਹੋਣ ਦੇਣਾ, ਨੰਗਾ ਨੰਗਾ, ਇਹਦਾ ਉਚਾਰਨ ਨੰਗਾ ਬਣੂਗਾ। ਉਸ ਤੋਂ ਬਾਅਦ ਦੇ ਵਿੱਚ ਹੈਗੇ ਆ, ਜਦੋਂ ਸਾਡਾ ਜੀਭ ਦਾ ਪਹਿਲਾ ਹਿੱਸਾ, ਦੂਜਾ ਹਿੱਸਾ ਤੇ ਤੀਜਾ ਵਿਚਕਾਰਲਾ ਹਿੱਸਾ ਜਿਹੜਾ ਜੀਭ ਦਾ, ਉਹ ਉੱਪਰ ਤਾਲੂ ਦੇ ਨਾਲ ਟੱਚ ਹੁੰਦਾ ਆ, ਤੇ ਇਹਦਾ ਉਚਾਰਨ ਉਹੀ ਹੋਣਾ, ਪਹਿਲਾਂ ਮੂੰਹ ਦੇ ਵਿੱਚੋਂ, ਫਿਰ ਗਲੇ ਵਿੱਚੋਂ, ਫਿਰ ਫੇਫੜਿਆਂ ਵਿੱਚੋਂ, ਫਿਰ ਪੇਟ ਦੇ ਵਿੱਚੋਂ, ਤੇ ਫਿਰ ਮੂੰਹ ਤੇ ਨੱਕ ਦੇ ਵਿੱਚੋਂ, ਚਾ ਚਾ, ਫਿਰ ਹੈਗਾ ਗਲੇ ਚੋਂ ਸ਼ਾ, ਫਿਰ ਫੇਫੜਿਆਂ ਵਿੱਚੋਂ ਜਾ, ਤੇ ਉਸ ਤੋਂ ਅੱਗੇ ਚਾ ਚਜਾ ਚਾ ਪੇਟ ਚੋਂ, ਤੇ ਫਿਰ ਯਾਂ। ਇਹ ਯੰਝਾਂ ਆ, ਯੰਝਾਂ ਗੁਰਬਾਣੀ ਵਿੱਚ ਵੀ ਯੰਝਾਂ ਆਉਂਦਾ, ਇਹਨੂੰ ਯੰਝਾਂ ਵੀ ਕਹਿ ਦਿੰਦੇ ਹਾਂ। ਪਰ ਇਹ ਧਿਆਨ ਰੱਖਣਾ, ਜਦੋਂ ਇਹਦਾ ਉਚਾਰਨ ਕਰਨਾ ਆ ਤੇ ਜੀਭ ਦਾ ਵਿਚਕਾਰਲਾ ਹਿੱਸਾ ਤਾੜੂ ਨਾਲ ਲੱਗਣਾ, ਯੰਝਾਂ, ਨਾ ਕਿ ਪਹਿਲਾਂ ਨੰਨਾ ਨੰਨਾ ਨਹੀਂ ਕਹਿਣਾ, ਪਹਿਲਾ ਹਿੱਸਾ ਨਹੀਂ ਜੀਭ ਦਾ ਲੱਗਣਾ, ਜੀਭ ਦਾ ਵਿਚਕਾਰਲਾ ਹਿੱਸਾ ਤਾਲੂ ਦੇ ਨਾਲ ਲੱਗਣਾ। ਯਾਂ, ਮੂੰਹ ਚ ਤੇ ਨੱਕ ਚੋਂ ਆਵਾਜ਼ ਆਉਣੀ, ਯਾਂ ਯੰਝਾਂ, ਯਾਂ ਯਈਆਂ, ਇਹਦੇ ਯਈਆਂ ਵੀ ਕਹਿ ਦਿੰਦੇ ਆ, ਯੰਝਾਂ ਵੀ ਕਹਿ ਦਿੰਦੇ ਆ, ਯਾਂ ਇਹਦਾ ਇਹਦਾ ਇਹਦੀ ਆਵਾਜ਼ ਹੈਗੀ ਆ। ਇਸੇ ਤਰ੍ਹਾਂ ਹੀ ਜਿਹੜੀ ਅਗਲੀ ਲਾਈਨ ਹੈਗੀ ਆ, ਪਰ ਇਹਨਾਂ ਦਾ ਉਚਾਰਨ ਵੀ ਇੱਦਾਂ ਹੀ ਆ, ਚੱਚੇ ਦਾ ਉਚਾਰਨ ਮੂੰਹ ਚੋਂ ਆ, ਛੱਛੇ ਦਾ ਗਲੇ ਚੋਂ ਆ, ਫਿਰ ਫੇਫੜਿਆਂ ਚੋਂ ਆ, ਫਿਰ ਪੇਟ ਦੇ ਵਿੱਚੋਂ ਆ। ਅਗਲੇ ਅੱਖਰਾਂ ਲਈ ਵੀ ਇੱਦਾਂ ਹੀ ਆ, ਉਚਾਰਨ ਬੈਖਰੀ ਮਧਮਾ ਪਸਿਆਂਤੀ ਪਰਾ ਹੀ ਚੱਲਣਾ ਆ, ਚਾਰ ਬਾਣੀਆਂ ਦਾ ਹੀ ਇਹ ਚੱਲਣਾ ਹੈਗਾ ਆ। ਤੇ ਟੈਂਕੇ ਨੂੰ ਜਦੋਂ ਅਸੀਂ ਪਹਿਲੀ ਜੀਭ ਦਾ ਪਹਿਲਾ ਹਿੱਸਾ ਮੋੜ ਲੈਂਦੇ ਹਾਂ, ਤਾਲੂ ਦੇ ਨਾਲ ਉੱਪਰ ਟੱਚ ਕਰਦੇ ਹਾਂ, ਮੋੜ ਕੇ ਟਵਿਸਟ ਕਰਕੇ ਜੀਭ ਨੂੰ, ਟਾ ਮੂੰਹ ਦੇ ਵਿੱਚੋਂ, ਠਾ ਗਲੇ ਵਿੱਚੋਂ, ਡ ਫੇਫੜਿਆਂ ਵਿੱਚੋਂ, ਟ ਪੇਟ ਵਿੱਚੋਂ, ਣਾ ਣਾ ਨੱਕ ਦੇ ਵਿੱਚੋਂ ਤੇ ਮੂੰਹ ਦੇ ਵਿੱਚੋਂ ਉਚਾਰਨ ਕਰਨਾ। ਪਰ ਜੀਭ ਦੀ ਪੋਜੀਸ਼ਨ ਉਹੀ ਰਹਿਣੀ ਆ ਸਾਰੇ ਅੱਖਰਾਂ ਲਈ, ਸਿਰਫ ਬੈਖਰੀ ਮਧਮਾ ਪਸੈਂਤੀ ਪਰਾ ਤੇ ਅਨਾਸਕੀ ਕੱਢਣਾ ਆ, ਤੇ ਜੀਭ ਦੀ ਪੋਜੀਸ਼ਨ ਉਹੀ ਰਹਿਣੀ ਆ। ਇਸ ਤੋਂ ਬਾਅਦ ਜਿਹੜੇ ਅਗਲੇ ਹੈਗੇ ਆ, ਇੱਥੇ ਸਾਡੀ ਜੀਭ ਜਿਹੜੀ ਬੁੱਟਾਂ ਦੇ ਜਿਸ ਦੰਦ ਸਾਡੇ ਸ਼ੁਰੂ ਹੁੰਦੇ, ਜਾਂ ਦੰਦਾਂ ਨਾਲ ਕਹਿ ਦਈਏ, ਦੰਦਾਂ ਨਾਲ ਲੱਗ ਗਈ, ਦੰਦਾਂ ਦੇ ਉੱਪਰਲੇ ਸਿਰੇ ਨਾਲ ਲਈ, ਦੰਦਾਂ ਦੀਆਂ ਜੜ੍ਹਾਂ ਦੇ ਨਾਲ, ਦੰਦਾਂ ਦੇ ਅੱਧੇ ਹਿੱਸੇ ਦੇ ਨਾਲ ਉੱਪਰੋਂ ਜਿੱਥੇ ਸਾਡੇ ਬੁੱਟ ਆ ਉੱਥੇ ਲੱਗ ਰਹੀ ਹੈ, ਇਹਦਾ ਵੀ ਉਚਾਰਨ ਉਹੀ, ਬੈਖਰੀ ਮਧਮਾ ਪਸਿਆਂਤੀ ਪਰਾ, ਮੂੰਹ ਚੋਂ, ਗਲੇ ਚੋਂ, ਫੇਫੜਿਆਂ ਚੋਂ, ਪੇਟ ਚੋਂ ਤੇ ਅਨਾਸਕੀ। ਤਾ ਥ ਗਲੇ ਚੋਂ, ਦ ਫਿਰ ਤ ਨਾ, ਇਹ ਆਪਣਾ ਉਚਾਰਨ ਸੌਖੇ ਹੋ ਜਾਂਦੇ ਆ। ਆਹ ਇੱਥੇ ਸਾਡੇ ਬੁੱਲ ਜੁੜਦੇ ਆ ਸਿਰਫ, ਇੱਥੇ ਜੀਭ ਦੀ ਕੋਈ ਨੀ ਭੂਮਿਕਾ ਨਹੀਂ ਰਹਿੰਦੀ, ਬੁੱਲ ਜੁੜਦੇ ਆ। ਪ ਉਚਾਰਨ ਉਹੀ ਆ, ਬੈਖਰੀ ਮਧਮਾ ਪਸਿਆਂਤੀ ਪਰਾ, ਪ ਫ ਬ ਪ ਮਾ। ਸੋ ਇਹ ਸੀਗੇ ਜਿਹੜੇ ਇਹਨਾਂ ਦੇ ਉਚਾਰਨ ਸੀਗੇ। ਉਸ ਤੋਂ ਬਾਅਦ ਦੇ ਵਿੱਚ ਆਪਾਂ ਸਵਰ ਜਾਂ ਵਿਅੰਜਨਾਂ ਬਾਰੇ ਗੱਲ ਕਰਾਂਗੇ, ਤੇ ਇੱਥੇ ਆਪਾਂ ਹੁਣ ਸਮਾਪਤੀ ਕਰਨੀ ਹੈ, ਤੇ ਕੋਈ ਮੇਰਾ ਖਿਆਲ ਟਾਈਮ ਮੈਂ 5 ਮਿੰਟ ਜ਼ਿਆਦਾ ਲੈ ਗਿਆ, ਤੇ ਇਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਹੈਗਾ ਆ ਅਗਲੀ ਵਾਰ ਨੂੰ ਥੋੜ੍ਹਾ ਜਿਹਾ ਕਰਾਂਗੇ ਵੀ ਘੱਗੇ ਦਾ ਗੱਗੇ ਦਾ ਰੂਪ ਕਦੋਂ ਬਣ ਜਾਂਦਾ, ਝੱਜੇ ਦਾ ਜੱਜੇ ਦਾ ਰੂਪ ਕਦੋਂ ਹੋ ਜਾਂਦਾ, ਢੱਡਾ ਜਿਹੜਾ ਉਹ ਡੱਡੇ ਦਾ ਰੂਪ ਕਦੋਂ ਧਾਰਨ ਕਰ ਲੈਂਦਾ ਆ, ਜਿਹੜਾ ਧੱਦਾ ਹੈ ਉਹ ਦੱਦਾ ਵੀ ਬੋਲਿਆ ਜਾਂਦਾ ਆ, ਜਿੱਦਾਂ ਹੁਣ ਢਾਡੀ ਆ, ਢਾਡੀਆਂ ਦੋਨੇ ਢੱਡੇ ਪਾਏ ਹੁੰਦੇ, ਪਹਿਲਾਂ ਢੱਡਾ ਬੋਲਦੇ ਹਾਂ, ਦੂਸਰਾ ਡੰਡਾ ਕਿਉਂ ਬੋਲਦੇ ਹਾਂ, ਇਹ ਵੀ ਥੋੜ੍ਹਾ ਜਿਹਾ ਆਪਾਂ ਕਰ ਲਾਂਗੇ ਜਦੋਂ ਨਿਤਨੇਮ ਸ਼ੁਰੂ ਕਰਨਾ, ਵਿੱਚ ਵੀ ਜਦੋਂ ਆਪਣੇ ਕੋਲ ਸ਼ਬਦ ਆਉਣਗੇ ਤੇ ਉਹਨਾਂ ਦਾ ਜ਼ਿਕਰ ਕਰਦੇ ਰਹਾਂਗੇ। ਮਲਕੀਤ ਸਿੰਘ ਜੀ ਠੀਕ ਹੈ ਜੀ? ਹਾਂਜੀ, 7 ਵਜੇ ਜੀ, ਧੰਨਵਾਦ, ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਜੀ ਆਪ ਜੀ ਵੈਸੇ ਜੁੜੇ ਰਹੋ, ਤੇ ਜੇ ਕੁਐਸਚਨ ਕੋਈ ਆਏਗਾ ਤੇ ਆਪ ਜੀ ਉਹਨਾਂ ਤੇ ਰਹਿਣਾ। ਤੇ ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਸਾਡੇ ਕੋਲ ਇੱਕ ਸੀਗੇ ਭਾਈ ਦਲਜੀਤ ਸਿੰਘ ਜੀ, ਸ਼ਿਕਾਗੋ ਤੋਂ ਮੂਵ ਹੋ ਕੇ ਸਾਡੇ ਸੈਟਲ ਆਏ ਹੋਏ ਆ, ਤੇ ਉਹਨਾਂ ਨੇ ਬਹੁਤ ਸਮਾਂ ਸਰਵਿਸ ਕੀਤੀ ਹੈਗੀ ਆ ਇੰਡੀਆ ਦੀ, ਜਿਹੜੀ ਸੋਰੀ ਅਮੈਰੀਕਾ ਦੀ ਜਿਹੜੀ ਨੈਸ਼ਨਲ ਸਿਕਿਉਰਿਟੀ ਡਿਪਾਰਟਮੈਂਟ ਹੈਗਾ ਲੈਂਡ ਸਿਕਿਉਰਿਟੀ ਦਾ, ਤੇ ਬਹੁਤ ਅਹਿਮ ਉਹਨਾਂ ਦੀ ਉੱਥੇ ਪੋਸਟ ਸੀਗੀ, ਤੇ ਉਹਨਾਂ ਨੂੰ ਹੁਣ ਰਿਟਾਇਰਮੈਂਟ ਹੋਏ ਆ, ਤੇ ਉਹਨਾਂ ਨੂੰ ਬਹੁਤ ਕੁਛ ਪਤਾ ਆ ਕਿ ਜਦੋਂ ਜੰਗ ਯੁੱਧ ਲੱਗਦੇ ਆ ਤਾਂ ਕਿੱਦਾਂ ਪੋਲਿਸੀਜ਼ ਬਣਦੀਆਂ, ਤੇ ਕਿੱਦਾਂ ਉਹਨਾਂ ਨੇ ਆਪਾਂ ਨੇ ਕਿੱਦਾਂ ਤੋਂ ਬਚਣਾ ਹੁੰਦਾ, ਜੰਗਾਂ ਤੋਂ ਕਿਹੜੀ ਚੀਜ਼ਾਂ ਦੀ ਆਪਾਂ ਖਿਆਲ ਰੱਖਣਾ ਹੁੰਦਾ, ਉਹਨਾਂ ਨੇ ਇੱਥੇ ਕਰਨਾ ਸੀ ਇੱਕ ਲੈਕਚਰ, ਪਰ ਅਨਫੋਰਚੁਨੇਟਲੀ ਉਹਨਾਂ ਕੋਲ ਜੁਆਇਨ ਨਹੀਂ ਕਰ ਹੋਇਆ, ਜਾਂ ਕੀ ਗੱਲ ਹੈ ਕਿ ਉਹ ਕਹਿੰਦੇ ਸੀ ਵਾਰ ਵਾਰ ਮੈਨੂੰ ਲਿੰਕ ਜੁਆਇਨ ਨਹੀਂ ਕਰਨ ਦੇ ਰਿਹਾ।
ਤੇ ਸ਼ਾਇਦ ਅਗਲੀ ਵਾਰੀ ਅਸੀਂ ਉਹ ਦੇਖਾਂਗੇ ਠੀਕ ਕਰਕੇ ਜਾਂ ਜਿਹੜੇ ਇੱਥੇ ਕੋਈ ਬੱਚੇ ਜਿਹੜੇ ਐਕਸਪਰਟ ਹੈਗੇ ਆ ਤੇ ਉਹ ਹੈਲਪ ਕਰ ਸਕਦੇ ਹੋਣ ਜਾਂ ਆਪਾਂ ਗਾਂਹ ਕਰ ਲਵਾਂਗੇ ਕਿਸੇ ਨਾ ਕਿਸੇ ਬੱਚੇ ਨੂੰ ਰੈਡੀ ਰੱਖਿਆ ਕਰਾਂਗੇ ਕਿ ਇੱਦਾਂ ਦੀ ਕੋਈ ਮੁਸ਼ਕਲ ਆਉਂਦੀ ਆ ਤੇ ਉਹ ਠੀਕ ਕਰ ਦਿਆ ਕਰਨ ਤੇ ਇਹਦੇ ਵਿੱਚ ਬਾਅਦ ਜਿਹੜੇ ਬੱਚੇ ਸੇਵਾ ਕਰਨੀ ਚਾਹੁਣ ਬਾਅਦ ਚ ਸਾਨੂੰ ਦੱਸ ਦੇਣ ਤੇ ਹਾਂਜੀ ਕਿਸੇ ਨੇ ਕੀਤਾ ਕਿ ਉਹ ਕਰ ਸਕਦੇ ਆ ਪਰ ਚਲੋ ਠੀਕ ਆ ਹੁਣ ਤਾਂ ਨਹੀਂ ਜੁਆਇਨ ਕਰ ਪਾਉਣਗੇ ਹੁਣ ਦਾਸ ਹੀ ਥੋੜਾ ਟਾਈਮ ਲੈ ਲੈਂਦਾ ਹੈ ਤੇ ਬਸ ਉਸ ਤੋਂ ਬਾਅਦ ਕੁਸ਼ਚਨ ਆਨਸਰ ਆਪਾਂ ਲੈ ਲੈਂਦੇ ਹਾਂ ਤੇ ਜਿਹੜਾ ਸੀਗਾ ਹਾਂਜੀ ਵਾਹਿਗੁਰੂ ਜੀ ਚਲੋ ਕਰੰਟ ਅਫੇਅਰਸ ਤੇ ਤਾਂ ਬਹੁਤ ਕੁਛ ਹੈਗਾ ਜਿਹੜਾ ਬੋਲਿਆ ਜਾ ਸਕਦਾ ਆਪਾਂ ਜ਼ਰੂਰ ਇੱਕ ਟੋਪਿਕ ਰੱਖਿਆ ਕਰਨਾ ਕਰੰਟ ਅਫੇਅਰਸ ਦੇ ਉੱਤੇ ਤਾਂ ਕਿ ਜਿਹੜਾ ਵਰਤਮਾਨ ਆ ਜਿਹੜਾ ਸਾਡਾ ਪਾਸਟ ਹੈਗਾ ਖਾਲਸਾ ਪੰਥ ਦਾ ਬੜਾ ਸੁਨਹਿਰਾ ਆ ਤੇ ਆਪਾਂ ਉਹ ਤੋਂ ਦੇਖ ਕੇ ਤੇ ਵਰਤਮਾਨ ਤੇ ਉਹਨੂੰ ਲਾਗੂ ਕਰਨਾ ਹੈਗਾ ਆ ਤੇ ਉਹ ਦਾਸ ਨੂੰ ਤਾਂ ਇੱਕ ਸੋਝੀ ਆਈ ਸੀ ਜਿੱਦਾਂ ਸਭ ਤੋਂ ਪਹਿਲਾ ਟੋਪਿਕ ਸੀਗਾ ਸੱਚੇ ਗੁਰੂ ਦੇ ਬਾਰੇ ਤੇ ਅੱਜ ਕੱਲ੍ਹ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈਗੇ ਆ ਤੇ ਉਹਨਾਂ ਤੇ ਜਿਹੜਾ ਇੱਕ ਅੰਮ੍ਰਿਤਸਰ ਤੋਂ ਸੀਗੇ ਮਾਸਟਰ ਜਸਵੰਤ ਸਿੰਘ ਜੀ ਉਹਨਾਂ ਨੇ ਇੱਕ ਲਿਖਿਆ ਛੋਟਾ ਜਿਹਾ ਬੁੱਕਲੈਟ ਉਹ ਸੀਗਾ ਕਿ ਸਾਚਾ ਗੁਰੂ ਗਵਾਚੋ ਰੇ ਮੈਨੂੰ ਲੱਗਦਾ ਕਾਫੀ ਗੁਰਸਿੱਖਾਂ ਨੇ ਪੜ੍ਹਿਆ ਵੀ ਹੋਊਗਾ ਜਾਂ ਜਾਣਦੇ ਹੋਣਗੇ ਤੇ ਜਦਕਿ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿੱਦਾਂ ਜਿਹਨਾਂ ਉਹਨਾਂ ਨੇ ਲਿਖਿਆ ਸੀਗਾ ਆਪਣੇ ਸਾਡੇ ਇਤਿਹਾਸ ਵਿੱਚ ਆਉਂਦਾ ਨਾ ਕਿ ਮੱਖਣ ਸ਼ਾਹ ਲਵਾਣਾ ਨੂੰ ਜਦੋਂ ਉਹਨਾਂ ਦਾ ਬੇੜਾ ਡੁੱਬ ਰਿਹਾ ਸੀਗਾ ਤੇ ਉਹਨਾਂ ਨੇ 500 ਮੋਹਰਾਂ ਸੁੱਖੀਆਂ ਕਿ ਮਹਾਰਾਜ ਸਾਡਾ ਬੇੜਾ ਪਾਰ ਲਵਾ ਦਿਓ ਤੇ ਫਿਰ ਉਹਨਾਂ ਉਹ ਜਦੋਂ ਉਹਨਾਂ ਦਾ ਬੇੜਾ ਪਾਰ ਲੱਗ ਗਿਆ ਤੇ ਬੜੇ ਵੱਡੇ ਉਹ ਸੀਗੇ ਸ਼ਾਹੂਕਾਰ ਉਸ ਸਮੇਂ ਦੇ ਬਿਜ਼ਨਸਮੈਨ ਸੀਗੇ ਤੇ ਉਹ ਜਦੋਂ ਆਏ ਆਪਣੇ ਜਿੱਥੇ ਸੀਗੇ ਬਾਬਾ ਬਕਾਲਾ ਜੀ ਵਿੱਚ ਗੁਰੂ ਸਾਹਿਬ ਜੀ ਤੇ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬਿਜ਼ਨਸਮੈਨ ਜਿਹੜਾ ਗੁਰੂ ਸਾਹਿਬ ਨੂੰ ਲੱਭਣ ਆਇਆ ਤੇ ਕਾਫੀ ਮਾਇਆ ਲੈ ਕੇ ਆਇਆ ਨਾਲ ਤਾਂ ਬਹੁਤ ਸਾਰੇ ਜਿਹੜੇ ਸੀਗੇ ਭੇਖੀ ਗੁਰੂ ਉਹ ਲਾਈਨਾਂ ਲਾ ਕੇ ਉੱਥੇ ਆ ਗਏ ਸੀਗੇ ਤੇ ਉਹਨਾਂ ਨੇ ਫਿਰ ਇਹੀ ਰੱਖਿਆ ਸੀਗਾ ਕਿ ਜੇ ਸੱਚਾ ਗੁਰੂ ਹੋਏਗਾ ਉਹ ਸੱਚੀ ਗੱਲ ਦੱਸੇਗਾ ਕਿ ਮੈਨੂੰ ਫਿਰ ਮੈਨੂੰ ਯਕੀਨ ਆਏਗਾ ਕਿ ਬਈ ਤੇਰਾ ਬੇੜਾ ਪਾਰ ਲੱਗਾ ਤੇ ਤਾਂ ਤੂੰ ਆਇਆ ਹਨਾ ਤਾਂ ਉਹ ਫਿਰ ਪਹਿਲਾਂ ਲੱਭਦਾ ਰਿਹਾ ਨਹੀਂ ਲੱਭਿਆ ਫਿਰ ਪਤਾ ਲੱਗਿਆ ਕਿ ਕੋਈ ਹੋਰ ਵੀ ਇੱਥੇ ਗੁਰੂ ਹੈਗੇ ਫਿਰ ਪਤਾ ਲੱਗਿਆ ਕਿ ਇੱਕ ਭੋਰੇ ਵਿੱਚ ਰਹਿੰਦੇ ਗੁਰੂ ਸਾਹਿਬ ਜੋ ਉਹ ਬਾਹਰ ਨਹੀਂ ਆਉਂਦੇ ਪ੍ਰਗਟ ਨਹੀਂ ਹੁੰਦੇ ਤੇ ਉੱਥੇ ਗਿਆ ਤੇ ਉੱਥੇ ਉਹਨਾਂ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਤੇਰਾ ਇੱਦਾਂ ਇੱਦਾਂ ਹੋਈ ਸੀ ਉਹਨੂੰ ਯਕੀਨ ਹੋ ਗਿਆ ਕਿ ਇਹ ਸੱਚੇ ਗੁਰੂ ਹੈ ਤੇ ਉਹ ਸੱਚੇ ਗੁਰੂ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਇੰਨੀ ਖੁਸ਼ੀ ਹੋਈ ਉਹਨਾਂ ਨੂੰ ਤੇ ਉਹਨਾਂ ਨੇ ਕੋਠੇ ਤੇ ਚੜ੍ਹੇ ਤੇ ਜਾ ਕੇ ਸਾਰੇ ਰੌਲਾ ਪਾਇਆ ਉੱਚੀ ਆਵਾਜ਼ ਵਿੱਚ ਕਿ ਸੱਚਾ ਗੁਰੂ ਲਾ ਦੋ ਰੇ ਸੱਚਾ ਗੁਰੂ ਲਾ ਦੋ ਰੇ ਕਿ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਮਿਲ ਗਿਆ ਤੇ ਮੈਂ ਕਈ ਵਾਰੀ ਵਿਚਾਰ ਕਰਦਾ ਸੀਗਾ ਵੀ ਉਹ ਹੇਠਾਂ ਖੜੇ ਹੋ ਕੇ ਵੀ ਤਾਂ ਇਹ ਗੱਲ ਕਹਿ ਸਕਦੇ ਸੀ ਸੱਚਾ ਗੁਰੂ ਲਾ ਦੋ ਰੇ ਕੋਠੇ ਤੇ ਚੜ੍ਹਨ ਦਾ ਤੇ ਜਾ ਕੇ ਉੱਥੇ ਉੱਚੀ ਦੇਣੀ ਕਹਿਣ ਦਾ ਕੀ ਭਾਵ ਸੀ ਕੀ ਸੰਕੇਤ ਹੈ ਉਹਦਾ ਤੇ ਉਹ ਮੈਨੂੰ ਤਾਂ ਇਹੀ ਲੱਗਦਾ ਕਿ ਉਹਦਾ ਸੰਕੇਤ ਇਹ ਸੀ ਕਿ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਤਾਂ ਕਰਕੇ ਉੱਚੇ ਚੜ੍ਹ ਕੇ ਕਿ ਸਾਰਿਆਂ ਨੂੰ ਮੇਰੀ ਆਵਾਜ਼ ਪਹੁੰਚੇ ਜਾਂ ਸਾਰੇ ਮੇਰੇ ਵੱਲ ਦੇਖਣ ਕਿ ਮੈਂ ਕੀ ਕਹਿ ਰਿਹਾ ਤੇ ਏਦਾਂ ਹੀ ਅੱਜ ਸਾਡੇ ਕੋਲ ਆ ਜਿਹੜੇ ਪਲੇਟਫਾਰਮ ਹੈਗੇ ਆ ਜ਼ੂਮ ਦੇ ਹੈਗੇ ਆ ਜਾਂ ਆਪਾਂ ਹੋਰ ਏਦਾਂ ਮੀਡੀਆ ਹੈਗਾ ਆ ਤੇ ਅੱਜ ਸਾਨੂੰ ਵੀ ਉਹ ਹੀ ਗੱਲ ਕਰਨੀ ਚਾਹੀਦੀ ਜੇ ਸਾਨੂੰ ਸੱਚਾ ਗੁਰੂ ਮਿਲਿਆ ਤੇ ਸਾਨੂੰ ਵੀ ਸੱਚਾ ਗੁਰੂ ਲਾਦੋ ਰੇ ਸੱਚ ਗੁਰੂ ਲਾਦੁਰ ਦੇ ਇੱਕ ਰੌਲਾ ਪਾਉਣਾ ਚਾਹੀਦਾ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਉਹ ਸੀਗਾ ਕਿ ਉਹਨਾਂ ਨੇ ਕਿਉਂ ਕਿਹਾ ਮਾਸਟਰ ਜਸਵੰਤ ਸਿੰਘ ਜੀ ਨੇ ਇਹ ਕਿਉਂ ਲਿਖ ਦਿੱਤਾ ਕਿ ਸੱਚਾ ਗੁਰੂ ਗਵਾਚੋ ਰੇ ਤੇ ਉਹ ਸੀਗਾ ਲੜੀਦਾਰ ਸਰੂਪ ਦੇ ਮਹਾਰਾਜ ਦੇ ਬਾਰੇ ਤੇ ਇਹਦੇ ਬਾਰੇ ਅੱਜ ਕੱਲ੍ਹ ਵਾਲੀ ਕੋਈ ਗੱਲ ਨਹੀਂ ਕਰ ਰਿਹਾ ਇਹ ਬਹੁਤ ਜ਼ਰੂਰੀ ਗੱਲ ਆ ਜਿਹੜੇ ਆਮ ਸੰਸਾਰੀ ਲੋਕ ਨੇ ਜਾਂ ਗੁਰਦੁਆਰਿਆਂ ਵਿੱਚ ਤੁਸੀਂ ਜਾਓ ਜਿਹੜੇ ਆਮ ਮੱਥਾ ਟੇਕਣ ਆਉਂਦੇ ਆ ਉਹਨਾਂ ਵਿੱਚੋਂ ਅੱਧਿਆਂ ਤੋਂ ਜ਼ਿਆਦਿਆਂ ਨੂੰ ਮੈਂ ਤਾਂ ਚਲੋ ਘੱਟ ਤੋਂ ਘੱਟ ਕਹਿੰਦਾ ਕਿ ਅੱਧਿਆਂ ਤੋਂ ਵੱਧ ਬੰਦਿਆਂ ਨੂੰ ਨਹੀਂ ਪਤਾ ਕਿ ਲੜੀਦਾਰ ਸਰੂਪ ਕੀ ਹੈ ਤੇ ਦੂਜਾ ਸਰੂਪ ਕੀ ਹੈ ਤੇ ਕੀ ਫਰਕ ਹੈ ਤੇ ਕੀ ਉਹ ਕਿਸੇ ਨੂੰ ਕੁਛ ਨਹੀਂ ਪਤਾ ਤੇ ਇਹ ਚੀਜ਼ਾਂ ਦੱਸੀਆਂ ਜਾਣੀਆਂ ਚਾਹੀਦੀਆਂ ਸੀਗੀਆਂ ਜਿਵੇਂ ਕਿ ਮਾਸਟਰ ਜਸਵੰਤ ਸਿੰਘ ਜੀ ਨੇ ਇਹਦੇ ਲਈ ਰੌਲਾ ਪਾਇਆ ਆਪਣੀ ਸਾਰੀ ਲਾਈਫ ਲਾਈ ਉਹਨਾਂ ਨੇ ਕਿ ਉਹਨਾਂ ਨੇ ਆਪਣੇ ਝੋਲੇ ਵਿੱਚ ਕਿਤਾਬਾਂ ਪਾ ਲੈਣੀਆਂ ਛੋਟੇ ਛੋਟੇ ਬੁਕਲੈਟ ਜਿਹੜੇ ਹੈਗੇ ਆ
पैफलेट जाए तो इन्होंने वंडते रहना अपनी लाइफ विच यही झंडा चुकी रखिया कि लड़ी दा सरूप सच्चे सतगुरु ने तो जिहड़ा पदछेद किया गया श्रोमणी कमेटी वगों किया गया जड़े होर प्रकाशक सीगे उन्हां वल्लों किया गया ये गलत किया गया ये उस समय आजादी तो पहला ही होने लग पाया 47 तो पहला ही तो उदों भी जड़े सीगे चंगे विचारवान गुरसिख नाम रसीए गुरसिख जां जड़े प्यार करन वाले सीगे पंथ नूं उन्होंने यह कहना शुरू कर दिता सीगा कि यह पदछेद जो होने लग पे आ ठीक नहीं है तो जड़े संत गुरबचन सिंह भिंडरांवाले हुए टकसाल दे जड़े उन्होंने तो इत्थे तक लिखिया सी कि पदछेद करना पाप है क्योंकि ये गलत गलत पदछेद होने की संभावना हैगी है। तो भाई साहब भाई रणदीप सिंह जी ने तो इस महापाप कहा कि पदछेद कर देना महापाप है। तो जो खालसा चीफ दीवान सी उन्होंने भी मता पा के यदा किया कि नहीं होना चाहिए प्रकाश नहीं होना चाहिए पदछेद का। फिर खुद श्रोमणी कमेटी ने एक मता पा के ये कह दिता सीगा कि यह करना पंथ लई हानिकारक है पदछेद नहीं होना चाहिए। पर वो जिहड़ी आजादी तो पहला जां 1947-48 के नेड़े तेड़े समय विच जो पाप सीगा ये अज सारे ही पंथ ने प्रवान कर लिया कि यह कोई पाप नहीं ये तो बड़ी कॉमन जी गल है बड़ी आराम जिहड़ी नैचुरल गल हैगी आ। ते ये पर जिहड़े गुरु के सिख जानदे आ की भेद है ये गुरगद्दी गुरु जोत कित्थे है ते ये लड़ी दा सरूप विच मत्था टेक के दसवें पातशाह लड़ी दा सरूप विच ये जोत धरी सी। ते उस तो बाद कदी ये तो नहीं होया कि लड़ी दा सरूप जी महाराज जी ने जोत गां धरी है नहीं जोत उत्थे ही है जी। ते एहे एते बहुत डूंघियां विचारां करके सारे पंथ नूं इत्थे एकता होनी चाहीदी है। पर जिन्ने गुरमुख इस लाइन च हैगे आ मैं उन्हां नूं बेनती करदा कि वह तां इह झंडा चक्कण जिहड़ा झंडा चक्किया होया सी मास्टर जसवंत सिंह जी ने अपने अमृतसर वालिया ने वह जथे वालिया नूं झंडा चक के तुरदे रहना चाहिए उन्हें स्टॉप नहीं कर देना उत्थे रुक जाना नहीं चाहिए हुण उन्हां दी चढ़ाई तो बाद कोई हुण वह पहला उन्होंने कोल कल्या को सी हुण ज्यादा गुरसिख उठन ते तुहाडे कोल मीडिया है तुहाडे कोल बड़ा कुछ हैगा जिहदे नाल तुसीं अपनी गल कर सकदे हो पंथ विच दूजिआं नाल तुसीं इंटरव्यूज वगैरह जिहदा अपना चैनल भी बना सकदे हो तुसीं ईवन जिहड़ा अकाल तख्त दा जथेदार उहनूं तुसीं लैके आके उहनां नाल गल कर सकदे आ उहनां तक कोई जवाब नहीं आऊगा। श्रोमणी कोटी नूं पुछो कि तुसीं जिहड़ा मता आ पाया होया आ उह जे उदों उह पाप सीगा ते अज उह पुन किद्दां हो गया किद्दां उह अज पाप नहीं हैगा हालांकि उन्होंने वो मता अजे भी स्टिल हैगा आ उन्होंने मते नूं कट्टिया नहीं उन्होंने उन्होंने कागजां विचों हैगा उदा ही लिखा हुआ पर कोई पुछण वाला ना होण करके जां पुछण वाला होण करके भी पर वो कोई उन्होंने वो अपनी मनमर्जी करते जवाब नहीं देंदे। एक बार इत्थे साडे सियाटल मैनू किसी गुरसिख का फोन आया कहिंदे कि बाबा बुढ़ा जी की गद्दी ते जिहड़े इस वेले गुरसिख ग्रंथी आ वह इतने आए हुए ते आ जाओ तुसी आपां उन्हां नूं सन्मान करना। ते मैं भी बड़ा हैरान होया मैं बाबा बुढ़ा जी जे मान लो आए होण ते साडा तां फर्ज बनता कि असी मिलीए उन्हां नूं मैनूं नहीं पता सीगा कि उह कौण हैगे आ। उस वेले सीगे हैड ग्रंथी दरबार साहब जी दे भाई मल सिंह जी कुछ इदां नाम सी मल सिंह शायद हाँ जी बाद विच आनंदपुर साहिब दे भी हैड ग्रंथी बने सीगे ते उन्हां नूं चलो सारे जने फतेह बुलाउंदे सी बुलाउंदे मैं क्या चलो इत्थे इन्हां नाल गल करिए लड़ी दा सूप दी ते इहे हो सकदा कि सारे पंथ नूं अगवाई दे देण भी लड़ी दा सूप ही होना चाहीदा है। ते मैं उन्हां नूं बेनती कीती मैं कहा भाई साहब जी साडा कोई सवाल सीगा कहिंदे हाँ जी पुछो जी। ते मैं कहा जी जिदा दरबार साहब जदों आपां हुक्मनामा लैंदे दर्शन करदे हां टीवी ते तां लड़ी दा सूप हुंदे आ ਤੇ ਉੱਥੇ ਮੈਂ ਕਿਹਾ ਲੜੀ ਦਾ ਸਰੂਪ ਆ ਬਾਕੀ ਗੁਰਦੁਆਰਿਆਂ ਵਿੱਚ ਪਦਛੇ ਸਰੂਪ ਆ ਵੀ ਇਹ ਦੋ ਤਰ੍ਹਾਂ ਦੇ ਸਰੂਪ ਕਿਉਂ ਆ ਵੀ ਇੱਕ ਤਰ੍ਹਾਂ ਦੇ ਕਿਉਂ ਨਹੀਂ ਹੋ ਜਾਣੇ ਚਾਹੀਦੇ। ਤੇ ਉਹ ਮੇਰੇ ਵੱਲ ਦੇਖ ਕੇ ਨਾ ਬੜੇ ਗੁੱਸੇ 'ਚ ਆ ਗਏ ਭੜਕ ਪਏ ਕਹਿੰਦੇ ਤੁਸੀਂ ਵਿਤਕਰਾ ਕਰਦੇ ਆ ਇਹ ਦੋਨੋਂ ਹੀ ਗੁਰੂ ਗ੍ਰੰਥ ਸਾਹਿਬ ਸਤਿਕਾਰਯੋਗ ਹੈਗੇ ਆ ਦੋਨੋਂ ਗੁਰੂ ਇੱਦਾਂ ਹੈਗੇ ਆ ਤੇ ਤੁਸੀਂ ਇਹ ਨੂੰ ਫਰਕ ਪਾਉਂਦੇ ਆ ਤੁਸੀਂ ਐਂ ਗਲਤ ਕਰਦੇ ਆ ਤੁਸੀਂ ਇੱਦਾਂ ਕਰਦੇ ਆ। ਤੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਜੀ ਦੋ ਗੁਰੂ ਤਾਂ ਸਾਡੇ ਕੋਲ ਕਦੀ ਹੁੰਦੇ ਨਹੀਂ ਸਾਡਾ ਇੱਕੋ ਹੀ ਗੁਰੂ ਰਹਿੰਦਾ
ਜਦੋਂ ਮੈਂ ਕਿਹਾ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਦੇ ਦਿੱਤੀ ਤਾਂ ਉਹਨਾਂ ਨੇ ਆਪ ਸੰਗਤਾਂ ਤੋਂ ਮੱਥਾ ਨਹੀਂ ਟਿਕਾਉਂਦੇ ਸੀਗੇ। ਉਹ ਕਹਿੰਦੇ ਸੀ ਗੁਰੂ ਜੋਤ ਉੱਧਰ ਹੈ, ਗੁਰੂ ਅੰਗਦ ਦੇਵ ਜੀ ਵੱਲ, ਉੱਥੇ ਜਾ ਕੇ ਮੱਥਾ ਟੇਕੋ। ਤੇ ਗੁਰੂ ਇੱਕ ਹੀ ਹੁੰਦਾ, ਇੱਕ ਕੋਲ ਗੁਰਗੱਦੀ ਹੁੰਦੀ ਹੈ, ਇੱਕ ਕੋਲ ਹੀ ਜੋਤ ਹੁੰਦੀ ਹੈ। ਤਾਂ ਮੈਂ ਕਿਹਾ ਦੋ ਗੁਰੂਆਂ ਕੋਲ ਜੋਤ ਕਿਵੇਂ ਆ, ਦੱਸੋ ਮੈਨੂੰ, ਦੋ ਕੋਲ ਕਦੀ ਹੋਏ ਹੀ ਨਹੀਂ ਏਦਾਂ। ਤੇ ਉਹ ਫਿਰ ਉੱਥੇ ਚੁੱਪ ਕਰਕੇ ਕਹਿੰਦਾ ਮੈਨੂੰ ਨਾ ਪੁੱਛੋ ਇਹ ਸਵਾਲ, ਇਹ ਸਵਾਲ ਪੁੱਛੋ ਜਾ ਕੇ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਉਹਦੇ ਕੋਲ। ਮੈਂ ਕਿਹਾ ਜੀ ਤੁਸੀਂ ਨਹੀਂ ਦੱਸ, ਤੁਸੀਂ ਹੈੱਡ ਗ੍ਰੰਥੀ ਆ ਗੁਰੂ ਗ੍ਰੰਥ ਸਾਹਿਬ ਦੇ, ਤੁਸੀਂ ਨਹੀਂ ਕੁਛ ਦੱਸ ਸਕਦੇ ਹੋ, ਕੀ ਦੱਸਣਗੇ ਸਾਨੂੰ, ਹਨਾ। ਮੈਂ ਕਿਹਾ ਤੁਸੀਂ ਦੱਸਦੇ ਹੀ ਨਹੀਂ, ਤੁਸੀਂ ਗੱਲ ਗੋਲ ਮੋਲ ਕਰਦੇ ਆ, ਤੁਸੀਂ ਕੋਈ ਰਾਹ ਦੇਣਾ ਹੀ ਨਹੀਂ ਚਾਹੁੰਦੇ। ਮੈਂ ਵੀ ਉਹਨਾਂ ਨੂੰ ਬੋਲਣ ਲੱਗ ਪਿਆ ਏਦਾਂ, ਮੈਂ ਕਿਹਾ ਤੁਹਾਨੂੰ ਦੇਣਾ ਪਊਗਾ, ਇਹਦਾ ਫਲ ਦੇਣਾ ਪਊਗਾ ਤੁਹਾਨੂੰ, ਜੇ ਤੁਸੀਂ ਨਹੀਂ ਗਲਤ ਗੁੰਮਰਾਹ ਕਰਦੇ ਪੰਥ ਨੂੰ, ਤੁਹਾਡਾ ਫਰਜ਼ ਬਣਦਾ ਪੰਥ ਨੂੰ ਸਹੀ ਅਗਵਾਈ ਦਿਓ, ਤੁਹਾਡੇ ਕੋਲ ਰੁਤਬੇ ਆ। ਤੇ ਚਲੋ ਸੰਗਤ ਵਿੱਚ ਹੋ ਗਈ, ਛੱਡੋ ਭਾਈ ਸਾਹਿਬ ਛੱਡੋ ਸਰ, ਏਦਾਂ ਕਰ ਕੁਰ ਕੇ। ਤੇ ਉਹ ਏਦਾਂ ਹੈਗਾ ਕਿ ਜਿਹੜਾ ਲੜੀ ਦਾ ਸਰੂਪ ਮਹਾਰਾਜ ਹੈਗੇ ਆ, ਇਹਨਾਂ ਦਾ ਜਿਹੜਾ ਰੁਤਬਾ ਆ, ਹੁਣ ਕਈ ਗੁਰਦੁਆਰਾ ਸਾਹਿਬ ਪੁੱਛਦੇ, ਉਹ ਵੀ ਕਹਿੰਦੇ ਕਿ ਨਹੀਂ ਜੀ ਦੋਨੇ ਹੀ ਬਰਾਬਰ ਆ। ਮੈਂ ਕਿਹਾ ਚਲੋ ਠੀਕ ਆ ਜੀ, ਮੰਨ ਲਈਏ ਬਰਾਬਰ ਆ। ਕਿ ਮੈਂ ਕਿਹਾ ਤੁਸੀਂ ਸੱਚਮੁੱਚ ਮੰਨਦੇ ਆ ਕਿ ਦੋਨੇ ਸਰੂਪ ਬਰਾਬਰ ਆ? ਕਹਿੰਦੇ ਹਾਂਜੀ ਮੰਨਦੇ ਆ। ਮੈਂ ਕਿਹਾ ਫਿਰ ਦੋਨਾਂ ਦੇ ਬਰਾਬਰ ਪ੍ਰਕਾਸ਼ ਹੁੰਦੇ ਗੁਰਦੁਆਰੇ? ਵੀ ਮੰਨ ਲਓ ਚਲੋ ਇੱਕ ਹਫ਼ਤਾ ਲੜੀ ਦਾ ਸੂਬ ਦੇ ਹੋ ਜਾਂਦੇ, ਇੱਕ ਹਫ਼ਤਾ ਪਾਤਸ਼ਾਹ ਹੋ ਜਾਂਦੇ, ਜਾਂ ਤਿੰਨ ਦਿਨ, ਜਾਂ ਜਿੱਦਾਂ ਵੀ ਤੁਸੀਂ ਬਰਾਬਰ ਉਹਨਾਂ ਨੂੰ ਰੱਖਦੇ ਆ? ਕਹਿੰਦੇ ਨਹੀਂ ਜੀ। ਮੈਂ ਕਿਹਾ ਫਿਰ ਤੁਸੀਂ ਕਿੱਦਾਂ ਕਹਿੰਦੇ ਕਿ ਬਰਾਬਰ ਆ? ਤੁਸੀਂ ਕਹਿਣ ਨੂੰ ਹੀ ਕਹਿੰਦੇ ਆ ਕਿ ਦੋਨੇ ਗੁਰੂ ਸਾਹਿਬ ਬਰਾਬਰ ਆ, ਪਰ ਤੁਸੀਂ ਅੰਦਰੋਂ ਨਹੀਂ ਮੰਨਿਆ ਹੋਇਆ। ਪਰ ਜਿਹੜੇ ਗੁਰਸਿੱਖਾਂ ਨੂੰ ਇਸ ਗੱਲ ਦੀ ਪ੍ਰਤੀਤ ਹੈ ਕਿ ਲੜੀ ਦਾ ਸਰੂਪ ਜਿਹੜੇ ਮਹਾਰਾਜ ਦੇ ਆ, ਉਹ ਪੁਰਾਤਨ ਸਰੂਪ, ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੈਗੀ ਆ, ਗੁਰਜੋਤ ਉਹਨਾਂ ਵਿੱਚ ਹੈਗੀ ਆ, ਤੇ ਉਹਨਾਂ ਨੂੰ ਇਸ ਤੇ ਵਰਕ ਕਰਨਾ ਚਾਹੀਦਾ, ਉਹਨਾਂ ਨੂੰ ਸੰਸਾਰ ਨੂੰ ਦੱਸਣਾ ਚਾਹੀਦਾ ਸੱਚਾ ਗੁਰੂ ਲਾਧੋ ਰੇ। ਜੇ ਉਹਨਾਂ ਨੂੰ ਗੁਰੂ ਸਾਹਿਬ ਦੀ ਕੋਈ ਕਿਰਪਾ ਪ੍ਰਾਪਤ ਕੀਤੀ ਹੈ, ਤੇ ਉਹਨਾਂ ਨੂੰ ਉੱਚੀ ਬੋਲ ਕੇ ਦੱਸਣਾ ਚਾਹੀਦਾ ਵੀ ਜਿਹੜੇ ਜੋਤ ਹੈਗੀ ਆ ਉਹ ਇਸ ਗੁਰੂ ਵਿੱਚ ਹੈਗੀ ਆ। ਨਿਸ਼ਾਨ ਲਾ ਕੇ ਜਿਹੜੀ ਗੁਰਬਾਣੀ ਹੈ ਉਹ ਵੀ ਗੁਰੂ ਹੈ ਸਾਡੀ, ਉਹਨੂੰ ਆਪਾਂ ਨਹੀਂ ਕਹਿ ਸਕਦੇ ਕਿ ਇਹ ਉਹਦਾ ਸਤਿਕਾਰ ਨਹੀਂ ਕਰਨਾ। ਸਤਿਕਾਰ ਹੈਗਾ, ਜ਼ਰੂਰ ਕਰਨਾ ਹੈਗਾ। ਤੇ ਸਤਿਕਾਰ ਤਾਂ ਅਸੀਂ ਪੋਥੀਆਂ ਦਾ ਵੀ, ਗੁਟਕਾ ਸਾਹਿਬ ਦਾ ਵੀ, ਜਾਂ ਕਿਸੇ ਦੇ ਵੀ, ਕਿਤੇ ਵੀ ਗੁਰਬਾਣੀ ਲਿਖੀ ਹੋਵੇ ਉਹਦਾ ਸਤਿਕਾਰ ਕਰਨਾ। ਪਰ ਜਿਹੜੀ ਗੁਰਗੱਦੀ ਤੇ ਬਿਰਾਜਮਾਨ ਹੋਣ ਵਾਲੀ ਗੱਲ ਹੈ, ਉਹ ਤਾਂ ਉਹਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਇਹ ਬਣਨਾ। ਜਿਹੜੇ ਪਾਤਸ਼ਾਹ ਦੇ ਆ, ਇਹ ਹੋ ਗਿਆ, ਐਡੀ ਮਾੜੀ ਗੱਲ ਨਹੀਂ ਹੋਈ, ਪਰ ਇਹਦਾ ਜਿਹੜਾ ਇੱਕ ਜਲਦ ਵਿੱਚ ਹੋ ਗਿਆ ਉਹ ਜ਼ਰੂਰ ਮਾੜੀ ਗੱਲ ਹੋਈ ਆ। ਕਿਉਂਕਿ ਜਿਹੜਾ ਜੇ 2 ਸੈਂਚੀਆਂ ਵਿੱਚ ਹੈਗੇ ਆ, ਤੇ ਸਗੋਂ ਵਧੀਆ ਆ ਕਿ ਜਦੋਂ ਨਹੀਂ ਪਤਾ ਲੱਗਦਾ ਵੀ ਇਹਦਾ ਨਿਖੇੜ ਕੀ ਹੋਊਗਾ, ਤੇ ਉੱਥੋਂ ਜਾ ਕੇ ਕੋਈ ਦੇਖ ਸਕਦਾ ਆ। ਤੇ ਪਰ ਜਦੋਂ ਤੁਸੀਂ ਗੁਰਗੱਦੀ ਤੇ ਬਿਰਾਜਮਾਨ ਕਰਦੇ ਹੋ ਬਰਾਬਰ, ਜਾਂ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਜਦੋਂ ਤੋਂ ਮੈਂ ਦੇਖਿਆ ਸੀਗਾ ਕਿ ਜਦੋਂ ਦਾਸ ਸ਼ੁਰੂ ਵਿੱਚ ਹੋਇਆ, ਪਤਾ ਲੱਗਾ ਮੈਨੂੰ ਪਹਿਲੀ ਵਾਰੀ ਮੈਂ ਸੁਣਿਆ ਸੀ, ਤਾਂ ਜਿਹੜੇ ਖੰਡ ਪਾਠੀ ਸੀਗੇ ਜਿਹੜੇ ਆਮ ਪਿੰਡਾਂ 'ਚ ਪਾਠ ਕਰਦੇ ਆ, ਤਾਂ ਉਹਨਾਂ ਨੇ ਇਹਨਾਂ ਬਾਰੇ ਮੈਨੂੰ ਇਸ ਤਰ੍ਹਾਂ ਦੱਸਿਆ ਸੀ ਸ਼ੁਰੂ ਵਿੱਚ ਕਿ ਇੱਕ ਬਾਬੇ ਉਹ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਬਾਰੇ ਕਹਿੰਦੇ ਕਿ ਜਿਹਨਾਂ ਦੇ ਵਿੱਚ ਘੁੰਡੀ ਵਾਲੇ ਬਾਬੇ ਹੁੰਦੇ ਆ, ਉਹਨਾਂ ਵਿੱਚ ਘੁੰਡੀ ਫਸ ਜਾਂਦੀ, ਪਤਾ ਨਹੀਂ ਗਾਂਹ ਪਾਠ ਨਹੀਂ ਕਰ ਹੁੰਦਾ। ਏਦਾਂ ਦੇ ਸ਼ਬਦ ਜਿਹੜੇ ਗ੍ਰੰਥੀ ਆ ਲੜੀ ਦਾ ਸਰੂਪ ਵਰਤਦੇ ਸੀਗੇ। ਦਾਸ ਨੂੰ ਤਾਂ ਉਦੋਂ ਪਤਾ ਨਹੀਂ ਸੀਗਾ ਕਿ ਕੀ ਲੜੀ ਦਾ ਸਰੂਪ ਆ, ਪਰ ਜਦੋਂ ਮੈਨੂੰ ਬਾਅਦ ਵਿੱਚ ਯਾਦ ਆਇਆ ਵੀ ਮੈਂ ਕਿਹਾ ਹਾਂ ਏਦਾਂ ਕਰਕੇ ਲੋਕੀ ਇਹਨਾਂ ਨੂੰ ਕਹਿੰਦੇ, ਜਾਂ ਇਹਨਾਂ ਨੂੰ ਕਹਿ ਦਿੰਦੇ ਆ ਸੰਗਲੀ ਵਾਲੇ ਬਾਬਾ ਜੀ, ਹਾਂਜੀ। ਏਦਾਂ ਦੇ ਜਿਹੜੇ ਸ਼ਬਦ ਆ ਉਹ ਸਤਿਕਾਰ ਵਾਲੇ ਸ਼ਬਦ ਨਹੀਂ ਹੈਗੇ, ਤੇ ਗੁਰਸਿੱਖਾਂ ਨੂੰ ਤਾਂ ਗੁਰੂ ਦਾ ਸਤਿਕਾਰ ਹੀ ਪਾਉਂਦਾ ਹੈ। ਤੇ ਗੁਰਸਿੱਖਾਂ ਕੇ ਮਨ ਭਾਉਂਦੀ, ਗੁਰ ਸਤਿਗੁਰ ਕੀ ਵਡਿਆਈ। ਤਾਂ ਇਹ ਤਾਂ ਇਸ ਕਰਕੇ ਜੇ ਤੁਸੀਂ ਦੱਸੋਗੇ ਕਿ ਮਹਾਰਾਜ ਦਾ ਕੀ ਸਤਿਕਾਰ ਹੈ ਤੇ ਕੀ ਇਹਦੀ ਅਹਿਮੀਅਤ ਹੈ, ਇਹਦੇ 'ਤੇ ਇੱਕ ਵੱਖਰਾ ਪ੍ਰੋਗਰਾਮ ਕਰਨਾ ਚਾਹੀਦਾ। ਚਲੋ ਦਾਸ ਇਹਦੇ ਬਾਰੇ ਜ਼ਿਆਦਾ ਬੋਲ ਗਿਆ, ਮੈਨੂੰ ਲੱਗਦਾ ਟਾਈਮ ਵੀ ਜ਼ਿਆਦਾ ਮੈਂ ਲੈ ਲਿਆ। ਤਾਂ ਹਾਂਜੀ, ਜਿਹੜੇ ਕੋਈ ਕੁਸ਼ਚਨ ਹੈਗੇ ਆ ਉਹ ਕੋਈ ਪੁੱਟ ਕਰ ਸਕਦੇ ਆ, ਅਤੇ ਭਾਈ ਕੁਲਵਿੰਦਰ ਸਿੰਘ ਜੀ, ਭਾਈ ਹਰਵੰਸ ਸਿੰਘ ਜੀ, ਬੀਬੀ ਮਨਮੋਹਨ ਕੌਰ ਜੀ, ਜਾਂ ਜਿਹੜੇ ਹੋਰ ਵੀ ਗੁਰਸਿੱਖ ਇੱਥੇ ਹੈਗੇ ਆ ਚੰਗੇ, ਅਤੇ ਉਹ ਇੱਥੇ ਕੁਸ਼ਚਨ ਆਨਸਰ ਦੇ ਵਿੱਚ ਆਨਸਰ ਕਰ ਸਕਦੇ ਆ। ਅਤੇ ਜਿਹੜਾ ਹੈਗਾ ਇਸ 'ਤੇ ਵੀ ਕਿਸੇ ਨੇ ਗੱਲ ਕਰਨੀ ਹੋਵੇ, ਹੋਰ ਐਡ ਕਰਨਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜੀ ਦਾ ਸਰੂਪ ਬਾਰੇ, ਅਤੇ ਉਹ ਵੀ ਕਰ ਸਕਦੇ ਆ। ਅਤੇ ਹਾਂਜੀ, ਕਿਸੇ ਨੇ ਕੁਛ ਐਡ ਕਰਨਾ ਹੋਵੇ ਜੀ।
ਜਾਂ ਇਹਨੂੰ ਇਹ ਸਹਿਮਤੀ ਕਰਨੀ ਹੋਵੇ ਵੀ ਠੀਕ ਹੈ ਆਪਾਂ ਇੱਥੇ ਕੰਮ ਕਰਨਾ ਚਾਹੀਦਾ ਸਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਖਾਲਸਾ ਫਤਿਹ ਪਾਤਸ਼ਾਹ। ਮੈਂ ਵੈਸੇ ਸਾਡਾ ਅੰਮ੍ਰਿਤ ਵੇਲੇ ਦਾ ਟਾਈਮ ਹੈ ਜਾਗਣ ਦਾ, ਕੁਦਰਤੀ ਮਹਾਰਾਜ ਜੀ ਕੋਈ ਵਿਧ ਬਣਾ ਦਿੱਤੀ ਮੈਂ ਸੁਣਦਾ ਸੀ ਤਾਂ ਮੈਂ ਕਿਹਾ ਚਲੋ। ਬਹੁਤ ਵਧੀਆ ਭਾਈ ਸਾਹਿਬ, ਮੈਂ ਕਿਹਾ ਆਪਣਾ ਐਕਸਪੀਰੀਅੰਸ ਮੈਂ ਸ਼ੇਅਰ ਕਰ ਲਵਾਂ ਜੀ। ਦਾਸ ਨੇ ਇਹ ਬੇਨਤੀ ਕਰਨਾ ਚਾਹੁੰਦਾ ਸੀ, ਦਾਸ ਹੁਣ ਅਕਾਲ ਤਖ਼ਤ ਸਾਹਿਬ ਗਿਆ ਸੀ ਤਾਂ ਉੱਥੇ ਸੈਕਟਰੀਏਟ ਜਿਹੜੇ ਸ਼੍ਰੋਮਣੀ ਕਮੇਟੀ ਵਜੋਂ ਉੱਥੇ ਬੈਠੇ ਆ ਜਥੇਦਾਰ ਜਿਹੜੇ ਥਾਪੇ ਗਏ ਆ, ਤਾਂ ਉਹਨਾਂ ਦੇ ਜਿਹੜੇ PA ਆ ਉਹਨਾਂ ਨੂੰ ਮੈਂ ਮਿਲਣ ਦਾ ਮੌਕਾ ਮਿਲਿਆ ਸੀ। ਤਾਂ ਜਦੋਂ ਮੈਂ ਉੱਥੇ ਗਿਆ ਸੀ ਤਾਂ ਮੈਂ ਉਹਨਾਂ ਨੂੰ ਆਹੀ ਲੜੀਵਾਰ ਸਰੂਪ ਦਾ ਗੱਲ ਕੀਤੀ ਸੀ। ਮੈਂ ਕਿਹਾ ਭਾਈ ਸਾਹਿਬ ਜੀ ਫੇ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਮੀਨਾਕਾਰੀ ਸੀ, ਮੀਨਾਕਾਰੀ ਜਿੱਥੇ ਕੰਧਾਂ ਤੇ ਗੁਰਬਾਣੀ ਲਿਖੀ ਆ, ਆਰਟ ਵਰਕ ਕੀਤਾ ਆ, ਉਹਨੂੰ ਮੀਨਾਕਾਰੀ ਕਹਿੰਦੇ ਹਨ। ਸੋ ਜਿਹੜੇ ਮੀਨਾਕਾਰੀ ਦੇ ਵਿੱਚ ਨੋਟ ਕਰਿਓ ਸਾਰੇ ਧਿਆਨ ਨਾਲ, ਫੇ ਜਦੋਂ ਦਰਬਾਰ ਸਾਹਿਬ ਅੰਦਰ ਜਾਓਗੇ ਸਾਰੀ ਮੀਨਾਕਾਰੀ ਲੜੀਵਾਰ ਆ, ਜੁੜਮੇ ਅੱਖਰ ਆ, ਜਿੰਨੇ ਵੀ ਹੈਗਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਮੀਨਾਕਾਰੀ ਕੀਤੀ ਆ। ਸੋ ਉਹ ਉਹਨਾਂ ਦੇ ਆਰਕੀਟੈਕਚਰ ਔਰ ਦ ਰਾਈਟਿੰਗ ਇਸ ਜੁਆਇੰਟ ਆਫ ਰਾਈਟਿੰਗ। ਤਾਂ ਪਰ ਹੁਣ ਤੁਸੀਂ ਜਾਓਗੇ ਨੀ ਤਾਂ ਉਹ ਜਿਹੜੀ ਲੜੀਵਾਰ ਜਿਹੜੀ ਮੀਨਾਕਾਰੀ ਹੁਣ ਪਦਛੇਦ ਹੋ ਗਈ ਆ, ਰਾਮਦਾਸ ਸਰੋਵਰ ਨਾਥ ਸਬੁੱਤਰ ਪਾਪ ਕਮਾਤੇ ਪਹਿਲਾਂ ਲੜੀਵਾਰ ਚ ਰੱਖਿਆ ਸੀ। ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਆ ਤੁਸੀਂ ਕੰਧਾਂ ਵੱਲ ਦੇਖੋਗੇ ਇਨਸਾਈਡ ਦਰਬਾਰ ਸਾਹਿਬ ਦੇ ਵਿੱਚ, ਪਰ ਹੁਣ ਉਹਨੂੰ ਪਦਛੇਦ ਕੀਤਾ ਗਿਆ। ਤੇ ਇਹ ਹੋਇਆ ਸੀ ਕੋਈ ਬਾਹਰੋਂ ਰਾਜਸਥਾਨ ਤੇ ਕੋਈ ਆਏ ਸੀ ਬੰਦਿਆਂ, ਤਾਂ ਮੈਨੂੰ ਉਹਨਾਂ ਨੇ PA ਸਾਹਿਬ ਕਹਿੰਦੇ ਪਏ ਉਹ ਰਾਜਸਥਾਨ ਤੋਂ ਬੰਦੇ ਆਏ ਸੀ ਤਾਂ ਉਹਨਾਂ ਨੇ ਇਹ ਕੀਤਾ ਆ ਜੀ। ਉਹਨਾਂ ਨੇ ਕਿਹਾ ਉਹਨਾਂ ਨੂੰ ਅਧਿਕਾਰ ਕਿਹਨੇ ਕੀਤਾ, ਹੂ ਗੇਵ ਦਮ ਅਥਾਰਿਟੀ? ਤਾਂ ਉਹ ਮੰਨਦੇ ਕਹਿੰਦੇ ਬਿਲਕੁਲ ਗਲਤ ਆ, ਜੋ ਭਾਈ ਮਲਕੀਤ ਸਿੰਘ ਜੀ ਗੱਲ ਕਹਿੰਦੇ ਉਹ ਮੰਨ ਕੇ ਕਹਿੰਦੇ ਬਿਲਕੁਲ ਗਲਤ ਆ। ਮੈਂ ਕਿਹਾ ਓਕੇ ਦੱਸ ਗੁੱਡ। ਤਾਂ ਮੈਂ ਕਿਹਾ ਧੰਨ ਤਾਂ ਰਾਮਦਾਸ ਗੁਰੂ ਜਿਨ ਸਿਰਿਆ ਤੈਨੇ ਸਵਾਰੇ ਲਿਖਿਆ ਆ ਆਪਣੇ ਐਜ ਯੂ ਐਂਟਰਿੰਗ ਦਰਸ਼ਨੀ ਦਿਉੜੀ ਦੇ ਵਿੱਚ। ਮੈਂ ਕੋਈ ਪਦਛੇਦ ਆ ਤਾਂ ਉੱਤੇ ਪੇ ਹੈਰੀਟੇਜ ਦੇ ਹਿਸਾਬ ਨਾਲ, ਵਿਰਾਸਤ ਦੇ ਹਿਸਾਬ ਨਾਲ ਇਹ ਜੇ ਪ੍ਰਜ਼ਰਵ ਕਰਦੇ ਤੇ ਲੜੀਵਾਰ ਹੋਣਾ ਚਾਹੀਦਾ। ਤਾਂ ਉਹ ਮੰਨਦੇ ਕਹਿੰਦੇ ਬਿਲਕੁਲ, ਉਹ ਪਤਾ ਅੱਗੇ ਕਹਿੰਦੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਵੀ ਲੜੀਵਾਰ ਹੋਣੇ ਚਾਹੀਦੇ ਆ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪਦਛੇਦ ਕੀਤਾ ਜੋ ਇੱਕ ਜਿਲਦ ਵਿੱਚ ਜੋ ਭਾਈ ਸਾਹਿਬ ਗੱਲ ਕਰਦੇ ਆ ਤਾਂ ਤਖ਼ਤ ਤੇ ਅਸੀਂ ਪ੍ਰਕਾਸ਼ ਕਰ ਲਏ, ਕਹਿੰਦੇ ਇਹ ਇਹ ਬਹੁਤ ਹਾਨੀਕਾਰਕ ਆ ਤੇ ਇੱਥੋਂ ਸਾਰਾ ਪ੍ਰੋਬਲਮ। ਉਹ ਮੈਂ ਕਿਹਾ ਓਕੇ, ਮੈਂ ਕਿਹਾ ਚਲੋ ਠੀਕ ਆ। ਮੈਂ ਕਿਹਾ ਭਾਈ ਸਾਹਿਬ ਜੀ ਫੇ ਲੜੀਵਾਰ ਹੀ ਸਰੂਪ ਪ੍ਰਕਾਸ਼ ਹੋਣਾ ਚਾਹੀਦਾ? ਕਹਿੰਦਾ ਹਾਂਜੀ। ਮੈਂ ਕਿਹਾ ਪਦਛੇਦ ਪ੍ਰਕਾਸ਼ ਹੋ ਸਕਦਾ ਦਰਬਾਰ ਸਾਹਿਬ ਵਿੱਚ ਅਕਾਲ ਤਖ਼ਤ ਸਾਹਿਬ? ਕਹਿੰਦੇ ਬਿਲਕੁਲ ਨਹੀਂ, ਲੜੀਵਾਰ ਹੀ ਪ੍ਰਕਾਸ਼ ਜੋ ਗੁਰੂ ਗ੍ਰੰਥ ਸਾਹਿਬ ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਇੱਦਾਂ ਹੀ ਪ੍ਰਕਾਸ਼ ਹੋਣਾ ਚਾਹੀਦਾ। ਅਸੀਂ ਸ਼੍ਰੋਮਣੀ ਕਮੇਟੀ ਸਾਰੇ ਗੁਰਦੁਆਰੇ ਦੇ ਵਿੱਚ ਹੀ ਲੜੀਵਾਰ ਪ੍ਰਕਾਸ਼ ਕਰਦੇ ਆ। ਇਸ ਤਰ੍ਹਾਂ ਉਹਨਾਂ ਨੇ ਕਹਿ ਦਿੱਤਾ। ਮੈਂ ਕਿਹਾ ਅੱਛਾ ਜੀ। ਕਹਿੰਦਾ ਅਸੀਂ ਚਿੱਠੀ ਭੇਜੀ ਆ ਸਾਰੇ ਗੁਰਦੁਆਰੇ ਸਾਹਿਬ ਜੋ ਸਾਡੇ ਕੰਟਰੋਲ ਦੇ ਹੇਠਾਂ, ਫਿਰ ਲੜੀਵਾਰ ਹੀ ਸਰੂਪ ਪ੍ਰਕਾਸ਼ ਹੋਣੇ ਚਾਹੀਦੇ। ਜੇ ਕੋਈ ਨਾ ਕਰੇ ਤਾਂ ਉਹ ਹੁਕਮ ਦੀ ਕੁਤਾਹੀ ਆ, ਦੇ ਅਗੇਂਸਟ ਦ ਓਰਡਰਸ। ਮੈਂ ਕਿਹਾ ਵੈਰੀ ਗੁੱਡ। ਤੇ ਮੈਂ ਕਿਹਾ ਭਾਈ ਸਾਹਿਬ ਜੀ ਜੇ ਕੋਈ ਪਦਛੇਦ ਖਰੀਦਣਾ ਚਾਹੁੰਦਾ ਆ ਸਰੂਪ ਤੱਕ, ਮਾਫ਼ ਕਰ, ਪੈਸੇ ਦੇ ਕੇ ਖਰੀਦਿਆ ਜਾਂਦਾ ਦੇ, ਮੈਂ ਕਿਹਾ ਭੇਟਾ ਦੇ ਕੇ ਸਰੂਪ ਕੋਈ ਲੈਣਾ ਚਾਹੁੰਦਾ ਆ ਪਦਛੇਦ, ਉਹ ਕਿੱਥੋਂ ਲੈ ਸਕਦਾ ਆ? ਤਾਂ ਉਹ ਚੁੱਪ। ਤਾਂ ਉਹ ਗੱਲ ਹੋਈ ਤੱਕ ਮੈਂ ਕਿਹਾ ਭਾਈ ਸਾਹਿਬ ਜੀ ਉਹ ਤਾਂ ਸ਼੍ਰੋਮਣੀ ਕਮੇਟੀ ਵੇਚਦੇ ਆ, ਤਾਂ ਤੁਸੀਂ ਕਹਿੰਦੇ ਗਲਤ ਆ। ਉਹ ਤਾਂ ਜਿਹੜਾ ਲਾਸਟ ਕਮੈਂਟ ਜਿੱਥੇ ਮੈਂ ਫਿਨਿਸ਼ ਕਰਨਾ ਚਾਹੁੰਦਾ, ਉਹ ਕਹਿੰਦੇ ਨਾ ਦੇਖੋ ਦੇਖੋ ਸਾਰੇ ਤੇ ਨੀ ਪੜ੍ਹ ਸਕਦੇ ਆ, ਜਿਹੜੇ ਵਿਚਾਰੇ ਪਿੰਡਾਂ ਚ ਰਹਿੰਦੇ ਜਿਹੜਾ ਅਨਪੜ੍ਹ ਭਾਈ ਆ ਉਹ ਵਿਚਾਰੇ ਉਹ ਕੀ ਕਰਨ, ਇਸ ਕਰਕੇ ਉਹਨਾਂ ਵਾਸਤੇ ਪਦਛੇਦੀ ਠੀਕ ਹੀ ਆ। ਸੋ ਇਟਸ ਇੰਟਰਸਟਿੰਗ ਡਬਲ ਸਟੈਂਡਰਡ। ਫਿਰ ਜਿਹੜਾ ਦਰਬਾਰ ਸਾਹਿਬ ਦਾ ਸਤਿਕਾਰ, ਦਰਬਾਰ ਸਾਹਿਬ ਦੀ ਮਰਿਆਦਾ, ਅਕਾਲ ਤਖ਼ਤ ਸਾਹਿਬ ਦੀ ਮਰਿਆਦਾ, ਉਹਨਾਂ ਦੀ ਗੁਰਦੁਆਰਾ ਜਿਹੜਾ ਸਟੈਂਡਰਡ ਆ, ਤਾਂ ਆਮ ਗੁਰਦੁਆਰਿਆਂ ਲਈ ਸਟੈਂਡਰਡ ਰੱਖਿਆ, ਕਿੰਨਾ ਕੁ ਉਹਨਾਂ ਨੇ ਫਰਕ ਰੱਖਿਆ। ਇਹ ਹੋ ਗਿਆ ਫਿਰ ਜਿੱਦਾਂ ਦਰਬਾਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਕਿੰਨਾ ਸਤਿਕਾਰ ਦਿਖਾਲਦੇ ਆ, ਤਾਂ ਆਮ ਗੁਰਦੁਆਰੇ ਦੇ ਵਿੱਚ ਸਾਡਾ ਸਤਿਕਾਰ ਘੱਟ ਆ। ਇਹ ਫਰਕ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਜ਼ਰੂਰ ਇੱਥੇ ਵਿਚਾਰ ਸਰਨ ਕਰਨ ਦੀ ਲੋੜ ਆ। ਸੋ ਇਹਨੇ ਕਿਹਾ ਦਾਸ ਐਡ ਕਰਨਾ ਚਾਹੁੰਦੇ ਸੀ। ਅੱਜ ਖਾਲਸਾ। ਹਾਂਜੀ, ਬਹੁਤ ਧੰਨਵਾਦ ਸਰ ਜੀ, ਬਹੁਤ ਸੋਹਣਾ ਐਡ ਕੀਤਾ। ਪਰ ਆਨੰਦ ਆ ਗਿਆ ਕਿ ਜਦੋਂ ਕਿਹੜੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਕਿੱਥੋਂ ਮਿਲਦੇ ਆ, ਹਨਾ, ਤੇ ਫਿਰ ਉਹਨੂੰ ਅਸੀਂ ਦਿੰਦੇ ਹਾਂ ਤਾਂ ਜਾਂ। ਪਰ ਇੱਕ ਇਹਦੇ ਵਿੱਚ ਇਹ ਵੀ ਗੱਲ ਹੈਗੀ ਕਿ ਅਸੀਂ ਖੁਦ ਵੀ ਜਾਗਰਤ ਨਹੀਂ ਹੈਗੇ
ਸਾਡਾ ਸਮਾਜ ਵੀ ਜਾਗਰਤ ਨਹੀਂ ਹੈਗਾ, ਅਵੇਅਰਨੈਸ ਨਹੀਂ ਹੈਗੀ, ਤੇ ਆਪਾਂ ਕਮ ਸੇ ਕਮ ਅਵੇਅਰਨੈਸ ਦੀ ਲਈ ਕੋਸ਼ਿਸ਼ਾਂ ਕਰ ਸਕਦੇ ਹਾਂ ਕਿ ਲੋਕਾਂ ਨੂੰ ਅਵੇਅਰ ਕਰੀਏ, ਸੰਗਤਾਂ ਨੂੰ ਅਵੇਅਰ ਕਰੀਏ, ਤੇ ਫਿਰ ਤਾਂ ਕਿ ਜਿਹੜਾ ਆ ਸਾਰੇ ਲੋਕੀ ਇਸ ਗੱਲ ਦੀ ਮੰਗ ਕਰਨੀ ਸ਼ੁਰੂ ਕਰ ਦੇਣ, ਤੇ ਮੈਂ ਸਾਰੀਆਂ ਸੰਗਤਾਂ ਤੋਂ ਇਸ ਗੱਲ ਲਈ ਸਹਿਯੋਗ ਦੀ ਮੰਗ ਕਰਦਾ, ਰਿਕੁਐਸਟ ਕਰਦਾ ਕਿ ਜਿੰਨੇ ਗੁਰਮੁਖ ਪਿਆਰੇ ਜਿਹੜੇ ਹੈਗੇ ਆ ਚੰਗੇ ਚੰਗੇ ਜੀਵਨਾਂ ਵਾਲੇ ਗੁਰਸਿੱਖ ਜਾਂ ਪੁਰਾਤਨ ਗੁਰਸਿੱਖ ਜਾਂ ਕਈ ਸਾਲਾਂ ਤੋਂ ਜਿਹੜੇ ਗੁਰਸਿੱਖੀ ਕਮਾ ਰਹੇ ਆ, ਤੇ ਜਿਹਨਾਂ ਨੂੰ ਗੁਰੂ ਮਹਾਰਾਜ ਦੀਆਂ ਬਰਕਤਾਂ ਦਾ ਪਤਾ, ਇੱਕ ਹਰਮਹਿੰਦਰ ਸਿੰਘ ਹੋਏ ਆ, ਉਹ ਵੀ ਅੰਮ੍ਰਿਤਸਰ ਤੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਸੀਗੇ, ਤੇ ਉਹਨਾਂ ਨੇ ਵੀ ਇੱਕ ਟ੍ਰੈਕਟ ਲਿਖਿਆ ਆ, ਉਹ ਇਹਦੇ ਬਾਰੇ ਸੀ ਕਿ ਲੜੀਦਾਸ ਸੂਬ ਮਹਾਰਾਜ ਦੀਆਂ ਕੀ ਬਰਕਤਾਂ ਹੈ, ਸ਼ਾਇਦ ਜੇ ਕਿਸੇ ਨੂੰ ਪਤਾ ਹੋਵੇ ਕਿ ਉਹ ਕਿਹੜਾ ਟ੍ਰੈਕਟ ਸੀਗਾ, ਤੇ ਹਰਮਹਿੰਦਰ ਸਿੰਘ ਉਹਨਾਂ ਦਾ ਨਾਮ ਮੈਨੂੰ ਇੰਨਾ ਪਤਾ ਆ, ਅੰਮ੍ਰਿਤਸਰ ਸਾਹਿਬ ਤੋਂ ਸੀ ਹੈਗੇ ਆ ਜੀ ਵੀ ਮੈਨੂੰ ਲੱਗਦਾ ਉਹ ਸਿੰਘ, ਤੇ ਜਾਂ ਮੈਂ ਅਗਲੀ ਵਾਰ ਨੂੰ ਮੈਂ ਖੁਦ ਹੀ ਪਤਾ ਕਰਕੇ ਦੱਸ ਦਊਂਗਾ ਕਿ ਉਹਨਾਂ ਨੇ ਕਿੰਨੀਆਂ ਮਹਾਨਤਾਂ ਦੱਸੀਆਂ ਹੋਈਆਂ ਵੀ ਲੜੀਦਾਸ ਸਰੂਪ ਮਹਾਰਾਜ ਦੇ ਨਾਲ ਕੀ ਫਰਕ ਪੈਂਦਾ, ਤੇ ਇਹਦੇ ਤੇ ਇੱਕ 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 ਚੀਜ਼ ਤਾਂ ਅਸੀਂ ਆਪਣਾ ਲੈ ਕੇ ਤੁਰ ਸਕਦੇ ਹਾਂ ਸਮਾਜ ਵਿੱਚ ਕਿ ਅਸੀਂ ਇਹ ਅਵੇਅਰਨੈਸ ਦੇਣੀ ਆ ਸਾਰੇ ਸੰਸਾਰ ਨੂੰ, ਤਾਂ ਕਿ ਜਿਹੜਾ ਆ ਸਾਡਾ ਜੀਵਨ ਹੀ ਸਫਲ ਹੋ ਜਾਵੇ, ਕਿਉਂਕਿ ਜਦੋਂ ਤੁਸੀਂ ਗੁਰੂ ਮਹਾਰਾਜ ਦੇ ਲਈ ਕੋਈ ਸਟੈਂਡ ਲੈਂਦੇ ਹੋ ਜਾਂ ਕਿਸੇ ਚੀਜ਼ ਤੇ ਖੜਦੇ ਹੋ ਤੇ ਗੁਰੂ ਮਹਾਰਾਜ ਤੁਹਾਡੀ ਹੈਲਪ ਤੇ ਹੋਣਗੇ ਉਹ ਤਾਂ ਸਦਾ ਹੀ ਹੈਗੇ ਆ, ਤੁਸੀਂ ਗੁਰੂ ਸਾਹਿਬ ਜੀ ਲਈ ਇੱਕ ਕਦਮ ਨਹੀਂ ਚੱਲੋ ਸਿਰਫ, ਤੇ ਗੁਰੂ ਸਾਹਿਬ ਕੋਟ ਪੈਣਾ ਆਗੇ ਹੋਏ ਹੈ ਨਾ ਮਿਲਦੇ ਆਪਾਂ ਨੂੰ ਲੈਂਦੇ ਆ, ਤੇ ਮੇਰੀ ਫਿਰ ਵਾਰ ਵਾਰ ਇਹ ਰਿਕੁਐਸਟ ਆ ਗੁਰਸਿੱਖਾਂ ਨੂੰ ਕਿ ਆਪਾਂ ਇਸ ਟੋਪਿਕ ਤੇ ਲੈ ਕੇ ਬੜੀ ਦੂਰ ਤੱਕ ਜਾਵਾਂਗੇ ਜਦ ਤੱਕ ਵੀ ਇੱਕ ਕਿਸਮ ਦੀ ਇਨਸਾਫ਼ ਵਾਲੀ ਗੱਲ ਹੈਗੀ ਆ ਕਿ ਲੜੀਦਾਰ ਮਹਾਰਾਜ ਸਰੂਪ ਨੂੰ ਦਾ ਇਨਸਾਫ਼ ਨਹੀਂ ਹੈ ਜੇ ਸਮਾਜ ਨੇ ਦਿੱਤਾ, ਜੇ ਗੁਰਮੁਖਾਂ ਨੇ ਇਹ ਗੱਲ ਕਹੀ ਆ ਪਾਪ ਹੈਗਾ, ਤੇ ਫਿਰ ਇਹ ਪਾਪ ਜੇ ਹੋ ਰਿਹਾ ਸਾਡੀਆਂ ਅੱਖਾਂ ਦੇ ਮੂਹਰੇ ਤੇ ਅਸੀਂ ਉਹਨੂੰ ਰੋਕਣ ਲਈ ਕੁਛ ਕਰ ਹੀ ਨਹੀਂ ਰਹੇ, ਤੇ ਇਹ ਸਾਡੀ ਵੀ ਅਸੀਂ ਵੀ ਜਵਾਬਦੇਹ ਇਹਦੇ ਲਈ ਹੋਵਾਂਗੇ ਸ਼ਾਇਦ ਕਿਤੇ ਜਾ ਕੇ, ਕਿਉਂਕਿ ਦਾਸ ਨੂੰ ਵੀ ਬੜਾ ਭੈ ਲੱਗਾ, ਛੋਟੀ ਜਿਹੀ ਗੱਲ ਕਰਕੇ ਮੈਂ ਸਮਾਪਤ ਕਰਦਾ ਕਿ ਕੁਛ ਮਹੀਨੇ ਪਹਿਲਾਂ 2-3 ਮਹੀਨੇ ਪਹਿਲਾਂ ਸ਼ਾਇਦ ਮੈਨੂੰ ਦਸੰਬਰ ਵਿੱਚ ਮੈਂ ਕੈਨੇਡਾ ਜਾਣਾ ਸੀਗਾ, ਤੇ ਕੀ ਹੋਇਆ ਕਿ ਮੈਂ ਉਹ ਟੈਸਟ ਕਰਾਉਣਾ ਪੈਣਾ ਸੀ ਕੋਵਿਡ ਦਾ, ਮੈਂ ਕੋਵਿਡ ਟੈਸਟ ਕਰਾਇਆ ਤੇ ਕੋਈ ਮੈਨੂੰ ਸਿਮਟਮ ਨਹੀਂ, ਬੜਾ ਠੀਕ ਠਾਕ ਆ, ਪਰ ਮੈਂ ਜਦੋਂ ਰਿਜ਼ਲਟ ਦੇਖਿਆ ਤੇ ਕੋਵਿਡ ਪੋਜ਼ਿਟਿਵ, ਤਾਂ ਮੈਨੂੰ ਬੜਾ ਸ਼ੌਕ ਹੋਇਆ ਕਿ ਮੈਨੂੰ ਵੀ ਕੋਵਿਡ ਹੋ ਗਿਆ, ਤਾਂ ਫਿਰ ਮੈਂ ਕਿਹਾ ਸ਼ਾਇਦ ਮੇਰਾ ਨਹੀਂ ਹੈ ਰਿਜ਼ਲਟ 'ਚ ਕੋਈ ਭੁਲੇਖਾ, ਫਿਰ ਮੈਂ ਚੰਗੀ ਤਰ੍ਹਾਂ ਪੜ੍ਹਿਆ, ਡੇਟ ਆਫ ਬਰਥ ਮੇਰਾ ਹੀ ਸੀ, ਸਾਰਾ ਕੁਛ ਮੇਰਾ ਹੀ ਸੀ, ਫਿਰ ਮੰਨਣਾ ਹੀ ਪਿਆ ਇੱਥੇ ਤਾਂ ਗਲਤ ਰਿਜ਼ਲਟ ਨਹੀਂ ਦੇ ਸਕਦੇ ਚੰਗੀਆਂ ਲੈਬੋਰਟਰੀਆਂ ਇੱਥੇ ਦੀਆਂ, ਤਾਂ ਫਿਰ ਮੈਂ ਘਰ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਘਰ ਵਿੱਚ ਮਾਤਾ ਜੀ ਆ, ਬੱਚੇ ਆ, ਤੁਸੀਂ ਕੁਆਰੰਟੀਨ ਕਰ ਲਓ ਆਪਣੇ ਨੂੰ ਮਹਾਰਾਜ ਦੇ ਰੂਮ ਵਿੱਚ, ਤੇ ਉਹ ਮਹਾਰਾਜ ਦੇ ਰੂਮ ਵਿੱਚ ਮੈਂ 5 ਦਿਨ ਫਿਰਿਆ, ਤੇ ਉੱਥੇ ਮੈਨੂੰ ਇੱਕ ਦਿਨ ਇਹ ਗੱਲ ਆਈ ਕਿ ਮੰਨ ਲਓ ਕਿ ਇਹਦੇ ਕਰਕੇ ਚੜ੍ਹਾਈ ਕਰ ਜਾਵਾਂ ਮੈਂ, ਤਾਂ ਲਾਈਫ ਦਾ ਆਖਰੀ ਟਾਈਮ ਹੋਵੇ ਮੇਰਾ, ਤਾਂ ਉੱਪਰ ਜਾ ਕੇ ਜੇ ਮੈਨੂੰ ਕੀ ਪੁੱਛਿਆ ਜਾਊਗਾ, ਕੀ ਮੈਨੂੰ ਜਵਾਬ ਦੇਣੇ ਪੈਣਗੇ, ਤਾਂ ਕਿੱਦਾਂ ਹੋਏਗੀ, ਮੈਂ ਇਹਦੇ 'ਤੇ ਵਿਚਾਰਾਂ ਕਰਦਾ ਸੀ ਅੰਦਰ, ਤੇ ਆਇਆ ਕਿ ਅੱਗੇ ਕਰਨੀ ਕੀਰਤ ਬਾਚੀ ਹੈ, ਤੁਹਾਡੀ ਕਰਨੀ ਕੀ ਸੀ ਉੱਥੇ, ਉਹ ਅੱਗੇ ਜਾ ਕੇ ਉਹਦੇ ਵਿਚਾਰ ਹੁੰਦੀ, ਉਹ ਦੇਖਿਆ ਜਾਂਦਾ, ਤਾਂ ਉਦੋਂ ਫਿਰ ਮੈਨੂੰ ਬੜਾ ਭੈ ਆਇਆ ਸੀਗਾ ਵੀ ਕਰਨੀ ਤਾਂ ਸਾਡੀ ਕੁਛ ਵੀ ਨਹੀਂ, ਅਸੀਂ ਪੰਥ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਲਈ ਨਹੀਂ, ਕੁਛ ਵੀ ਨਹੀਂ ਕੀਤਾ, ਤੇ ਉਸ ਤੋਂ ਫਿਰ ਮੈਨੂੰ ਆਇਆ ਸੀਗਾ ਕਿ ਚਾਹੇ ਕੁਛ ਵੀ ਹੋਵੇ, ਚਾਹੇ ਜਿੱਥੇ ਬਾਹਰ ਵੱਡੇ ਵੱਡੇ ਉਹ ਡਰੰਮ ਵੱਜਦੇ ਹੋਣ ਤਾਂ ਉੱਥੇ ਛੋਟੀ ਆਵਾਜ਼ ਸੁਣੀ ਨਹੀਂ ਜਾਂਦੀ, ਉਹ ਵਿੱਚ ਨੱਪੀ ਜਾਂਦੀ ਆ, ਪਰ ਉਹ ਆਵਾਜ਼ ਕਿਸੇ ਨਾ ਕਿਸੇ ਨੂੰ, ਨੇੜੇ ਵਾਲੇ ਨੂੰ ਤਾਂ ਸੁਣਦੀ ਹੋਊਗੀ ਜੇ ਦੂਰ ਵਾਲੇ ਨੂੰ ਨਾ ਸੁਣੂਗੀ, ਤੇ ਉਹ ਆਵਾਜ਼ ਨੂੰ ਕਰਦੇ ਰਹਿਣਾ ਚਾਹੀਦਾ ਹੈਗਾ, ਜਿਹੜਾ ਉਹ ਅੱਗ ਲੱਗੀ ਹੋਈ ਸੀ ਤੇ ਇੱਕ ਜਿਹੜੀ ਇੱਕ ਜਿਹੜੀ ਹੈਗੀ ਹੈ ਚੂੰਝ ਭਰ ਕੇ ਪਾਣੀ ਲਿਜਾ ਕੇ ਉੱਥੇ ਅੱਗ ਤੇ ਪਾਉਂਦੀ ਸੀ, ਤਾਂ ਕੋਈ ਉਹਨੂੰ ਪੁੱਛਦਾ ਕਿ ਤੇਰੇ ਇਹਨਾਂ ਅੱਗ ਬੁੱਝੇਗੀ, ਤੇ ਉਹ ਕਹਿੰਦੀ ਕਿ ਚਾਹੇ ਬੁੱਝੇ ਚਾਹੇ ਨਾ ਬੁੱਝੇ, ਪਰ ਲੋਕ ਇਹ ਤਾਂ ਹੋਊਗਾ ਕਿ ਮੈਂ ਉਹਦੇ ਲਈ ਪ੍ਰਯਾਸ ਕੀਤਾ, ਮੈਨੂੰ ਇਹ ਤਾਂ ਹੋਊਗਾ ਕਿ ਮੈਂ ਉਹਦੇ ਲਈ ਕੋਸ਼ਿਸ਼ ਕੀਤੀ ਹੈ ਕੋਈ, ਤੇ ਏਦਾਂ ਹੀ ਸਾਰੇ ਗੁਰਸਿੱਖਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਾਂ ਜਿੰਨਾ ਵੀ
कर सकते हैं प्रयास करिए कोशिश करिए तो एक तो अपना जिहड़ी निजी साड़ी रहनी है उन्हूं तो आप सोहना बनाउणा ही बनाउणा हैगा पर जिहड़ी पंथक साड़ी रहनी है उहदे विच भी असीं योगदान देना हैगा वो साडा इस वेले योगदान कोई बड़ा नहीं हैगा तो खास करके दसता तो है ही नहीं है तो वो बेनती हैगियां कि आपां उधर भी आपां योगदान पाउणा तो अपना पूरे संसार लई आपां गुड करना आ। मैं एक होर छोटी जी गल दसूंगा कि जिदा हुण वार लगी हुई है यूक्रेन ते रूस की नोबल प्राइज विनर किसी ने किसी पत्रकार ने क्वेश्चन किया कि जी जो वर्ल्ड वार थर्ड आ गई ਕਿਹੜੇ-ਕਿਹੜੇ ਹਥਿਆਰ ਵਰਤੇ ਜਾਣਗੇ ਤਾਂ ਉਹਨੇ ਬੜੇ ਗੰਭੀਰ ਹੋ ਕੇ ਕਿਹਾ ਸੀਗਾ ਕਿ ਥਰਡ ਦਾ ਨਹੀਂ ਮੈਨੂੰ ਪਤਾ ਮੈਂ ਫੋਰਥ ਵਿੱਚ ਦੱਸ ਸਕਦਾ ਕਿ ਜੇ ਵਰਲਡ ਵਾਰ ਫੋਰਥ ਹੋਈ ਤਾਂ ਉਹਦੇ ਵਿੱਚ ਕੀ ਹਥਿਆਰ ਹੋਣਗੇ ਉਹ ਕਹਿੰਦਾ ਚਲੋ ਫੋਰਥ ਦਾ ਹੀ ਦੱਸ ਦਿਓ ਤਾਂ ਉਹਨੇ ਕਿਹਾ ਸੀ ਕਿ ਫੋਰਥ ਵਿੱਚ ਡਾਂਗਾਂ ਸੋਟਿਆਂ ਇੱਦਾਂ ਦੀ ਲੜਾਈ ਹੋਇਆ ਕਰੇਗੀ ਲੜਾਈਆਂ ਇੱਦਾਂ ਦੀਆਂ ਲੱਗਣਗੀਆਂ ਤਾਂ ਉਹ ਕਹਿੰਦੇ ਕਿ ਇਹ ਕਿੱਦਾਂ ਜੀ ਕਹਿੰਦੇ ਕਿ ਜੇ ਥਰਡ ਵਾਰ ਵਰਲਡ ਵਾਰ ਲੱਗੀ ਤਾਂ ਉਹ ਇੰਨੀ ਤਬਾਹੀ ਹੋ ਜਾਣੀ ਕਿ ਬਚਣਾ ਹੀ ਕੁਛ ਨਹੀਂ ਗਾ ਫਿਰ ਤਾਂ ਲੜਾਈਆਂ ਡਾਂਗਾ ਡੂੰਗਾ ਦੀਆਂ ਰਹਿ ਜਾਣਗੀਆਂ ਤਾਂ ਫਿਰ ਉਹਨੇ ਕੁਐਸਚਨ ਕੀਤਾ ਕਿ ਜੇ ਥਰਡ ਵਾਰ ਤੋਂ ਬਾਅਦ ਵਰਲਡ ਵਾਰ ਤੋਂ ਬਾਅਦ ਦੁਨੀਆਂ ਨੂੰ ਅਗਵਾਈ ਕਿੱਥੋਂ ਮਿਲੂਗੀ ਤਾਂ ਉਹਨੇ ਕਿਹਾ ਸੀ ਕਿ ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਉਹਨੇ ਪੱਤਰਕਾਰ ਨੇ ਫਿਰ ਕੁਐਸਚਨ ਕਰਤਾ ਕਿ ਜੇ ਵਰਲਡ ਵਾਰ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆਂ ਦੀ ਅਗਵਾਈ ਕਰਨਗੇ ਤਾਂ ਉਹ ਹੁਣ ਕਿਉਂ ਨਹੀਂ ਕਰ ਸਕਦੇ ਤਾਂ ਉਹਨਾਂ ਕਿਹਾ ਸੀ ਕਿ ਕਰ ਉਹ ਹੁਣ ਵੀ ਸਕਦੇ ਆ ਪਰ ਉਹ ਜਿਹੜੇ ਉਹਨਾਂ ਦੇ ਵਚਨ ਆ ਜਿਹੜੀ ਉਹਨਾਂ ਦੀ ਸਿੱਖਿਆ ਉਹਨਾਂ ਦੇ ਸਿਧਾਂਤ ਆ ਉਹ ਅਜੇ ਤੱਕ ਤਾਂ ਸਿੱਖਾਂ ਨੇ ਖੁਦ ਵੀ ਨਹੀਂ ਅਪਣਾਏ ਤੇ ਦੂਜਿਆਂ ਨੂੰ ਵੀ ਨਹੀਂ ਦੱਸੇ ਤੇ ਜਦੋਂ ਇਹ ਵਰਲਡ ਵਾਰ ਤੋਂ ਬਾਅਦ ਜਦੋਂ ਕੁਛ ਵੀ ਨਹੀਂ ਬਚਿਆ ਫਿਰ ਲੋਕੀ ਗੰਭੀਰਤਾ ਨਾਲ ਸੋਚਣਗੇ ਵੀ ਜ਼ਿੰਦਗੀ ਕੀ ਆ ਤਾਂ ਕਿੱਥੋਂ ਅਗਵਾਈ ਲੈਣੀ ਆ ਤੇ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈਣੀ ਸਾਰਿਆਂ ਨੇ ਇਹ ਤਾਂ ਪੱਕੀ ਗੱਲ ਹੈ ਕਿ ਸੱਚੇ ਗੁਰੂ ਤੋਂ ਬਿਨਾਂ ਕਿਸੇ ਦਾ ਛੁਟਕਾਰਾ ਹੋਣਾ ਹੀ ਨੀਗਾ ਤੇ ਨਾਲੇ ਸਤਿਗੁਰੂ ਜੀ ਹੈ ਹੀ ਸਾਰੇ ਸੰਸਾਰ ਦੇ ਗੁਰੂ ਆ ਤੇ ਇਸ ਵਾਰੀ ਆਪਣੇ ਕੋਲ ਕੁਐਸਚਨ ਆਂਸਰ ਨਹੀਂ ਲੈ ਹੋਏ ਪਿਛਲੀ ਵਾਰੀ ਅਸੀਂ ਅਗਲੀ ਵਾਰ ਨੂੰ ਲਵਾਂਗੇ ਤੇ ਕੋਈ ਨਾ ਕੋਈ ਮੋਡਰੇਟ ਬੱਚੇ ਜਿਹੜੇ ਕੁਐਸਚਨ ਪੜ੍ਹ ਕੇ ਤੇ ਬੋਲ ਕੇ ਦੱਸ ਸਕਿਆ ਕਰਨਗੇ ਕੀ ਕੁਐਸਚਨ ਆਏ ਆ ਉਹ ਆਪਣੀ ਸੇਵਾ ਲਈ ਜਿਹੜੇ ਹੈਗੇ ਇੱਥੇ ਐਡਮਿਨ ਉਹਨਾਂ ਨਾਲ ਕੰਟੈਕਟ ਕਰਨ ਜਿੰਨੇ ਵੀ ਗੁਰ ਸਿੱਖ ਪਿਆਰੇ ਆਏ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਇਸੇ ਤਰ੍ਹਾਂ ਹੀ ਜੁੜਦੇ ਰਹਿਣਾ ਤੇ ਅਸਾਂ ਕੁਛ ਨਾ ਕੁਛ ਸਿੱਖਾਂਗੇ ਗੁਰਸਿੱਖਾਂ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।